ਲਓ ਦੋਸਤੋ ਹਾਜ਼ਰ ਹਾਂ ਤੁਹਾਡੇ ਨਾਲ ਪੰਜਾਬੀ ਸੱਤ ਰੇਡੀਓ ਚੰਨ ਪ੍ਰਦੇਸ਼ੀ ਦੇ ਪੰਜਾਬੀ ਸੱਤ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡਾ ਦੋਸਤ ਤੇ ਉਸ ਸਰਵਨ ਸਿੰਘ ਟਵਾਣਾ ਤੇ ਮੇਰਾ ਸਾਥ ਦੇ ਰਹੇ ਨੇ ਸੰਤੋਖ ਸਿੰਘ ਜੀ ਗਿੱਲ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਗੁੱਡ ਮਾਰਨਿੰਗ ਟਵਾਣਾ ਜੀ, ਸਤਿ ਸ੍ਰੀ ਅਕਾਲ। ਹਾਲ ਚਾਲ ਤਾਂ ਠੀਕ ਹੈ, ਲੇਕਿਨ ਪਿਛਲੇ ਦੋ ਤਿੰਨ ਦਿਨਾਂ ਤੋਂ ਕੁਛ ਦੁਖਦਾਈ ਖਬਰਾਂ ਜਿਹੜੀਆਂ ਨੇ ਉਹ ਪਰੇਸ਼ਾਨ ਵੀ ਕਰਨ ਵਾਲੀਆਂ ਨੇ। ਕੱਲ ਲੁਧਿਆਣੇ ਚ ਇੱਕ ਵਾਪਰੀ ਘਟਨਾ ਜਿਹੜੀ ਆ ਉਹਨੇ ਕਾਫੀ ਮਨ ਦੁਖੀ ਕੀਤਾ। ਗਰੀਬ ਪਰਿਵਾਰ ਦੇ ਸੱਤ ਜੀ ਜਿਹੜੇ ਨੇ ਉਹ ਇੱਕੋ ਵੇਲੇ, ਔਰ ਉਹ ਵੀ ਅੱਗ ਲੱਗਣ ਕਰਕੇ, ਉਹਨਾਂ ਦੀ ਝੁੱਗੀ ਨੂੰ ਅੱਗ ਲੱਗ ਗਈ। ਕੂੜੇ ਦੇ ਡੰਪ ਦੇ ਉੱਤੇ ਝੁੱਗੀ ਬਣਾ ਕੇ ਉਹ ਰਹਿ ਰਹੇ ਸੀ ਤੇ ਉਹਦੇ ਚ ਪੰਜ ਬੱਚੇ ਤੇ ਦੋ ਮੀਆਂ ਬੀਬੀ ਖੁਦ। ਸੱਤ ਜੀਆਂ ਦੀ ਮੌਤ ਜਿਹੜੀ ਆ, ਔਰ ਉਹ ਵੀ ਮੌਤ ਜਿਹੜੀ ਆ ਬੜੀ ਭਿਆਨਕ ਸੀ, ਕਿਉਂਕਿ ਜਿਹੜਾ ਪਰਿਵਾਰ ਦਾ ਮੁਖੀ ਸੀ ਉਹ ਵਿਚਾਰਾ ਕੁਛ ਵੀ ਕਰ ਨਹੀਂ ਸਕਿਆ। ਉਹਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਬੱਚਿਆਂ ਨੇ ਜਾਨ ਦੇ ਦਿੱਤੀ। ਤੇ ਇਸ ਤੋਂ ਇਲਾਵਾ ਤੁਹਾਡਾ ਜੀ, ਮੈਂ ਹੋਰ ਵੀ ਨੋਟ ਕਰ ਰਿਹਾ ਵਾ ਵੀ ਜਿੱਥੇ ਕਣਕ ਦਾ ਝਾੜ ਘਟਿਆ, ਫਸਲਾਂ ਦੀ ਲਾਗਤ ਵਧੀ ਆ, ਉਹਦੇ ਕਰਕੇ ਪਿਛਲੇ ਕੁਛ ਦਿਨਾਂ ਦੇ ਵਿੱਚ ਹਰ ਰੋਜ਼ ਦੋ ਤਿੰਨ ਚਾਰ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀਆਂ ਦੁਖਦਾਇਕ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਖਾਸ ਤੌਰ ਤੇ ਮਾਲਵੇ ਚੋਂ ਔਰ ਮਾਝੇ ਚੋਂ ਵੀ ਆਈਆਂ ਨੇ ਕੁਛ ਖਬਰਾਂ। ਕੱਲ ਵੀ ਦੋ ਕਿਸਾਨਾਂ ਨੇ ਬਠਿੰਡਾ ਇਲਾਕੇ ਦੇ, ਗੁਰਦੀਪ ਸਿੰਘ ਨੇ ਵੀ ਤੇ ਮਾਨਸਾ ਦਾ ਵਾ, ਉਹਨੇ ਕਣਕ ਦਾ ਝਾੜ ਘਟਣ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤੇ ਉਧਰ ਪਿੰਡ ਮੈਸਰਖਾਨੇ ਦਾ ਕਿਸਾਨ ਜਸਪਾਲ ਸਿੰਘ 39 ਸਾਲ ਦਾ, ਉਹਨੇ ਰੇਲ ਥੱਲੇ ਸਿਰ ਦੇ ਕੇ ਆਪਣੀ ਜਾਨ ਦੇ ਦਿੱਤੀ। ਤੇ ਕਿਸਾਨ ਆਗੂਆਂ ਨੇ ਕਿਹਾ ਵੀ ਜਸਪਾਲ ਦੇ ਉੱਤੇ 9 ਲੱਖ ਰੁਪਏ ਦਾ ਕਰਜ਼ਾ ਸੀ ਤੇ ਉੱਤੋਂ ਝਾੜ ਘਟ ਗਿਆ ਤੇ ਜਿਹੜੀ ਉਹਦੀ ਮਾੜੀ ਮੋਟੀ ਸੰਭਾਵਨਾ ਸੀ ਉਹ ਵੀ ਜਾਂਦੀ ਲੱਗੀ ਤੇ ਸਿਰ ਤੇ ਜਿਹੜਾ ਉਹ ਠੇਕੇ ਤੇ ਜ਼ਮੀਨ ਵਾਹੁੰਦਾ ਸੀ ਉਹ ਪੈਸੇ ਜਿਹੜੇ ਉਹਨਾਂ ਦੇ ਦੇਣਦਾਰੀਆਂ ਨੇ ਉਹਨੂੰ ਉਹ ਮਤਲਬ ਮੂੰਹ ਅੱਡੀ ਖੜੀਆਂ ਸੀ, ਜਿਹਦੇ ਕਰਕੇ ਉਹਨੇ ਇਹ ਬੜਾ ਆਤਮਘਾਤੀ ਕਦਮ ਚੱਕਿਆ। ਪਾਣਾ ਜੀ, ਇੱਕ ਖਬਰ ਇਹਦੇ ਨਾਲ ਜੁੜੀ ਹੋਈ ਇਹ ਆ ਵੀ ਜਿਹੜੀਆਂ ਸਹਿਕਾਰੀ ਖੇਤੀਬਾੜੀ ਬੈਂਕਾਂ ਨੇ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਲਗਭਗ 2000 ਤੋਂ ਜ਼ਿਆਦਾ ਕਿਸਾਨਾਂ ਦੇ ਵਾਰੰਟ ਜਾਰੀ ਕੀਤੇ ਨੇ, ਜਿਨ੍ਹਾਂ ਚੋਂ 500 ਦੇ ਕਰੀਬ ਕੱਲੇ ਫਿਰੋਜ਼ਪੁਰ ਜ਼ਿਲ੍ਹੇ ਚ। ਤੇ ਉਹ ਬੈਂਕ ਅਧਿਕਾਰੀਆਂ ਦਾ ਕਹਿਣਾ ਇਹ ਆ ਵੀ ਇਹ ਰੁਟੀਨ ਕਾਰਵਾਈ ਆ, ਅੱਗੇ ਵੀ ਹਰ ਸਾਲ ਇਹ ਅਸੀਂ ਜਾਰੀ ਕਰਦੇ ਆ, ਪਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਪਿਛਲੇ ਕਾਫੀ ਅਰਸੇ ਤੋਂ ਨਹੀਂ ਸੀ ਹੋਈਆਂ ਤੇ ਐਤਵਾਰ ਗ੍ਰਿਫਤਾਰੀਆਂ ਵੀ ਹੋਈਆਂ ਨੇ ਕੁਛ ਕਿਸਾਨਾਂ ਦੀਆਂ। ਤੇ ਉਹ ਠੀਕ ਆ ਵੀ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ, ਉਹਨਾਂ ਕਿਸਾਨਾਂ ਤੋਂ ਲਿਖਤੀ ਵਾਅਦਾ ਲੈ ਕੇ ਵੀ ਅਸੀਂ ਜਲਦੀ ਵਾਪਸ ਕਰ ਦਿਆਂਗੇ, ਉਹਨਾਂ ਨੂੰ ਛੱਡ ਜ਼ਰੂਰ ਦਿੱਤਾ। ਲੇਕਿਨ ਸਰਕਾਰਾਂ ਇਹ ਭੁੱਲ ਜਾਂਦੀਆਂ ਨੇ ਵੀ ਜਿਹੜੇ ਰਾਜਨੀਤਿਕ ਲੋਕ ਜਦੋਂ ਇਹ ਦਾਅਵੇ ਕਰਦੇ ਨੇ, ਪਿਛਲੀ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਵੀ ਆਈ ਸੀ ਤਾਂ ਉਹਨੇ ਉੱਥੇ ਗੁਟਕਾ ਹੱਥ 'ਚ ਫੜ ਕੇ ਕਿਹਾ ਸੀ ਤੁਹਾਨੂੰ ਕਰਜ਼ਾ ਮੋੜਨ ਦੀ ਲੋੜ ਨਹੀਂ, ਅਸੀਂ ਮੋੜਾਂਗੇ ਕਰਜ਼ਾ, ਪੰਜਾਬ ਸਰਕਾਰ ਮੋੜੂਗੀ ਕਰਜ਼ਾ, ਚਾਹੇ ਉਹ ਬੈਂਕਾਂ ਦਾ ਕਰਜ਼ਾ, ਸਹਿਕਾਰੀ ਬੈਂਕਾਂ ਦਾ ਕਰਜ਼ਾ, ਇੱਥੋਂ ਤੱਕ ਵੀ ਆੜ੍ਹਤੀਆਂ ਦਾ ਕਰਜ਼ਾ, ਉਹ ਵੀ ਅਸੀਂ ਮੋੜਾਂਗੇ। ਮੋੜਨਾ ਤਾਂ ਕੀ ਸੀ, ਉਲਟਾ ਕਿਸਾਨਾਂ ਦੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਤੇ ਸਗੋਂ ਉਹਦੇ ਨਾਲ ਕਈ ਵਾਰ ਇਹ ਵੀ ਹੁੰਦਾ। ਪਹਿਲਾਂ ਜੀ, ਮੈਂ ਹਰ ਸਾਲ ਹੀ ਦੇਖਦਾ ਵੀ ਜਿਹੜੇ ਬੈਂਕਾਂ ਨੇ ਉਹ ਕਰਜ਼ੇ ਨੂੰ ਰੀਨਿਊ ਕਰ ਦਿੰਦੀਆਂ ਨੇ, ਕਾਗਜ਼ਾਂ ਦੇ ਵਿੱਚ ਹੀ ਪੁਰਾਣਾ ਕਰਜ਼ਾ ਵਸੂਲ ਕੇ ਉਹਨਾਂ ਨੂੰ ਨਵਾਂ ਕਰਜ਼ਾ ਦੇ ਦਿੰਦੀਆਂ ਨੇ, ਭਾਵ ਦਿੱਤਾ ਲਿਆ ਕੁਛ ਨਹੀਂ ਹੁੰਦਾ, ਇੱਕ ਅੱਧੀ ਸਿਫਰ ਜ਼ਰੂਰ ਵੱਧ ਜਾਂਦੀ ਆ, ਪਰ ਕਹਿਣ ਨੂੰ ਉਹ ਕਰਜ਼ਾ ਵਾਪਸ ਕਰਕੇ ਨਵਾਂ ਕਰਜ਼ਾ ਲੈ ਲਿਆ। ਤੇ ਇਸ ਗੱਲ ਨਾਲ ਸਗੋਂ ਜਿਹੜੇ ਕਿਸਾਨ ਡਿਫਾਲਟਰ ਹੋ ਜਾਂਦੇ ਨੇ ਉਹਨਾਂ ਦੀ ਤਾਂ ਜ਼ਿੰਦਗੀ ਵੀ ਰੁਕ ਜਾਂਦੀ ਹੈ, ਕਿਉਂਕਿ ਉਹਨੂੰ ਭਵਿੱਖ 'ਚ ਕਰਜ਼ਾ ਨਹੀਂ ਮਿਲਦਾ। ਪਰ ਜਦੋਂ ਸਰਕਾਰ ਕਰਜ਼ਾ ਮਾਫ਼ੀ ਦੀ ਗੱਲ ਕਰਦੀ ਆ ਉਦੋਂ ਵਿਚਾਰੇ ਉਹ ਮਾਰੇ ਜਾਂਦੇ ਨੇ ਜਿਹੜੇ ਹਰ ਸਾਲ ਆਹ ਲੈਣ ਦੇਣ ਕਰ ਲੈਂਦੇ ਨੇ,
ਵੀ ਪੁਰਾਣਾ ਮੁੜਤਾ ਨਵਾਂ ਲੈ ਲਿਆ, ਉਹਨਾਂ ਨੂੰ ਕਿਉਂਕਿ ਫਿਰ ਉਹ ਡਿਫਾਲਟਰ ਨਹੀਂ ਮੰਨੇ ਜਾਂਦੇ ਤੇ ਇਸ ਕਰਕੇ ਉਹਨਾਂ ਦਾ ਕਰਜ਼ਾ ਮਾਫ਼ੀ ਵਾਲੇ ਚੱਕਰ ਤੋਂ ਬਾਹਰ ਹੋ ਜਾਂਦਾ ਤੇ ਕਿਉਂਕਿ ਉਹ ਨਵਾਂ ਕਰਜ਼ਾ ਮੰਨਿਆ ਜਾਂਦਾ ਤੇ ਸਰਕਾਰਾਂ ਆਮ ਤੌਰ ਤੇ ਪੁਰਾਣੇ ਕਰਜ਼ੇ ਦੇ ਉੱਤੇ ਲੀਕ ਮਾਰਨ ਦੀ ਗੱਲ ਕਰਦੀਆਂ ਨੇ। ਇਹ ਜਿਹੜਾ ਮੱਕੜ ਜਾਲ ਕਰਜ਼ੇ ਦਾ ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ ਤੇ ਪੰਜਾਬ ਸਭ ਤੋਂ ਵੱਧ ਇਹਦੀ ਮਾਰ ਹੇਠ ਆ, ਹਰਿਆਣਾ ਵੀ ਤਾਂ ਮਾਰ ਹੇਠ ਆ ਪਰ ਸਭ ਤੋਂ ਜ਼ਿਆਦਾ ਮਾਰ ਹੇਠ ਪੰਜਾਬ ਆ ਤੇ ਇਸੇ ਕਰਕੇ ਹੀ ਪੰਜਾਬ ਚ ਮੈਂ ਪਿੱਛੇ ਜੇ ਇੱਕ ਬੈਂਕ ਅਧਿਕਾਰੀ, ਚਲੋ ਮਿੱਤਰਤਾ ਤਾਂ ਕਾਹਦੀ ਹੁੰਦੀ ਹੈ ਬੈਂਕਾਂ ਵਾਲਿਆਂ ਨਾਲ, ਬਸ ਇਹ ਆ ਵੀ ਜਾਣ ਪਛਾਣ ਕਹਿ ਲਓ ਸੀ ਤੇ ਮੈਂ ਕਿਸੇ ਮਾਮਲੇ ਚ ਬੈਂਕ ਦੇ ਵਿੱਚ ਬੈਠਾ ਉਹਨਾਂ ਨਾਲ ਚਾਹ ਦਾ ਕੱਪ ਸਾਂਝਾ ਕਰ ਰਿਹਾ ਸੀ ਤਾਂ ਉਹ ਬੈਂਕ ਮੈਨੇਜਰ ਨੇ ਦੱਸਿਆ ਵੀ ਪੰਜਾਬ ਚ ਤਾਂ ਉਨੀ ਜ਼ਮੀਨ ਨਹੀਂ ਹੈ ਜਿੰਨਾ ਕਰਜ਼ਾ। ਤੇ ਮੈਂ ਕਿਹਾ ਵੀ ਐਂ ਕਿਵੇਂ ਸੰਭਵ ਆ? ਉਹ ਕਹਿੰਦਾ ਵੀ ਹੁਣ ਨਵੇਂ ਸਿਸਟਮ ਦੇ ਮੁਤਾਬਕ ਕਿਉਂਕਿ ਹੁਣ ਤਾਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੀਆਂ ਫਰਦਾਂ ਨੇ ਉਹ ਆਨਲਾਈਨ ਹੋ ਗਈਆਂ, ਜਦੋਂ ਕੋਈ ਕਿਸਾਨ ਕਰਜ਼ਾ ਮੰਗਦਾ ਤਾਂ ਉਹ ਕਹਿੰਦੇ ਵੀ ਅਸੀਂ ਜਿਹੜਾ ਉਹ ਆਨਲਾਈਨ ਚੈੱਕ ਕਰ ਲੈਂਦੇ ਹਾਂ, ਉੱਥੋਂ ਪਤਾ ਲੱਗ ਜਾਂਦਾ ਵੀ ਇਹਦੇ ਤੇ ਪਹਿਲਾਂ ਕਿੰਨਾ ਕਰਜ਼ਾ। ਕਹਿੰਦੇ ਪੁਰਾਣਿਆਂ ਚ ਇਹ ਹੁੰਦਾ ਸੀਗਾ ਵੀ ਪਟਵਾਰੀ ਨੂੰ 100-50 ਰੁਪਈਆ ਦੇ ਕੇ ਉਹ ਫਰਦ ਲੈਣੀ ਜਾਂਦੀ ਸੀ ਤੇ ਉਹ ਫਰਦ ਨਵੀਂ ਦੇ ਕੇ ਤੇ ਨਾਲੇ ਇੱਕ ਸਿੰਪਲ ਜਿਹਾ ਹਲਫੀਆ ਬਿਆਨ ਦੇ ਕੇ ਵੀ ਜ਼ਮੀਨ ਤਾਂ ਮੇਰੇ ਕੋਲ 2 ਕਿੱਲੇ ਹੀ ਆ ਪਰ ਮੈਂ 10 ਕਿੱਲੇ ਦੀ ਖੇਤੀ ਕਰਦਾ, ਮੈਂ 8 ਕਿੱਲੇ ਜਿਹੜੇ ਆ ਉਹ ਠੇਕੇ ਤੇ ਲੈ ਕੇ ਬਹਿਣਾ ਤੇ ਇਸ ਤਰ੍ਹਾਂ ਦੀ ਕਰਜ਼ੇ ਦੀ ਹੱਦ ਵੱਧ ਜਾਂਦੀ ਸੀ ਤੇ ਉਹਦੇ ਕਰਕੇ ਉਹ ਕਹਿੰਦਾ ਵੀ ਜਿੰਨੀ ਜ਼ਮੀਨ ਆ ਉਹਦੋਂ 3 ਗੁਣਾ ਜ਼ਿਆਦਾ ਕਰਜ਼ਾ ਤੇ ਉਹ ਕਹਿੰਦੇ ਵੀ ਹੁਣ ਉਹ ਕਰਜ਼ਾ ਜਿਹੜਾ ਉਹਦੀ ਵਸੂਲੀ ਬਹੁਤ ਮੁਸ਼ਕਲ ਹੋਈ ਪਈ ਆ, ਇਸੇ ਕਰਕੇ NPA ਜਿਹੜਾ ਵਾ ਬੈਂਕਾਂ ਦਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। NPA ਦਾ ਭਾਵ ਨਾਨ ਪਰਫੋਰਮੈਂਸ ਏਸੈਟਸ ਤੇ ਹਾਲਾਂਕਿ ਜਿਹੜੀ ਬੈਂਕਿੰਗ ਸਿਸਟਮ ਆ ਉਹਦੇ ਚ ਜੇ ਕੋਈ ਸਨਅਤਕਾਰ NPA ਦੇ ਘੇਰੇ ਚ ਆ ਜਾਂਦਾ ਜਾਂ ਉਹ ਪੈਸੇ ਨਹੀਂ ਮੋੜ ਸਕਦਾ ਉਹਦਾ ਤਾਂ ਇਹ ਕਹਿ ਕੇ ਲਕੀਰ ਮਾਰ ਦਿੱਤੀ ਜਾਂਦੀ ਆ ਹਰ ਸਾਲ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਸਰਕਾਰ ਇਹ ਕਹਿ ਕੇ ਲੀਕ ਮਾਰ ਦਿੰਦੀ ਆ ਵੀ ਇਹ ਹੁਣ NPA ਹੋ ਗਿਆ, ਨਾਨ ਪਰਫੋਰਮੈਂਸ ਏਸੈਟ ਹੋ ਗਿਆ, ਹੁਣ ਇਹਦੇ ਮੁੱਲ ਦੀ ਜਾਂ ਇਹਦੇ ਤੋਂ ਕੋਈ ਜਿਹੜੀ ਸੰਭਾਵਨਾਵਾਂ ਨੇ ਉਹ ਖਤਮ ਹੋ ਗਈ ਆ। ਪਰ ਕਿਸਾਨਾਂ ਦੇ ਉੱਤੇ ਇਹ ਜਿਹੜਾ ਫਾਰਮੂਲਾ ਲਾਗੂ ਨਹੀਂ ਹੁੰਦਾ, ਜੇ ਕਿਸਾਨ ਮੋੜਨ ਜੋਗਾ ਨਹੀਂ ਰਿਹਾ ਤਾਂ ਉਹਦੇ ਉੱਤੇ ਲੀਕ ਨਹੀਂ ਵੱਜਦੀ ਹੈ, ਉਹਦਾ ਕਰਜ਼ਾ ਤਾਂ ਉਹਦੇ ਲੰਗੂਰ ਦੀ ਪੋਜੀਸ਼ਨ ਨੂੰ ਵੱਧਦਾ ਹੀ ਤੁਰਿਆ ਜਾਂਦਾ। ਪਰ ਸਨਅਤਕਾਰਾਂ ਨੂੰ ਜਾਂ ਵੱਡੇ ਕਾਰੋਬਾਰੀਆਂ ਨੂੰ ਇਦਾਰੇਦਾਰਾਂ ਨੂੰ ਇਸ ਗੱਲ ਦੀ ਛੋਟ ਹੈਗੀ ਆ, ਹਰ ਸਾਲ ਅੰਬਾਨੀਆਂ ਅਡਾਨੀਆਂ ਦੇ ਹਜ਼ਾਰਾਂ ਲੱਖਾਂ ਕਰੋੜ ਰੁਪਏ ਜਿਹੜੇ ਨੇ ਉਹ ਮਾਫ ਕਰ ਦਿੱਤੇ ਜਾਂਦੇ ਨੇ ਤੇ ਕਈ ਵਾਰ ਤਾਂ ਉਹਨਾਂ ਕੀ ਬਜਟ ਹੁੰਦਾ ਤੇ ਉਹਦੀ ਕੀ ਮਾਫੀ ਹੋ ਜਾਂਦੀ ਆ। ਸੋ ਇਹ ਜਿਹੜੀਆਂ ਲਗਾਤਾਰ ਵਾਪਰਦੀਆਂ ਘਟਨਾਵਾਂ ਨੇ ਪੈਣਾ ਜੀ, ਇਹ ਮਨ ਨੂੰ ਦੁਖੀ ਜ਼ਰੂਰ ਕਰਦੀਆਂ ਨੇ। ਕੱਲ ਵਾਲੀ ਆ ਜਸਪਾਲ ਤੇ ਗੁਰਜੀਤ ਵਾਲੀ ਜਿਹੜੀ ਖਬਰ ਆ ਫਰੰਟ ਪੇਜ ਤੇ ਦੋਨਾਂ ਦੀ, ਉਹ ਦੋਨੋਂ ਯੰਗ ਨੇ, ਇੱਕ ਦੀ ਉਮਰ 39 ਸਾਲ ਆ ਤੇ ਦੂਜੇ ਦੀ ਉਮਰ ਵੀ ਮੇਰਾ ਖਿਆਲ ਆ 35-36 ਸਾਲ ਹੀ ਦਿਖਾਈ ਦਿੰਦੀ ਆ ਤੇ ਦੋਨਾਂ ਨੇ ਆਪਣੀ ਜਾਨ ਦਿੱਤੀ ਆ ਜੀ। ਜਲ ਸਾਹਿਬ ਵਾਕਈ ਦਿਲ ਗੰਬਾਊ ਘਟਨਾ ਹੈ ਪਰ ਇੱਕ ਗੱਲ ਜ਼ਰੂਰ ਹੈ ਇਹਦੇ ਵਿੱਚ ਜਿਹਦਾ ਵੀ ਤੁਸੀਂ ਵੀ ਜ਼ਿਕਰ ਨਹੀਂ ਕੀਤਾ ਜਾਂ ਕਿਸੇ ਹੋਰ ਨੇ ਕਰਨਾ ਵੀ ਨਹੀਂ ਹੈਗਾ। ਇੱਕ ਗੱਲ ਤੁਸੀਂ ਕਹਿ ਗਏ ਹੋ ਕਿ ਜਿਹੜੀ ਝੁੱਗੀ ਝੌਂਪੜੀ ਸੀ ਇਹ ਕੂੜੇ ਕਰਕਟ ਦੇ ਢੇਰ ਦੇ ਨੇੜੇ ਜਾਂ ਢੇਰ ਤੇ ਬਣੀ ਹੋਈ ਸੀ, ਉੱਤੇ ਸੀ, ਇਹ ਤਾਂ ਹੋਰ ਵੀ ਗੱਲ ਡੰਪ ਦੇ ਉੱਤੇ, ਮਾਲ ਦੀ ਗੱਲ ਡੰਪ ਦੇ ਉੱਤੇ ਹੈ। ਤੁਹਾਨੂੰ ਇੱਕ ਗੱਲ ਦਾ ਪਤਾ ਹੋਣਾ ਚਾਹੀਦਾ ਗੱਲ ਸਾਹਿਬ, ਸਾਨੂੰ ਇਹ ਚੀਜ਼ ਦੀ ਨੌਲੇਜ ਆਏਗੀ ਹੈ, ਜਿਹੜੇ ਕੂੜੇ ਕਰਕਟ ਦਾ ਡੰਪ ਹੁੰਦਾ ਉਹਦੇ ਵਿੱਚ ਗੈਸ ਬਹੁਤ ਹੁੰਦੀ ਹੈ। ਅਮਰੀਕਾ ਕੈਨੇਡਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਕੂੜੇ ਕਰਕਟ ਦਾ ਜਿਹੜਾ ਡੰਪ ਹੁੰਦਾ ਉਹਦੇ ਚੋਂ ਨੈਚੁਰਲ ਗੈਸ ਅਸੀਂ ਉਹਨੂੰ ਕਹਿੰਦੇ ਜਿਹੜੀ ਨਿਕਲਦੀ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਂਦੀ ਹੈ, ਜਿਹਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ, ਉਹ ਵਰਤੀ ਜਾਂਦੀ ਹੈ ਤੇ ਪੈਸਾ ਕਮਾਇਆ ਜਾਂਦਾ। ਇਹ ਜਿਹੜੀ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹਨਾਂ ਪਰਿਵਾਰ ਦੇ ਜੀਆਂ ਨੇ ਕਿਤੇ ਨਾ ਕਿਤੇ ਉਹ ਘਰ ਦਾ ਚੁੱਲ੍ਹਾ ਜਲਾਇਆ ਸੀ, ਚੁੱਲ੍ਹੇ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ, ਕਿਉਂਕਿ ਗੈਸ ਉੱਥੇ ਇੰਨੀ ਹੁੰਦੀ ਹੈ ਕੂੜੇ ਕਰਕਟ ਡੰਪ ਦੇ ਉੱਤੇ ਵੀ ਉਹ ਕਿਤੇ ਫੈਲ ਗਈ, ਅੱਗ ਲੱਗਣੀ ਸੀ ਔਰ ਗੈਸ ਇੰਨੀ ਸੀ ਕਿ ਉੱਥੇ ਬਚਣਾ ਕਿਸੇ ਦਾ
ਮੁਸ਼ਕਲ ਸੀ। ਇਹ ਗੱਲ ਨੂੰ ਕੋਈ ਅੰਡਰਸਟੈਂਡ ਕਰੇ ਨਾ ਕਰੇ, ਇਹ ਗੱਲ ਨੂੰ ਸਾਡੇ ਜਿਹੜੇ ਉਥੋਂ ਦੇ ਅਧਿਕਾਰੀ ਨੇ ਉਹਨਾਂ ਨੂੰ ਮੰਨਣਾ ਪਊਗਾ। ਉਥੇ ਕੂੜੇ ਕਾਕਰ ਦੇ ਡੰਪ ਦੇ ਉੱਤੇ ਜਾਂ ਨੇੜੇ ਵੀ ਕੁਛ ਹੱਦ ਤੱਕ ਝੁੰਗੀਆਂ ਝੋਪੜੀਆਂ ਜਾਂ ਰਹਿਣ ਬਸੇਰਾ ਨਹੀਂ ਹੋਣਾ ਚਾਹੀਦਾ। ਗਿੱਲ ਸਾਹਿਬ, ਇਹ ਬਹੁਤ ਜ਼ਰੂਰੀ ਹੈ, ਇਹ ਚ ਅਣਗਹਿਲੀ ਪ੍ਰਸ਼ਾਸਨ ਦੀ ਹੈ, ਪ੍ਰਸ਼ਾਸਨ ਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ। ਤੁਸੀਂ ਆ ਗੱਲ ਕਰਦੇ ਹੋ ਵੀ ਸਾਡੇ ਤਾਂ ਪ੍ਰਧਾਨ ਮੰਤਰੀ ਕਹਿੰਦੇ ਵੀ ਭਾਰਤ ਦੇ ਵਿੱਚ ਜਗਾੜ ਬੜੇ ਨੇ, ਕਹਿੰਦੇ ਵੀ ਮੈਂ ਦੇਖਿਆ ਵੀ ਉਹ ਠੇਲੇ ਵਾਲਾ ਉੱਥੇ ਗੰਦੇ ਨਾਲੇ ਦੇ ਉੱਤੇ ਪੈਪ ਲਾ ਕੇ ਉਹਦੇ ਨਾਲ ਆਪਣਾ ਉਹ ਪਕੌੜਿਆਂ ਦਾ ਰੁਜ਼ਗਾਰ ਚਲਾ ਰਿਹਾ ਸੀਗਾ। ਉਹ ਤਾਂ ਕਹਿੰਦੇ ਵੀ ਐਂ ਕਰਕੇ ਕੰਮ ਚੱਲ ਜਾਂਦਾ, ਉੱਥੋਂ ਹੀ ਪੈਪ ਲੱਗ ਜਾਂਦੀ ਹੈ। ਦੇਖੋ ਵੱਖਰੀ ਗੱਲ ਹੈ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ, ਪਰ ਸਾਡਾ ਮੀਡੀਆ ਜਿਹੜੇ ਸਾਡੇ ਅਖਬਾਰ ਨੇ ਪ੍ਰਿੰਟਡ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹਨਾਂ ਨੂੰ ਇੰਨੀ ਨੌਲੇਜ ਹੋਣੀ ਚਾਹੀਦੀ ਆ ਇਹ ਗੱਲ ਨੂੰ ਅੱਗੇ ਲੈ ਕੇ ਆਉਣ, ਤਾਂ ਕਿ ਸਾਡੀਆਂ ਸਰਕਾਰਾਂ ਨੂੰ ਸਾਰਿਆਂ ਨੂੰ ਪਤਾ ਲੱਗੇ। ਹੁਣ ਕੇਜਰੀਵਾਲ ਸਾਹਿਬ ਦੀ ਆਪਾਂ ਗੱਲ ਕਰ ਲਈਏ, ਕੇਜਰੀਵਾਲ ਸਾਹਿਬ ਇੰਨੇ ਸਿਆਣੇ ਬੰਦੇ ਨੇ, ਸੁਲਝੇ ਹੋਏ ਬੰਦੇ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਇਹ ਘਟਨਾ ਜਿਹੜੀ ਵਾਪਰੀ ਆ ਕਿਉਂ ਵਾਪਰੀ, ਇਹਦੇ ਉੱਤੇ ਉਹਨਾਂ ਦੇ ਵਿਚਾਰ ਆਉਣੇ ਚਾਹੀਦੇ ਨੇ, ਉਹਨਾਂ ਦੇ ਵਿਚਾਰ ਹੋਣੇ ਚਾਹੀਦੇ ਨੇ ਵੀ ਇਹ ਘਟਨਾ ਦੇ ਉੱਤੇ ਵੀ ਅਣਗਹਿਲੀ ਕਿਹਦੀ ਸੀ। ਹੁਣ ਕਮਾਲ ਦੀ ਗੱਲ, ਕੁਮਾਰ ਵਿਸ਼ਵਾਸ ਨੇ ਇੱਕ ਅੱਜ ਮੀਡੀਆ ਦੇ ਉੱਤੇ ਆਪਣਾ ਵਿਚਾਰ ਪੇਸ਼ ਕਰ ਦਿੱਤੇ, ਪਾਲ ਤਾਂ ਟਵਿੱਟਰ ਦੇ ਉੱਤੇ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਜੀ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪੰਜਾਬ ਦੀ ਪੁਲਿਸ ਉੱਥੇ ਗਈ ਹੈ। ਕੁਮਾਰ ਵਿਸ਼ਵਾਸ ਕਹਿੰਦਾ ਮੇਰੇ ਘਰ ਪੰਜਾਬ ਪੁਲਿਸ ਪੁੱਜੀ ਹੈ, ਮੈਂ ਸਾਵਧਾਨ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਕੇਜਰੀਵਾਲ ਇੱਕ ਦਿਨ ਮਾਨ ਤੇ ਪੰਜਾਬ ਨੂੰ ਧੋਖਾ ਦਊਗਾ। ਕੁਮਾਰ ਵਿਸ਼ਵਾਸ ਨੇ ਸਾਈਨ ਕਰੇ ਨੇ ਗੱਲ ਦੇ ਥੱਲੇ ਜੀ। ਹਾਂ ਜੀ, ਚਲੋ ਹੁਣ ਇੱਥੋਂ ਹੀ ਗੱਲ ਸ਼ੁਰੂ ਕਰਦੇ ਆ। ਤੇ ਪੰਜਾਬ ਦੀ ਪੁਲਿਸ ਦਿੱਲੀ ਚ ਪਹੁੰਚ ਗਈ ਹੈ, ਉਹਨਾਂ ਨੇ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦਾ ਕੁੰਡਾ ਖੜਕਾਤਾ। ਇਸ ਸਿਲਸਿਲੇ ਦੇ ਵਿੱਚ ਰੋਪੜ ਪੁਲਿਸ ਨੇ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਉਹ ਮੁਕੱਦਮਾ ਵੀ ਸੰਗੀਨ ਧਾਰਾਵਾਂ ਦੇ ਵਿੱਚ ਹੈ। 157, 157A, 505, 505, 2, 143, 143, 343, 141, 120B, IPC ਤੇ 125 ਲੋਕ ਪ੍ਰਤੀਨਿਧਤਾ ਐਕਟ, ਇੰਨੀਆਂ ਧਾਰਾਵਾਂ ਲਾ ਕੇ ਇਹ ਮੁਕੱਦਮਾ ਥਾਣਾ ਸਦਰ ਰੋਪੜ ਦੇ ਵਿੱਚ ਦਰਜ ਕੀਤਾ। ਤੇ ਇਸ ਸਿਲਸਿਲੇ ਦੇ ਵਿੱਚ ਰੋਪੜ ਦੇ SSP ਦਾ ਵੀ ਬਿਆਨ ਅੱਜ ਦੇਖਣ ਨੂੰ ਮਿਲਿਆ ਤੇ ਉਧਰ ਜਿਹੜੇ ਇੱਕ SP ਨੇ ਅਟਵਾਲ ਸਾਹਿਬ, ਉਹਨਾਂ ਨੇ ਵੀ ਇਸ ਸਿਲਸਿਲੇ ਦੇ ਵਿੱਚ ਹਰਵੀਰ ਸਿੰਘ ਅਟਵਾਲ, ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਆਪਣੇ ਪ੍ਰੈਸ ਕਾਨਫਰੰਸ ਕੀਤੀ ਹੈ ਜਾਂ ਸਭ ਲੋਕ ਮੀਡੀਆ ਦੇ ਸਾਹਮਣੇ ਆ ਕੇ ਸਪਸ਼ਟੀਕਰਨ ਦੇਣ ਦੀ ਗੱਲ ਕਹੀ ਹੈ। ਕਿਉਂਕਿ ਜਦੋਂ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਉਹਨਾਂ ਦਾ ਟਵੀਟ ਦੇ ਉੱਤੇ ਉਹਨਾਂ ਨੇ ਟਵਿੱਟਰ ਦੇ ਉੱਤੇ ਬਿਆਨ ਜਾਰੀ ਕੀਤਾ, ਬਲਕਿ ਅਲਕਾ ਨੇ ਤਾਂ ਮੀਡੀਆ ਦੇ ਸਾਹਮਣੇ ਆ ਕੇ ਗੱਲ ਵੀ ਕੀਤੀ ਹੈ, ਤਾਂ ਉਹਨਾਂ ਨੇ ਕਿਹਾ ਵੀ ਸਾਡੇ ਖਿਲਾਫ ਇਹਨਾਂ ਨੇ ਕੇਸ ਦਰਜ ਕੀਤਾ ਤੇ ਅੱਜ ਛਾਪੇਮਾਰੀ ਸਾਡੇ ਘਰਾਂ ਤੇ ਹੋਈ ਆ ਤੇ ਜਿਹੜੀ ਕਿ ਬਹੁਤ ਹੀ ਮਾੜਾ ਪੱਖ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ। ਪਰ ਗੱਲ ਸਾਹਿਬ ਮੈਂ ਸਿੱਧਾ ਕੇਜਰੀਵਾਲ ਉਠਾਈ ਆ, ਗੱਲ ਸਾਹਿਬ ਗੱਲ ਕਲੀਅਰ ਕਰਨੀ ਚਾਹੁੰਦਾ ਤੁਹਾਡੇ ਕੋਲ, ਪੁੱਛਣੀ ਚਾਹੁੰਦਾ ਮੈਂ ਕਿ ਮੀਡੀਆ ਦੇ ਵਿੱਚ ਇਹ ਗੱਲ ਸੁਣੀ ਅੱਜ ਵੀ ਜਿਹੜਾ ਉਥੋਂ ਦਾ ਮੌਕੇ ਦਾ SSP ਸੀ ਉਹਨੇ ਗੱਲ ਕਹੀ ਆ, ਇਹ ਕਹਿੰਦਾ ਅਸੀਂ ਛਾਪੇਮਾਰੀ ਕੋਈ ਨੀ ਕੀਤੀ, ਅਸੀਂ ਉਹਨਾਂ ਨੂੰ ਤਲਬ ਕਰਿਆ, ਉਹਨਾਂ ਦੇ ਘਰਾਂ ਦੇ ਬਾਹਰ ਚਪਕਾਏ ਨੇ, ਤਲਬ ਕਰਿਆ ਵੀ ਭਾਈ ਇਹ ਗੱਲਾਂ ਦਾ ਜਵਾਬ ਦਿਓ, ਆਹੀ ਗੱਲ ਅਸੀਂ ਪੁੱਛਣੀ ਆ, ਹੋ ਸਾਡਾ ਕੋਈ ਇਦ ਵੱਧ ਕੋਈ ਚੱਕਰ ਨੀ ਜੀ। ਨਹੀਂ ਇਸ ਤਰ੍ਹਾਂ ਨੀ ਹੁੰਦਾ, ਪਤਾ ਨੀ ਤੁਸੀਂ ਕਿੱਥੋਂ, ਮੈਂ ਤਾਂ ਦੇਖੋ
ਕਈ ਮੀਡੀਆ ਨੇ ਪੰਜਾਬੀ ਦੇ ਬੱਚੇ ਸੋਹਣੇ ਆਪ ਆਪ ਉਹਨਾਂ ਦੇ ਵਿਆਹ ਸੋਹਣੇ ਮੈਂ ਦੱਸਦਾ ਤੁਹਾਨੂੰ ਇੱਕ ਸਿਸਟਮ ਹੈ ਜਿਹੜਾ ਇੰਡੀਅਨ ਪੀਨਲ ਕੋਡ ਜਿਹਨੂੰ ਅਸੀਂ ਕਹਿੰਦੇ ਹਾਂ ਭਾਰਤੀ ਦੰਡ ਆਚਾਰ ਸੰਹਿਤਾ ਜਿਹਨੂੰ ਪੰਜਾਬੀ ਚ ਕਿਹਾ ਜਾਂਦਾ ITC ਦੇ ਤਹਿਤ ਜਦੋਂ ਕੋਈ ਮੁਕੱਦਮਾ ਦਰਜ ਹੁੰਦਾ ਜਿਹੜੇ ਮੁਕੱਦਮੇ ਦੇ ਵਿੱਚ 7 ਸਾਲ ਜਾਂ 7 ਸਾਲ ਤੋਂ ਘੱਟ ਸਜ਼ਾ ਉਹਦੇ ਚ ਸਿੱਧੀ ਗ੍ਰਿਫਤਾਰੀ ਕਰਨ ਤੇ ਪਿਛਲੇ ਸਮੇਂ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਉਹਨੇ ਕਹਿਤਾ ਵੀ ਐਵੇਂ ਨਾ ਫੜ ਫੜ ਕੇ ਲੁੱਕਣ ਜਿਹੜਾ ਤੁੰਨੀ ਜਾਓ ਉੱਥੇ ਜਗ੍ਹਾ ਪਹਿਲਾਂ ਹੀ ਥੋੜੀ ਆ ਇਹਦੀ ਪਹਿਲਾਂ ਮੁਕੰਮਲ ਜਾਂਚ ਪੜਤਾਲ ਕਰੋ ਬਿਲਕੁਲ ਮੁਕੰਮਲ ਜਾਂਚ ਪੜਤਾਲ ਤੋਂ ਬਾਅਦ ਜੇ ਲੱਗਦਾ ਬਈ ਇਹਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਆ ਤਾਂ ਹੀ ਗ੍ਰਿਫਤਾਰੀ ਕੀਤੀ ਜਾਵੇ ਤੇ ਇਹ ਜਿਹੜੇ ਹਰਵੀਰ ਸਿੰਘ ਅਟਵਾਲ ਨੇ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਬਈ ਅਸੀਂ ਉਹਨਾਂ ਦੇ ਘਰ ਤੇ ਛਾਪੇਮਾਰੀ ਨਹੀਂ ਕੀਤੀ ਅਸੀਂ ਤਾਂ ਉਹਨਾਂ ਨੂੰ ਨੋਟਿਸ ਦੇਣ ਗਏ ਆ CRPC ਜਿਹਨੂੰ ਜਾਬਤਾ ਫੌਜਦਾਰੀ ਕਹਿੰਦੇ ਆ CRPC ਦੀ ਧਾਰਾ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹਨੂੰ ਅਸੀਂ ਕਹਿੰਦੇ ਆ ਉਹਦੀ ਧਾਰਾ 107 ਹੈ ਉਹਦੀ ਧਾਰਾ 107 ਦੇ ਤਹਿਤ ਕਿਸੇ ਵੀ ਬੰਦੇ ਨੂੰ ਪਹਿਲਾਂ ਨੋਟਿਸ ਦਿੱਤਾ ਜਾਂਦਾ ਵੀ ਤੂੰ ਇੰਨੇ ਦਿਨ ਦੇ ਵਿੱਚ ਵਿੱਚ ਪੇਸ਼ ਹੋ ਕੇ ਆਪਦਾ ਸਪਸ਼ਟੀਕਰਨ ਦੇ ਜਾਂ ਉਹਦਾ ਮਤਲਬ ਹੈ ਤੂੰ ਇਨਵੈਸਟੀਗੇਸ਼ਨ ਜੁਆਇਨ ਕਰ ਭਾਵ ਹੈ ਵੀ ਤੂੰ ਜਾਂਚ ਦੇ ਵਿੱਚ ਭਾਗ ਲੈ ਜਿਹੜੀ ਜਾਂਚ ਪੁਲਿਸ ਕਰ ਰਹੀ ਆ ਤੇ ਜੇ ਤੁਹਾਡਾ ਦੀ ਬੰਦਾ ਮੰਨ ਲਓ ਵੀ ਉਹਦੇ ਘਰੇ ਜਾਂਦੇ ਨੇ ਤੇ ਉਹ ਸਾਈਨ ਨਹੀਂ ਕਰਦਾ ਨੋਟਿਸ ਰਿਸੀਵ ਨਹੀਂ ਕਰਦਾ ਨੋਰਮਲ ਤਰੀਕੇ ਨਾਲ ਤਾਂ ਫਿਰ ਉਹਦੇ ਦਰਵਾਜ਼ੇ ਦੇ ਅੱਗੇ ਸੁੱਖਾ ਦਿੱਤਾ ਜਾਂਦਾ ਬਸ ਬਸ ਤੇ ਇਹ ਨੋਟਿਸ 3 ਵਾਰ ਦੇਣਾ ਜ਼ਰੂਰੀ ਆ ਜੀ ਕਿਸੇ ਵੀ ਬੰਦੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਨੋਟਿਸ 3 ਵਾਰ ਦੇਣਾ ਜ਼ਰੂਰੀ ਆ ਤੇ ਫਿਰ IO ਕੋਲੇ ਇਸ ਗੱਲ ਦਾ ਅਖਤਿਆਰ ਹੈ ਵੀ ਉਹ ਬਿਨਾਂ ਵਾਰੰਟ ਤੋਂ ਵੀ ਜਾ ਕੇ ਗ੍ਰਿਫਤਾਰ ਕਰ ਸਕਦਾ ਇਹਦੇ ਲਈ ਤਰੀਕਾ ਇਹ ਹੁੰਦਾ ਵੀ ਜੇ ਉਹ ਬੰਦਾ ਮਿਲੇ ਹੀ ਨਾ ਮੰਨਣਾ ਉਹ ਬੰਦਾ ਮਿਲਦਾ ਹੀ ਨਹੀਂ ਹੈ ਉਹ ਘਰ ਵੀ ਨਹੀਂ ਮਿਲਦਾ ਤੇ ਪੁਲਿਸ ਰੇਡ ਵੀ ਕਰਦੀ ਆ ਤੇ ਉਹ ਫਿਰ ਵੀ ਨਹੀਂ ਮਿਲਦਾ ਤਾਂ ਫੇਰ ਪੁਲਿਸ ਜਿਹੜੀ ਆ ਉਹ ਅਦਾਲਤ ਦੇ ਵਿੱਚੋਂ ਜਾ ਕੇ ਉਹਨੂੰ PO ਕਰਾਰ ਦਿੰਦੀ ਹੈ PO ਕਰਾਰ ਦਿੰਦੀ ਹੈ ਜੀ ਉਹ ਦੱਸਦੇ ਨੇ ਵੀ ਅਸੀਂ 3 ਵਾਰ ਨੋਟਿਸ ਦਿੱਤਾ ਲੇਕਿਨ ਉਹ ਬੰਦਾ ਅਵੇਲੇਬਲ ਨਹੀਂ ਹੈ ਜਾਂ ਮਿਲ ਨਹੀਂ ਰਿਹਾ ਜਾਂ ਉਹ ਖੁਦ ਨੂੰ ਜਾਣ ਬੁੱਝ ਕੇ ਲੁਕਾ ਰਿਹਾ ਉਹ ਜਾਂਚ ਤੋਂ ਮਤਲਬ ਹੈ ਪਾਸਾ ਵੱਟ ਰਿਹਾ ਇਸ ਕਰਕੇ ਹੁਣ ਉਹਦੀ ਗ੍ਰਿਫਤਾਰੀ ਜਿਹੜੀ ਆ ਫਿਜ਼ੀਕਲੀ ਉਹਨੂੰ ਫੜ ਕੇ ਉਹਦੀ ਪੁੱਛਗਿੱਛ ਜ਼ਰੂਰੀ ਆ ਇਸ ਤਰੀਕੇ ਨਾਲ ਫਿਰ ਉਹਦੇ ਤੇ ਕਾਰਵਾਈ ਹੁੰਦੀ ਲੇਕਿਨ ਤੁਹਾਡਾ ਜੀ ਮਸਲਾ ਇਹ ਆ ਕੁਮਾਰ ਵਿਸ਼ਵਾਸ ਨੇ ਵੀ ਇਹ ਗੱਲ ਕਹੀ ਆ ਹਲਕਾ ਲਾਂਬਾ ਜੀ ਨੇ ਵੀ ਇਹ ਗੱਲ ਕਹੀ ਆ ਤੇ ਜਿਹੜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਬਣਾਏ ਗਏ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਤਾਂ ਇੱਥੇ ਤੱਕ ਕਹਿਤਾ ਬਈ ਕੇਜਰੀਵਾਲ ਪੰਜਾਬ ਦੀ ਪੁਲਿਸ ਨੂੰ ਨਿੱਜੀ ਸਿਕਿਉਰਿਟੀ ਗਾਰਡਾਂ ਵਾਂਗੂ ਵਰਤ ਰਹੇ ਆ ਇਹ ਚੰਗੀ ਪਿਰਤ ਨਹੀਂ ਹੈ ਇਹ ਮਾੜੀ ਪਿਰਤ ਹੈ ਤੇ ਉਧਰ ਤੁਹਾਡਾ ਜੀ ਜਦੋਂ ਪੁਲਿਸ ਜਿਹਨੂੰ ਕਹਿੰਦੇ ਨਾ ਥੁੱਕ ਲੁੱਕ ਨਾਲ ਜਾਂ ਤੁੱਥ ਮੁੱਥ ਕਰਕੇ ਮੁਕੱਦਮੇ ਦਰਜ ਕਰਦੀ ਆ ਤਾਂ ਉਹਨਾਂ ਦੀ ਅਦਾਲਤਾਂ ਦੇ ਵਿੱਚ ਤਾਂ ਪੂਕ ਨਿਕਲਦੀ ਹੁੰਦੀ ਆ ਪਰ ਉਹ ਵੈਸੇ ਵੀ ਸ਼ੱਕੀ ਹੋ ਜਾਂਦੇ ਨੇ ਹੁਣ ਇਹਦੇ ਚ ਤੁਸੀਂ ਦੇਖੋ ਬਈ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਵੱਲੋਂ ਇੱਕ ਸ਼ਿਕਾਇਤ ਲੈ ਲਈ ਗਈ ਜਿਹਦੇ ਚ ਲਿਖਿਆ ਇਹ ਆ ਬਈ ਅਸੀਂ ਜੀ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਲੋਕਾਂ ਦੇ ਮਸਲੇ ਹੱਲ ਕਰਨ ਲਈ ਪਿੰਡਾਂ ਦੇ ਦੌਰੇ ਤੇ ਸੀ ਤੇ ਰਸਤੇ ਦੇ ਵਿੱਚ ਰੋਕ ਕੇ ਸਾਨੂੰ ਕੁਛ ਨਕਾਬਪੋਸ਼ ਬੰਦਿਆਂ ਨੇ ਕਿਹਾ ਵੀ ਤੁਸੀਂ ਤਾਂ ਖਾਲਿਸਤਾਨੀ ਹੋ ਸਾਨੂੰ ਘੇਰ ਕੇ ਕਹਿੰਦੇ ਵੀ ਤੁਸੀਂ ਖਾਲਿਸਤਾਨੀ ਹੋ ਤੇ ਉਹਨਾਂ ਨੇ ਨਾਰੇ ਵੀ ਲਾਏ ਸਾਡੇ ਖਿਲਾਫ ਤੇ ਉਹ ਕਹਿੰਦੇ ਵੀ ਇਹ ਹੋਇਆ ਸਭ ਕੁਛ ਹੋ ਰਿਹਾ ਕਿਉਂਕਿ ਜਦੋਂ ਪੰਜਾਬ ਚ ਚੋਣਾਂ ਚੱਲਦੀਆਂ ਸੀ ਤਾਂ ਕੁਮਾਰ ਵਿਸ਼ਵਾਸ ਨੇ ਤੇ ਅਲਕਾ ਲਾਂਬਾ ਨੇ ਆਹ ਦੋਸ਼ ਲਾਏ ਸੀ ਬਈ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਖਾਲਿਸਤਾਨੀਆਂ ਨਾਲ ਸੰਬੰਧ ਨੇ ਤੇ ਉਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਫੰਡਿੰਗ ਵੀ ਜਿਹੜੀ ਆ ਉਹ ਵਿਦੇਸ਼ਾਂ ਤੋਂ ਹੋਈ ਆ ਤੇ ਇਸ ਕਰਕੇ ਉਹ ਕਹਿੰਦੇ ਵੀ ਸਾਡੇ ਤੇ ਹਮਲਾ ਹੋ ਗਿਆ ਤੇ ਸਾਡੀ ਕੁੱਟਮਾਰ ਵੀ ਕਰਕੇ ਉਹਨਾਂ ਨੇ ਨਕਾਬਪੋਸ਼ ਬੰਦਿਆਂ ਨੇ
ਤਾਂ ਕਰਕੇ ਕਿਉਂਕਿ ਧਾਰਾ 341 ਲਾਈ ਆ ਤੇ ਧਾਰਾ 323 ਲਾਈ ਆ। ਧਾਰਾ 323 ਹੁੰਦੀ ਆ ਜਿਹਦੇ ਚ ਮਾਮੂਲੀ ਕੁੱਟਮਾਰ ਜਿਹਨੂੰ ਆਪਾਂ ਕਹੀਏ ਵਿਚਾਰ ਲਫੜੇ ਮਾਰ ਦੇਣੇ ਕੇ, ਤੇ 341 ਹੁੰਦੀ ਆ ਇਲੀਗਲ ਡਿਟੈਂਸ਼ਨ, ਕਿਸੇ ਨੂੰ ਘੇਰ ਲੈਣਾ, ਉਹਨੂੰ ਬੰਦਾ ਗੈਰ ਕਾਨੂੰਨੀ ਤਰੀਕੇ ਨਾਲ ਘੇਰ ਕੇ ਬੰਦੀ ਬਣਾ ਲੈਣਾ, ਇਹ ਧਾਰਾ 341 ਚ ਆਉਂਦਾ। ਤਾਂ ਉਹ ਜਿਹੜੀਆਂ ਧਾਰਾਵਾਂ ਉਹਨਾਂ ਨੇ ਲਾਈਆਂ ਨੇ, ਤੇ ਇਹਦੇ ਤੋਂ ਇਲਾਵਾ 153 ਏ, 500 ਤੇ 505 2, ਤੇ 116 ਆਰ ਡਬਲਿਊ, ਇਹ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ ਨਾ ਤੁਹਾਡਾ ਜੀ, ਇਹ ਸਾਰੀਆਂ ਉਹੀ ਨੇ ਜਿਹਨਾਂ ਦੇ ਵਿੱਚ ਇੱਕ ਕਿਸਮ ਦਾ ਦੇਸ਼ ਵਿਰੋਧੀ ਗਤੀਵਿਧੀਆਂ ਜਾਂ ਦੇਸ਼ ਨੂੰ ਤੋੜਨ ਵਾਲੀਆਂ ਗਤੀਵਿਧੀਆਂ ਕਹਿ ਲਓ, ਉਹਨਾਂ ਚ ਕਿਸੇ ਦੀ ਸ਼ਮੂਲੀਅਤ, ਤੇ 125 ਲੋਕ ਪ੍ਰਤੀਨਿਧਤਾ ਐਕਟ ਜਿਹੜਾ ਵੀ ਤੁਸੀਂ ਚੋਣਾਂ ਦੇ ਵਿੱਚ ਬਿਨਾਂ ਕਿਸੇ ਤੱਥਾਂ ਤੋਂ ਕੋਈ ਪ੍ਰਚਾਰ ਝੂਠਾ ਕਿਸੇ ਦੇ ਖਿਲਾਫ ਕੀਤਾ ਤਾਂ ਉਸੇ ਨੂੰ ਆਧਾਰ ਬਣਾ ਕੇ, ਕਿਉਂਕਿ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੁਮਾਰ ਵਿਸ਼ਵਾਸ ਨੇ ਪੰਜਾਬ ਉੱਥੋਂ ਦਿੱਲੀ ਤੋਂ ਬਹਿ ਕੇ, ਪੰਜਾਬ ਤੋਂ ਬੜਿਆ ਨੀਗਾ, ਦਿੱਲੀ ਚ ਬੈਠ ਕੇ ਉਹਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ, ਉਹਨੇ ਟਵਿੱਟਰ ਦੇ ਉੱਤੇ ਵੀ ਲਿਖਿਆ ਤੇ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇਹਦਾ ਬਹੁਤ ਪ੍ਰਚਾਰ ਕੀਤਾ ਵੀ ਅਰਵਿੰਦ ਕੇਜਰੀਵਾਲ ਨੇ ਜਦੋਂ ਪਿਛਲੀਆਂ ਚੋਣਾਂ ਸੀ ਉਦੋਂ ਖਾਲਿਸਤਾਨੀਆਂ ਨਾਲ ਸਾਂਢ-ਗਾਂਢ ਕੀਤੀ ਸੀ, ਇੱਥੋਂ ਤੱਕ ਕਹਿਤਾ ਸੀ ਉਹ, ਕਹਿੰਦਾ ਜਦੋਂ ਮੈਂ ਉਹਨੂੰ ਟੋਕਿਆ ਵੀ ਇਹ ਕਰਨਾ ਨੀ ਚਾਹੀਦਾ ਤਾਂ ਉਹਨੇ ਕਿਹਾ ਵੀ ਮੈਂ ਪੰਜਾਬ ਦਾ ਜਾਂ ਤਾਂ ਮੁੱਖ ਮੰਤਰੀ ਬਣੂਗਾ ਤੇ ਨਹੀਂ ਫਿਰ ਇੱਕ ਅਲੱਗ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਜਾਂ ਰਾਸ਼ਟਰਪਤੀ ਬਣੂਗਾ, ਭਾਵ ਖਾਲਿਸਤਾਨ ਦੀ ਗੱਲ, ਇੱਕ ਵੱਖਰਾ ਦੇਸ਼ ਬਣਾ ਕੇ। ਸੋ ਇਸ ਗੱਲ ਨੂੰ ਆਧਾਰ ਬਣਾ ਕੇ ਜਿਹੜਾ ਕੇਜਰੀਵਾਲ ਦੇ ਖਿਲਾਫ ਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦੇ ਵੀ ਇੰਟਰਵਿਊਜ਼ ਦਿੱਤੀਆਂ ਨੇ ਤੇ ਉਹਨਾਂ ਨੂੰ ਆਧਾਰ ਬਣਾ ਕੇ ਇਹ ਕੇਸ ਦਰਜ ਕੀਤਾ ਗਿਆ। ਹੁਣ ਤੁਹਾਡਾ ਜੀ ਇੱਥੋਂ ਬੜਾ ਸਾਫ਼ ਪਤਾ ਲੱਗਦਾ ਵੀ ਇਹ ਕੇਸ ਬਿਲਕੁਲ ਹੀ ਹਵਾ ਚ ਆ, ਕੌਣ ਕਿਸੇ ਨੂੰ ਘੇਰ ਕੇ ਕਹਿੰਦਾ ਵਾ ਵੀ ਤੂੰ ਖਾਲਿਸਤਾਨੀ ਹੈ, ਜਿਹਨੇ ਇਹ ਗੱਲ ਕਹਿਣੀ ਹੈ ਨਾ ਵੀ ਤੁਸੀਂ ਖਾਲਿਸਤਾਨੀ ਹੋ, ਉਹ ਤਾਂ ਅਗਲੇ ਖੁੱਲ੍ਹੇਆਮ ਕਹਿੰਦੇ ਨੇ, ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਕੁਮਾਰ ਵਿਸ਼ਵਾਸ ਨੇ ਤੇ ਅਲਕਾ ਲਾਂਬਾ ਨੇ ਖੁੱਲ੍ਹੇਆਮ ਹੀ ਬਿਆਨ ਦਿੱਤਾ ਨਾ, ਉਹਨਾਂ ਨੇ ਕਿਹੜਾ ਕਮਰੇ ਚ ਮੜ ਕੇ ਘੇਰਿਆ ਕਿਸੇ ਨੂੰ ਜਾਂ ਅਰਵਿੰਦ ਕੇਜਰੀਵਾਲ ਦੀ ਬਾਂਹ ਮਰੋੜ ਕੇ ਕਿਹਾ ਵੀ ਤੂੰ ਤਾਂ ਖਾਲਿਸਤਾਨੀ ਹੈ। ਇਹ ਜਿਹੜੀ ਇਸ ਤਰ੍ਹਾਂ ਦਾ ਮੁਕੱਦਮਾ ਦਰਜ ਕਰਦਾ ਇਹ ਸੱਚੀ ਮੁੱਚੀ ਹਵਾ ਚ ਮੁਕੱਦਮਾ ਵਾ, ਇਹਦਾ ਕੋਈ ਮਤਲਬ ਨਹੀਂ ਹੈ। ਔਰ ਜਿਹੜੇ ਦੋਸ਼ ਲੱਗੇ ਨੇ ਵੀ ਭਗਵੰਤ ਮਾਨ ਕੇਜਰੀਵਾਲ ਦੇ ਹੱਥਾਂ ਚ ਖਿਡੌਣੇ ਵਾਂਗੂ ਖੇਡ ਰਿਹਾ, ਇਹ ਜਿਹੜੇ ਦੋਸ਼ ਨੇ ਇਹਨਾਂ ਚ ਕਾਫੀ ਹੱਦ ਤੱਕ ਸੱਚਾਈ ਲੱਗਦੀ ਆ ਜੀ। ਤੁਹਾਨੂੰ ਉਹ ਖੇਡਦਾ ਜਾਂ ਨਹੀਂ ਖੇਡਦਾ ਤਾਂ ਮੈਨੂੰ ਪਤਾ ਨਹੀਂ, ਪਰ ਜੇ ਕੋਈ ਖਾਲਿਸਤਾਨੀ ਜਾਂ ਕੋਈ ਇਹ ਸੋਚੇ ਵੀ ਕੇਜਰੀਵਾਲ ਜਿਹੜਾ ਹੈਗਾ ਖਾਲਿਸਤਾਨੀ ਹਮਾਇਤ ਨਾਲ ਵੱਖਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੂਗਾ ਸੋਚੂਗਾ, ਹਰ ਘੜਾ ਵਹਿਮ ਹੋਣਾ। ਕੇਜਰੀਵਾਲ ਇੱਕ ਬਾਣੀਆ ਬੰਦਾ ਹੈ, ਬਾਣੀਆ ਬੰਦਾ ਕੁਛ ਵੀ ਕਰ ਸਕਦਾ, ਕੁਛ ਵੀ ਕਹਿ ਸਕਦਾ, ਉਹਦੇ ਤੇ ਮੈਂ ਵਿਸ਼ਵਾਸ ਨਹੀਂ ਕਰਦਾ, ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੈ। ਪਰ ਹੁਣ ਜੇ ਆਪਾਂ ਗੱਲ ਦੂਜੇ ਪਾਸੇ ਚੱਲੀਏ, ਗਿੱਲ ਸਾਹਿਬ ਉਹ ਵੀ ਜ਼ਰੂਰੀ ਹੈ, ਗੱਲ ਹੈਗੀ ਹੈ ਜੀ ਸੁਪਰੀਮ ਕੋਰਟ ਦੀ। ਜਹਾਂਗੀਰ ਮਾਮਲੇ ਦੇ ਵਿੱਚ, ਜਹਾਂਗੀਰਪੁਰੀ ਦੇ ਵਿੱਚ ਜੋ ਬੁਲਡੋਜ਼ਰ ਫਿਰੇ ਨੇ, ਹੁਣ ਉਹ ਚਲਦੇ ਚਲਦੇ ਗਾਹਾਂ ਚਲਦੇ ਚਲਦੇ ਯੂਪੀ ਤੋਂ ਲੈ ਕੇ ਕਈ ਮੱਧ ਪ੍ਰਦੇਸ਼ ਤੱਕ ਗਾਹਾਂ ਤੱਕ ਚਲੇ ਗਿਆ, ਜਿੱਥੇ ਜੀ ਕਰਦਾ ਬੁਲਡੋਜ਼ਰ ਆ ਜਾਂਦਾ ਢਹਿ ਢੇਰੀ ਕਰ ਦਿੰਦਾ। ਸੁਪਰੀਮ ਕੋਰਟ ਦੇ ਦਖਲ ਦੇ ਨਾਲ ਵੀ ਬੁਲਡੋਜ਼ਰ ਨਹੀਂ ਰੁਕਿਆ, ਸਾਰੀਆਂ ਦੁਕਾਨਾਂ ਢਹਿ ਢੇਰੀ ਕਰਤੀਆਂ, ਇਵਨ ਤੇ ਮੈਨੂੰ ਤੇ ਇਹ ਪਤਾ ਲੱਗਿਆ ਮਸਜਿਦ ਦੇ ਦਰਵਾਜ਼ੇ ਤੋੜ ਦਿੱਤੇ ਗਏ, ਪਰ ਜਦੋਂ ਮੰਦਰ ਦੀ ਵਾਰੀ ਆਈ ਉਦੋਂ ਇਹ ਕਹਿ ਕੇ ਬੁਲਡੋਜ਼ਰ ਰੁਕ ਗਿਆ ਕਿ ਹੁਣ ਸੁਪਰੀਮ ਕੋਰਟ ਦਾ ਨੋਟਿਸ ਸਾਡੇ ਕੋਲ ਮਿਲ ਗਿਆ। ਰੌਲਾ ਤਾਂ ਇੱਥੇ ਹੀ ਹੈ ਗੱਲ ਸਾਹਿਬ। ਹਾਂ ਜੀ, ਹੈਰਾਨੀ ਇਸ ਗੱਲ ਦੀ ਘੱਟ ਹੈ ਕਿਉਂਕਿ ਇਹ ਤਾਂ ਕੰਮ ਪਹਿਲਾਂ ਹੀ ਚੱਲ ਰਿਹਾ, ਪਰ ਹੈਰਾਨੀ ਇਸ ਗੱਲ ਦੀ ਜ਼ਿਆਦਾ ਹੈ। ਮੰਨ ਲਓ ਬਈ ਕਾਰਪੋਰੇਸ਼ਨ ਨੇ ਨਜਾਇਜ਼ ਕਬਜ਼ੇ ਹਟਾਉਣੇ ਆ, ਕੋਈ ਨੀ ਹਟਾ ਸਕਦੀ ਆ, ਉਹਨਾਂ ਕੋਲ ਹੈਗਾ ਅਧਿਕਾਰ ਇਸ ਗੱਲ ਦਾ, ਪਰ ਕਿਸੇ ਰਾਜਨੀਤਿਕ ਪਾਰਟੀ ਦਾ ਮੁਖੀ ਜਾਂ ਸੂਬੇ ਦਾ ਪ੍ਰਧਾਨ ਜਦੋਂ ਇਹ ਹੁਕਮ ਕਰਦਾ ਵੀ ਇਹ ਢਾਓ ਤਾਂ ਉਹ ਕਿਸ ਹੈਸੀਅਤ ਵਿੱਚ ਕਰਦਾ, ਉਹਦੇ ਕੋਲ ਕਿਹੜੀ ਸੰਵਿਧਾਨਕ ਪਾਵਰ ਹੈ
ਉਹਨੂੰ ਇਹ ਆਦੇਸ਼ ਦੇਣ ਦਾ ਹੁਕਮ ਕਿਉਂ ਦਿੱਤਾ, ਉਹਨੂੰ ਇਹ ਤਾਕਤ ਮਿਲੀ ਕਿੱਥੋਂ ਆ? ਬਿਲਕੁਲ, ਹੁਣ ਤੁਸੀਂ ਇਹ ਦੇਖੋ ਦਿੱਲੀ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਆ ਜਿਹੜਾ ਆਦੇਸ਼ ਗੁਪਤਾ, ਉਹ ਚਿੱਠੀ ਲਿਖਦਾ ਦੋ ਦਿਨ ਪਹਿਲਾਂ, ਉਹ ਚਿੱਠੀ ਲਿਖਦਾ ਕਾਰਪੋਰੇਸ਼ਨ ਦੇ ਮੇਅਰ ਨੂੰ, ਕਿਉਂਕਿ ਕਾਰਪੋਰੇਸ਼ਨ ਤਿੰਨਾਂ ਦੇ ਉੱਤੇ ਬੀਜੇਪੀ ਦਾ ਕਬਜ਼ਾ ਹੈ, ਕਾਰਪੋਰੇਸ਼ਨਾਂ ਦੀਆਂ ਚੋਣਾਂ ਬੀਜੇਪੀ ਜਿੱਤੀ ਹੋਈ ਆ ਤਿੰਨਾਂ ਦੇ ਉੱਤੇ, ਤਿੰਨੇ ਮੇਅਰ ਜਿਹੜੇ ਨੇ ਉਹ ਬੀਜੇਪੀ ਦੇ ਨੇ, ਤੇ ਉਹ ਜਿਹੜੇ ਇਹ ਮੇਅਰ ਨੇ ਇਹ ਹੈ ਵੀ ਸਰਦਾਰ ਜੀ ਇਕਬਾਲ ਸਿੰਘ, ਸਰਦਾਰ ਜੀ ਨੇ ਰਾਜਾ ਇਕਬਾਲ ਸਿੰਘ ਲਿਖਦੇ ਨੇ ਆਪਣੇ ਆਪ, ਔਰ ਆਦੇਸ਼ ਗੁਪਤੇ ਦੇ ਹੁਕਮਾਂ ਤੇ ਉਹ ਦੰਗਾ ਉਹਨਾਂ ਨੇ ਲਿਖਿਆ ਉੱਤਰੀ ਦਿੱਲੀ ਨਿਗਮ ਨੂੰ ਜਹਾਂਗੀਰਪੁਰੀ ਚ ਦੰਗਾਕਾਰੀਆਂ ਦੇ ਗੈਰ ਕਾਨੂੰਨੀ ਨਿਰਮਾਣ ਦੀ ਪਛਾਣ ਕਰਨ ਤੇ ਉਹਦੇ ਉੱਤੇ ਬੁਲਡੋਜ਼ਰ ਚਲਾਉਣ ਦਾ ਹੁਕਮ ਜਿਹੜਾ ਉਹ ਆਦੇਸ਼ ਗੁਪਤਾ ਨੇ ਦਿੱਤਾ। ਹੱਦ ਹੋ ਗਈ, ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਵੀ ਇਹ ਹੁਕਮ ਦੇਣ ਦਾ ਅਧਿਕਾਰ ਮਿਲ ਗਿਆ? ਇਹ ਤਾਂ ਦੇਸ਼ ਚ ਬਣੀ ਗੱਲ ਸਭ ਨੂੰ ਮਿਲੀ ਆ। ਤੇ ਤੁਹਾਡਾ ਜੀ ਆਹ ਗੱਲ ਵੀ ਤੁਹਾਡੀ ਕਮਾਲ ਦੀ ਆ ਬਈ, ਪਹਿਲੀ ਗੱਲ ਤਾਂ ਇਹ ਜਿਹੜੇ ਵਕੀਲ ਸਾਹਿਬ ਦੁਸ਼ਯੰਤ ਦਵੇ ਤੇ ਪ੍ਰਸ਼ਾਂਤ ਭੂਸ਼ਣ ਜਿਨ੍ਹਾਂ ਨੇ ਇਹ ਮਾਮਲਾ ਸੁਪਰੀਮ ਕੋਰਟ ਦੇ ਧਿਆਨ ਚ ਲਿਆਂਦਾ ਤੇ ਚੀਫ ਜਸਟਿਸ ਐਮ ਵੀ ਰਮੰਨਾ, ਤੁਸੀਂ ਦੇਖੋ ਵੀ ਜੇ ਦੇਸ਼ ਦੇ ਸਭ ਤੋਂ ਵੱਡੇ ਜੱਜ ਐਮ ਵੀ ਰਮੰਨਾ ਦੇ ਹੁਕਮ ਨੂੰ, ਕਾਰਪੋਰੇਸ਼ਨ ਕਿੱਡੀ ਕੁ ਚੀਜ਼ ਆ? ਕਾਰਪੋਰੇਸ਼ਨ ਕੀ ਹੁੰਦੀ ਆ? ਉਹ ਇੱਕ ਪੰਚਾਇਤ ਹੀ ਹੈ ਜਸੋ ਦੀ। ਤੇ ਜੇ ਇੱਕ ਪੰਚਾਇਤ ਸ਼ਹਿਰ ਦੀ ਦੇਸ਼ ਦੇ ਸਭ ਤੋਂ ਵੱਡੇ ਜੱਜ ਦਾ ਹੁਕਮ ਮੰਨਣ ਤੋਂ ਇਨਕਾਰੀ ਆ ਤੇ ਕੰਨਾਂ ਚੁੰਗਲਾਂ ਦੇ ਲੈਂਦੀ ਆ ਵੀ ਸਾਨੂੰ ਤਾਂ ਸੁਣਿਆ ਹੀ ਨੀ ਉਹਨਾਂ ਨੇ ਕਿਹਾ ਕੀ ਆ, ਅਸੀਂ ਅਜੇ ਹੁਕਮ ਦੇਖਿਆ ਹੀ ਨੀ, ਅਸੀਂ ਜਦੋਂ ਸਾਡੇ ਸਾਹਮਣੇ ਹੁਕਮ ਆ ਜਾਊਗਾ ਉਦੋਂ ਬਾਅਦ ਕਾਰਵਾਈ ਕਰਾਂਗੇ, ਬੜੀ ਹੈਰਾਨੀ ਹੁੰਦੀ ਹੈ। ਤੇ ਹੁਣ ਤੁਸੀਂ ਦੇਖੋ ਬਈ ਐਮ ਵੀ ਰਮੰਨਾ ਸਾਹਿਬ ਨੇ ਜਦੋਂ ਇਹ ਹੁਕਮ ਦਿੱਤਾ ਤਾਂ ਪਿੱਛੇ ਤੁਹਾਡਾ ਜੀ ਇੱਕ ਨਾ ਆਮ ਹੀ ਤੁਹਾਨੂੰ ਯਾਦ ਹੋਣਾ ਨਾ ਜਦੋਂ ਸ਼ਾਹਰੁਖ ਖਾਨ ਦੇ ਮੁੰਡੇ ਵਾਲਾ ਮਾਮਲਾ ਆਇਆ ਸੀ ਨਾ ਸਾਹਮਣੇ ਕਰੂਜ਼ ਦੇ ਉੱਤੇ ਡਰੱਗ ਫੜੇ ਜਾਣ ਦਾ, ਤਾਂ ਤੁਸੀਂ ਦੇਖਿਆ ਹੋਣਾ ਨਾ ਵੀ ਉਹਦੀ ਜ਼ਮਾਨਤ ਹੋਣ ਤੋਂ ਬਾਅਦ ਵੀ ਉਹ ਦੋ ਦਿਨ ਬਾਅਦ ਰਿਹਾ ਹੋਇਆ। ਕਹਿੰਦੇ ਜੀ ਟੈਕਨੀਕਲ ਗੱਲ ਸੀ ਕਿਉਂਕਿ ਉਹ ਸਹੀ ਤਰੀਕੇ ਨਾਲ ਜਿਹੜੇ ਅਦਾਲਤੀ ਹੁਕਮ ਸੀ ਉਹ ਅਖੇ ਜੇਲ੍ਹ ਦੇ ਵਿੱਚ ਪਹੁੰਚੇ ਨੀ, ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਪਈ ਆ ਬਈ ਹੁਣ ਜਿਹੜੇ ਹੁਕਮ ਨੇ ਨਾ ਉਹ ਫਿਜ਼ੀਕਲੀ ਆਇਆ ਹੀ ਨਹੀਂ ਕਰਨੇ, ਜੇਲ੍ਹ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਊਗੀ ਇਹ ਬਈ ਜਦੋਂ ਕੋਈ ਕੇਸ ਸੁਪਰੀਮ ਕੋਰਟ, ਹਾਈ ਕੋਰਟ ਜਾਂ ਕਿਸੇ ਹੋਰ ਅਦਾਲਤ ਦੇ ਵਿੱਚ ਲੱਗਦਾ ਤਾਂ ਅੱਜ ਕੱਲ੍ਹ ਜ਼ਿਆਦਾਤਰ ਅਦਾਲਤਾਂ ਦੇ ਜਿਹੜੇ ਆਦੇਸ਼ ਨੇ ਉਹ ਆਨਲਾਈਨ ਆਪਣੇ ਆਪ ਹੀ ਹੋ ਜਾਂਦੇ ਨੇ, ਤਾਂ ਅੱਗੇ ਤਾਂ ਜਦ ਤੱਕ ਉਹਦੀ ਸਰਟੀਫਾਈਡ ਕਾਪੀ ਲੈ ਕੇ ਤੁਸੀਂ ਜੱਜ ਦੇ ਅਦਾਲਤ ਦੇ ਉੱਤੋਂ ਹੁਕਮਾਂ ਦੀ ਕਾਪੀ ਲੈ ਕੇ ਸਰਟੀਫਾਈਡ ਉਹ ਲੈ ਕੇ ਤੁਸੀਂ ਜੇਲ੍ਹ ਅਧਿਕਾਰੀਆਂ ਦੇ ਕੋਲੇ ਤੁਸੀਂ ਪਹੁੰਚਦੇ ਉਹ ਵੀ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਜਦੋਂ ਹਾਜ਼ਰੀ ਲੱਗਣ ਦਾ ਟਾਈਮ ਹੁੰਦਾ, ਤੇ ਜੇ ਤੁਸੀਂ ਉਦੋਂ ਤੱਕ ਨਹੀਂ ਪਹੁੰਚਦੇ ਤਾਂ ਤੁਹਾਡੀ ਰਿਹਾਈ ਨਹੀਂ ਸੀ ਹੁੰਦੀ। ਇਹ ਵੱਖਰੀ ਗੱਲ ਆ ਬਈ ਜੇ ਕੋਈ ਵੱਡਾ ਬੰਦਾ ਹੋਵੇ ਤਾਂ ਉਹਦੀ ਰਿਹਾਈ ਰਾਤ ਨੂੰ 12 ਵਜੇ ਵੀ ਹੋ ਜਾਂਦੀ ਆ, ਜੇ ਉਹ ਜਿਹੜਾ ਬੁਰਕ ਬੁਰਕ ਕੇ ਬੋਲਦਾ ਹੁੰਦਾ ਨਾ ਜਿਹੜਾ ਉਹ ਇੱਕ ਪੱਤਰਕਾਰ ਮੈਨੂੰ ਨਾਮ ਭੁੱਲ ਗਿਆ ਉਹਦਾ, ਤੇ ਉਹਦੀ ਰਿਹਾਈ ਹੋਗੀ ਉਹਦੀ, ਹਾਂ ਗੋਸਵਾਮੀ, ਉਹਦੀ ਖਾਤਰ ਅਦਾਲਤ ਵੀ ਰਾਤ ਨੂੰ ਖੁੱਲ ਜਾਂਦੀ ਆ, ਉਹਦੀ ਖਾਤਰ ਅਦਾਲਤ ਵੀ ਰਾਤ ਨੂੰ ਖੁੱਲ ਜਾਂਦੀ ਆ। ਤੇ ਕੱਲ ਦੁਸ਼ਯੰਤ ਦਵੇ ਜੀ ਨੇ ਜਦੋਂ ਦੂਜੀ ਵਾਰ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਬਈ ਜਨਾਬ ਤੁਹਾਡੇ ਹੁਕਮਾਂ ਨੂੰ ਉੱਥੇ ਕੋਈ ਟਿੱਚ ਨਹੀਂ ਜਾਣਦਾ, ਇਹਦੇ ਲਈ ਤੁਸੀਂ ਕੋਈ ਦਖਲ ਦਿਓ ਤਾਂ ਕਿ ਉਹ ਗਰੀਬਾਂ ਦੇ ਘਰ ਬਚ ਜਾਣ, ਲੋਕਾਂ ਦੇ ਕਾਰੋਬਾਰ ਬਚ ਜਾਣ, ਲੋਕਾਂ ਦੀ ਰੋਟੀ ਰੋਜੀ ਬਚ ਜਾਵੇ। ਤਾਂ ਫਿਰ ਜਸਟਿਸ ਰਮੰਨਾ ਜੀ ਨੇ ਦੁਬਾਰਾ ਫੇਰ ਜਿਹੜਾ ਰਜਿਸਟਰੀ ਆ ਜਿਹਨੂੰ ਰਜਿਸਟਰਾਰ ਕਹਿੰਦੇ ਆ ਅਦਾਲਤ ਦਾ, ਉਹਨੂੰ ਕਿਹਾ ਬਈ ਹਰ ਹੀਲੇ ਫੌਰੀ ਤੌਰ ਤੇ ਇਹ ਜਿਹੜੇ ਹੁਕਮ ਨੇ ਉਹ DCP ਤੱਕ ਪਹੁੰਚਦੇ ਕਰਨ ਦੀ ਜ਼ਿੰਮੇਵਾਰੀ ਪੂਰੀ ਕਰੋ। ਤਾਂ ਫਿਰ ਉਹ ਪਹੁੰਚਦੇ ਨੇ ਤਾਂ ਇੰਨੇ ਨੂੰ ਤੁਸੀਂ ਹੈਰਾਨੀ ਜਿਹੜੀ ਮੈਨੂੰ ਹੋ ਰਹੀ ਆ ਉਹ ਇਹ ਹੋ ਰਹੀ ਆ ਬਈ ਕਾਂਗਰਸ ਦੇ ਪ੍ਰਧਾਨ ਨੇ, ਚਲੋ ਪ੍ਰਧਾਨ ਤਾਂ ਹੁਣ ਉਹਨਾਂ ਨੂੰ ਨਾ ਕਹੀਏ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ,
ਉਹਨਾਂ ਦੀ ਮਾਂ ਅੱਜ ਕੱਲ ਕਾਰਜਕਾਰੀ ਪ੍ਰਧਾਨ ਹੈ ਰਾਹੁਲ ਗਾਂਧੀ ਜੀ ਜਾਂ ਪ੍ਰਿਯੰਕਾ ਗਾਂਧੀ ਜਾਂ ਹੋਰ ਵੀ ਕਾਂਗਰਸ ਦੇ ਵੱਡੇ ਵੱਡੇ ਲੀਡਰ ਨੇ ਜਿਹੜੇ ਰਾਹੁਲ ਗਾਂਧੀ ਦੇ ਉੱਤੇ ਸਵਾਲ ਉਠਾਉਂਦੇ ਨੇ ਉਹ ਵੀ ਵਿੱਚੇ ਨੇ ਚਾਹੇ ਉਹ 23G ਵਾਲੇ ਹੋਣ ਉਹ 23G ਵਾਲੇ ਬਾਹਰੇ ਦਿੱਲੀ ਚ ਹੀ ਰਹਿੰਦੇ ਨੇ ਉਹ ਕਿਉਂ ਨਾ ਉੱਠ ਕੇ ਗਏ ਉੱਥੇ ਉਹਨਾਂ ਨੇ ਕਿਉਂ ਨਾ ਫਿਕਰ ਕੀਤਾ ਲੋਕਾਂ ਦਾ ਉਹ ਕਿਉਂ ਨਾ ਖੜੇ ਹੋਏ ਉੱਥੇ ਜਾ ਕੇ ਤੇ ਜੇ ਉੱਥੇ ਕੋਈ ਜਾ ਕੇ ਖੜਾ ਹੋਇਆ ਤਾਂ ਉਹ ਖੜਾ ਹੋਇਆ ਜਿਹਨਾਂ ਨੂੰ ਦਿੱਲੀ ਚ ਕੋਈ ਵੋਟ ਹੀ ਨਹੀਂ ਪੈਂਦੀ ਜਾਂ ਜਿਹਨਾਂ ਨੇ ਦਿੱਲੀ ਚ ਅੱਜ ਤੱਕ ਕਦੇ ਕੋਈ ਸੀਟ ਜਿੱਤੀ ਹੋਈ ਨਹੀਂ ਉਹ ਸੀ ਬੀਬੀ ਬਰਿੰਦਾ ਕਰਾਪ ਜਿਹੜੀ CPM ਦੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਰਾਪ ਦੀ ਪਤਨੀ ਹੈ ਤੇ ਪੋਲਿਟ ਬਿਊਰੋ ਦੀ ਮੈਂਬਰ ਆ CPM ਦੀ ਉਹ ਜਾ ਕੇ ਬੁਲਡੋਜ਼ਰ ਦੇ ਮੂਹਰੇ ਖੜੀ ਹੋ ਗਈ ਉਹਨੇ ਕਿਹਾ ਮੇਰੇ ਉੱਤੇ ਚੜੋ ਆ ਮੈਂ ਲੈ ਕੇ ਆਈ ਹਾਂ ਹੁਕਮੇ ਨੂੰ ਬੰਦ ਕਰੋ ਇਹ ਸਾਰਾ ਤਾਂ ਉਸ ਤੋਂ ਪਹਿਲਾਂ ਜਿਹੜਾ ਇਕਬਾਲ ਸਿੰਘ ਆ ਰਾਜਾ ਇਕਬਾਲ ਸਿੰਘ ਜੀ ਨੂੰ ਕਹਿ ਰਹੇ ਨੇ ਉਹ ਕਹਿੰਦਾ ਵੀ ਨਹੀਂ ਅਸੀਂ ਤਾਂ ਕਹਿੰਦਾ ਕਿ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਦਕਿ ਮਸਜਿਦ ਦੇ ਗੇਟ ਦੇ ਦੋਨੋਂ ਪਾਸੇ ਬੜੀਆਂ ਦੁਕਾਨਾਂ ਉਹ ਢਾਈਆਂ ਗਈਆਂ ਨੇ ਜਿਹੜਾ ਮਸਜਿਦ ਦੇ ਗੇਟ ਦੇ ਬਾਹਰ ਦੋਨੇ ਪਾਸੇ ਪੱਥਰ ਲਾ ਕੇ ਲਾਂਘਾ ਬਣਾਇਆ ਹੋਇਆ ਸੀ ਅੰਦਰ ਨੂੰ ਜਾਣ ਵਾਸਤੇ ਉਹ ਦੋਨੇ ਪਾਸੇ ਤੋੜਿਆ ਗਿਆ ਸਿਰਫ ਉਹਦਾ ਗੇਟ ਨਹੀਂ ਭੁੱਲਿਆ ਬਾਕੀ ਸਾਰਾ ਤੋੜ ਦਿੱਤਾ ਤੇ ਜਦੋਂ ਇਸ ਗੱਲ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਇਲਾਕੇ ਦੇ ਵਿੱਚ ਵੀ ਮਸਜਿਦ ਢਾਤੀ ਤਾਂ ਫੇਰ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪਈ ਤਾਂ ਇਹ ਵੀ ਡਰ ਹੋ ਗਿਆ ਵੀ ਕਿਤੇ ਲੋਕ ਨਾ ਇਕੱਠੇ ਹੋ ਕੇ ਆ ਜਾਣ ਤਾਂ ਇੰਨੇ ਨੂੰ ਜਦੋਂ ਪੱਤਰਕਾਰਾਂ ਦੇ ਸਵਾਲ ਪੁੱਛਿਆ NDTV ਦੇ ਪੱਤਰਕਾਰ ਸੀ ਮੈਂ ਦੇਖਿਆ ਉੱਥੇ ਤਾਂ ਉਹਨਾਂ ਨੇ ਜਦੋਂ ਜਾ ਕੇ ਬੜੇ ਤਲਖ ਲਹਿਜੇ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਨੂੰ ਪੁੱਛਿਆ ਵੀ ਤੁਸੀਂ ਆ ਮਸਜਿਦ ਵਾਲਾ ਤਾਂ ਢਾਈ ਜਾਂਦੇ ਹੋ ਉਹ ਜਿਹੜਾ ਮੰਦਿਰ ਦੇ ਵਿੱਚ ਇਨਕਰੋਚਮੈਂਟ ਹੋਈ ਹੋਈ ਆ ਉਹਨੂੰ ਕਦੋਂ ਧੋਣਾ ਵਾ ਕਹਿੰਦੇ ਉਹਨੂੰ ਵੀ ਢਾਵਾਂਗੇ ਪਰ ਉਹਨੂੰ ਧੋਣ ਤੋਂ ਪਹਿਲਾਂ ਹੀ ਫਿਰ MCD ਦੇ ਅਧਿਕਾਰੀ ਇਹ ਕਹਿੰਦੇ ਨੇ ਵੀ ਕਿਉਂਕਿ ਬੀਬੀ ਪ੍ਰਕਾਸ਼ ਬਰਿੰਦਾ ਕਰਾਤ ਅਖੇ ਹੁਕਮ ਲੈ ਕੇ ਆ ਗਈ ਇਸ ਕਰਕੇ ਅਸੀਂ ਉਹਨੂੰ ਢਾਇਆ ਨੂੰ ਜਦਕਿ ਸੱਚਾਈ ਇਹ ਹੈ ਤੁਹਾਡਾ ਜੀ ਵੀ ਉੱਥੇ ਜਿਹੜੇ ਗਰੀਬ ਮੁਸਲਮਾਨ ਸੀ ਇੱਕ ਰੇਹੜੀ ਵਾਲਾ ਕਹਿੰਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਮੈਂ 22 ਸਾਲ ਤੋਂ ਇੱਥੇ ਰੇਹੜੀ ਲਾਉਂਦਾ ਉਹ ਕਹਿੰਦਾ ਕਹਿੰਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਰੇਹੜੀਆਂ ਵੀ ਹਟਾਉਣੀਆਂ ਨੇ ਤਾਂ ਉਹਨੇ ਕਿਹਾ ਨਹੀਂ ਨਹੀਂ ਰੇਹੜੀਆਂ ਨਹੀਂ ਅਸੀਂ ਹਟਾਉਣੀਆਂ ਅਸੀਂ ਤਾਂ ਆ ਜਿਹੜਾ ਕਬਾੜ ਦਾ ਸਮਾਨ ਪਿਆ ਨਾ ਸੜਕ ਦੇ ਉੱਤੇ ਜਿਹੜੇ ਕਬਾੜੀਆਂ ਨੇ ਢੇਰ ਲਾਏ ਹੋਏ ਨੇ ਅਸੀਂ ਤਾਂ ਕੱਲੇ ਉਹ ਚੱਕਣੇ ਆ ਉਹਨਾਂ ਨੂੰ ਚੱਕਣੇ ਉਹ ਕਹਿੰਦਾ ਮੇਰੀ ਰੇਹੜੀ ਮੈਨੂੰ ਉਹਦੇ ਉੱਤੇ JCB ਦੇ ਨਾਲ ਮੈਂ ਆਪ ਦੇਖਿਆ ਦੁਆਰਾ ਜੀ ਔਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਹਦੇ ਉੱਤੇ JCB ਦਾ ਪੰਜਾ ਇੰਨੇ ਜ਼ੋਰ ਨਾਲ ਮਾਰਿਆ ਉਹਦਾ ਬੇਚਾਰੇ ਦਾ ਸਭ ਕੁਛ ਤਬਾਹ ਕਰਤਾ ਇੱਕ ਹੋਰ ਦੁਕਾਨਦਾਰ ਉਹ ਕਹਿੰਦਾ ਮੇਰੇ ਕੋਲ ਆ ਕਾਗਜ਼ ਨੇ ਮੈਨੂੰ 1970 ਚ ਸਰਕਾਰ ਨੇ ਖੁਦ ਜਗ੍ਹਾ ਅਲਾਟ ਕੀਤੀ ਹੈ ਦੁਕਾਨਾਂ ਅਲਾਟ ਕੀਤੀਆਂ ਨੇ ਕਹਿੰਦਾ ਮੈਂ ਕਿਹਾ ਵੀ ਆ ਕਾਗਜ਼ ਤਾਂ ਦੇਖ ਲਓ ਕਹਿੰਦਾ ਕਿਸੇ ਨੇ ਕਾਗਜ਼ ਨੀ ਦੇਖਿਓ ਵੀ 2 ਮੰਜ਼ਿਲਾ ਦੁਕਾਨ ਤਾਂ ਗਿੱਲ ਸਾਹਿਬ ਤੇ ਇੱਥੋਂ ਕੰਮ ਹੋਰ ਕਰ ਲਿਓ ਜੀ ਜੇ ਹੋ ਸਕੇ ਇਹ ਜਿਹੜੇ 2-3 ਬੰਦੇ ਨੇ ਇਹ ਮੇਰਾ ਖਿਆਲ ਇਹ ਹਿੰਦੂ ਸਮਾਜ ਨਾਲ ਸੰਬੰਧ ਰੱਖਦੇ ਨੇ ਜਾਂ ਰੇਹੜੀ ਹੈ ਜਾਂ ਕਦੋਂ ਹੋਰ ਕੰਮ ਨੇ ਜ਼ਿਆਦਾ ਉੱਥੇ ਜਿਹਨਾਂ ਦਾ ਅੱਗੇ ਨੁਕਸਾਨ ਹੋਇਆ ਉਹ ਮੁਸਲਿਮ ਭਾਈਚਾਰੇ ਦਾ ਹੋਇਆ ਹੋ ਸਕਦਾ ਇਹ ਹਿੰਦੂ ਜਿਹੜੇ ਬੰਦੇ ਸੀ ਇਹਨਾਂ ਨੂੰ ਪਹਿਲਾਂ ਪੈਸੇ ਵੀ ਦਿੱਤੇ ਗਏ ਹੋਣ ਇਹ ਵੀ ਨਹੀਂ ਪਤਾ ਨੁਕਸਾਨ ਦਾ ਮੁਆਵਜ਼ਾ ਪਹਿਲਾਂ ਦਿੱਤਾ ਗਿਆ ਹੋਵੇ ਤੁਹਾਡੇ ਨਾਲ ਇੱਦਾਂ ਹੋਊਗਾ ਬਹੁਤ ਕੁਝ ਸਾਹਮਣੇ ਆਉਣਾ ਗਿੱਲ ਸਾਹਿਬ ਅਜੇ ਤੱਕ ਇਹ ਵੀ ਨਹੀਂ ਪਤਾ ਕੀ ਨਿਕਲਣਾ ਇਹਦੇ ਵਿੱਚੋਂ ਬਿਲਕੁਲ ਬਿਲਕੁਲ ਤੁਹਾਡਾ ਵੀ ਹਾਲ ਤਾਂ ਇਹ ਆ ਵੀ ਆਪਾਂ ਦੇਖਿਆ ਮੱਧ ਪ੍ਰਦੇਸ਼ ਦੇ ਵਿੱਚੋਂ ਜਿਹੜਾ ਘਟਨਾ ਵਾਪਰੀ ਉੱਥੇ ਇੱਕ ਗਰੀਬ ਔਰਤ ਜਿਹੜੀ ਵਿਧਵਾ ਸੀ ਉਹਦਾ ਸਰਕਾਰੀ ਬਣਾਇਆ ਹੋਇਆ ਘਰ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਇਆ ਹੋਇਆ ਘਰ ਆ ਉਹਦਾ ਉਹਨੂੰ ਬਕਾਇਦਾ ਸਰਟੀਫਿਕੇਟ ਦਿੱਤਾ ਹੋਇਆ ਵੀ ਆਹ ਘਰ ਤੈਨੂੰ ਅਲਾਟ ਕੀਤਾ ਜਾਂਦਾ ਉਹ ਵੀ ਘਰ ਸਾ ਹੁਣ ਜਦੋਂ ਸੁਪਰੀਮ ਕੋਰਟ ਚ ਮਾਮਲਾ ਗਿਆ ਤਾਂ ਹੁਣ ਜਿਹੜਾ ਮੁੱਖ ਮੰਤਰੀ ਆ ਸ਼ਿਵਰਾਜ ਚੌਹਾਨ ਉਹ ਕਹਿੰਦਾ ਕੋਈ ਜੀ ਉਹਨੂੰ ਦੁਬਾਰਾ ਬਣਾ ਰਹੇ ਨੇ ਘਰ ਮੈਨੂੰ ਸਵਾਲ ਕੀਤਾ ਮੈਂ ਇੱਕ ਮੈਂ ਤੁਹਾਡੀ ਕਲੀਅਰ ਕਰਨੀ ਚਾਹੁੰਦਾ ਆਪਣੀ ਗੱਲ ਮੈਨੂੰ ਸਵਾਲ ਕੀਤਾ ਵੀ ਕੀ ਮੇਰੇ ਤੇ ਉੱਤੇ ਸਵਾਲ ਹੈ ਇਹ ਤੁਹਾਡੇ ਤੇ ਨੀ ਮੇਰੇ ਤੇ ਹੈ ਵੀ ਮੈਂ ਕੁਮਾਰ ਵਿਸ਼ਵਾਸ ਨੂੰ ਕਿਵੇਂ ਗਿਣਦਾ ਕਿ ਉਹ ਚੰਗਾ ਬੰਦਾ ਮਾੜਾ ਬੰਦਾ ਕਿਵੇਂ ਕਿਵੇਂ ਨਹੀਂ
ਗਿੱਲ ਸਾਹਿਬ ਸਾਡਾ ਇਹ ਮਸਲਾ ਨਹੀਂ ਹੈਗਾ, ਸਾਡਾ ਨਾ ਇਹ ਕੰਮ ਹੈ ਵੀ ਕੌਣ ਚੰਗਾ ਜਾਂ ਕੌਣ ਮਾੜਾ। ਕਿਸੇ ਨੇ ਜਦੋਂ ਸਵਾਲ ਕਰੇ ਉਹਦੇ ਸਵਾਲ ਦਾ ਜਵਾਬ ਕਿਸੇ ਦੇ ਉੱਤੇ ਕੀਤਾ ਗਿਆ, ਅਸੀਂ ਉਹਦੇ ਉੱਤੇ ਨੁਕਤਾਚੀਨੀ ਕਰਨੀ, ਉਹਦੇ ਉੱਤੇ ਗੱਲਬਾਤ ਕਰਨੀ ਆਪਣਾ ਫਰਜ਼ ਸਮਝਦੇ ਹਾਂ। ਸਾਡੇ ਲਈ ਕੁਮਾਰ ਵਿਸ਼ਵਾਸ ਹੋਵੇ, ਅਲਕਾ ਲਾਂਬਾ ਹੋਵੇ, ਕੇਜਰੀਵਾਲ ਹੋਵੇ, ਨਰਿੰਦਰ ਮੋਦੀ ਹੋਵੇ, ਪ੍ਰਕਾਸ਼ ਸਿੰਘ ਬਾਦਲ ਹੋਵੇ, ਕੋਈ ਵੀ ਹੋਵੇ, ਅਸੀਂ ਤਾਂ ਰੋਜ਼ ਜਾਂ ਘਟਨਾਵਾਂ ਦੇ ਉੱਤੇ ਚਰਚਾ ਕਰਨੀ, ਗੱਲ ਸਾਡੇ ਸਰੋਤਿਆਂ ਤੱਕ ਪਹੁੰਚਾਉਣੀ, ਸਰੋਤਿਆਂ ਦੇ ਉੱਤੇ ਫੈਸਲਾ ਰੱਖਦੇ ਹਾਂ। ਤੁਸੀਂ ਫੈਸਲਾ ਕਰੋ ਤੁਹਾਡੇ ਲਈ ਚੰਗਾ ਕੌਣ ਮਾੜਾ ਕੌਣ, ਸਾਡਾ ਇਹਦੇ ਨਾਲ ਕੋਈ ਸਵਾਲ। ਮੈਂ ਦੱਸ ਦਿੰਦਾ ਜੀ ਗੱਲ ਸਾਹਿਬ, ਜੀ ਗੱਲ ਸਾਹਿਬ, ਕੋਈ ਨੀ, ਮੈਂ ਇਹਦੇ ਤੇ ਵੀ ਦੇ ਦਿੰਦਾ, ਮੈਂ ਇਹਦੇ ਤੇ ਵੀ ਭਾਵੇਂ ਸਵਾਲ ਤੁਹਾਨੂੰ ਪੁੱਛਿਆ ਜਵਾਬ ਮੈਂ ਦੇ ਦਿੰਦਾ। ਇਹਦਾ ਜਵਾਬ ਇਹ ਹੈ ਤੁਹਾਡਾ ਜੀ, ਬਈ ਟਾਈਮਿੰਗ ਦੇਖਣੀ ਹੁੰਦੀ ਹੈ ਜੀ। ਜੇ ਕੁਮਾਰ ਵਿਸ਼ਵਾਸ ਨੇ ਚੋਣਾਂ ਦੇ ਦਿਨਾਂ ਚ ਆ ਕੇ ਜੇ ਉਹ ਘਟਨਾ ਜਿਹੜੀ ਵੀ ਉਹ ਜ਼ਿਕਰ ਕਰਦਾ ਉਹ 2017 ਦੀ ਆ, ਬਈ ਕੁਮਾਰ ਵਿਸ਼ਵਾਸ ਕਹਿੰਦਾ ਵੀ 2017 ਦੇ ਵਿੱਚ ਜਦੋਂ ਪੰਜਾਬ ਦੀ ਵਿਧਾਨ ਸਭਾ ਦੀ ਪਿਛਲੀ ਚੋਣ ਹੋਈ ਸੀ ਉਦੋਂ ਕਹਿੰਦਾ ਵੀ ਉਹ ਮੋਗੇ ਇੱਕ ਅੱਤਵਾਦੀ ਦੇ ਘਰੇ ਰਿਹਾ ਤੇ ਮੈਂ ਉਹਨੂੰ ਜਦੋਂ ਟੋਕਿਆ ਤੇ ਉਹਨੇ ਮੈਨੂੰ ਆਹ ਗੱਲ ਦਾ ਜਵਾਬ ਦਿੱਤਾ। ਉਹ 17 ਤੋਂ ਹੁਣ ਤਾਈਂ ਕੀ ਕਰਦਾ ਸੀ, 17 ਤੋਂ 22 ਤੱਕ ਉਹ ਚੁੱਪ ਕਾਹਤੋਂ ਰਿਹਾ? ਇਹ ਵੀ ਗੱਲ ਸਹੀ ਹੈ, ਬਿਲਕੁਲ 17 ਤੋਂ 22 ਤੱਕ 5 ਸਾਲ ਕੁਮਾਰ ਇਹਦੀ ਤੱਕ ਇਹ ਵੀ ਇੱਕ ਸਵਾਲ ਹੈ, ਉਹਨੂੰ ਹੁਣ ਕਿਉਂ ਚੋਣਾਂ ਦੇ ਵਿੱਚ ਆ ਕੇ ਚੇਤੇ ਆਇਆ, ਉਹਨੇ ਉਦੋਂ ਲਿਖਤੀ ਸ਼ਿਕਾਇਤ ਕਿਉਂ ਨਾ ਕੀਤੀ? ਜਦੋਂ ਉਹਨੂੰ ਪਤਾ ਸੀ ਵੀ ਐਡੀ ਵੱਡੀ ਸਾਜਿਸ਼ ਰਚੀ ਜਾ ਰਹੀ ਆ, ਦੇਸ਼ ਨੂੰ ਵੱਡਾ ਖਤਰਾ ਖੜਾ ਹੋ ਗਿਆ, ਤਾਂ ਉਦੋਂ ਉਹ ਸੁੱਤਾ ਪਿਆ ਸੀ, ਉਦੋਂ ਉਹ ਸੁੱਤਾ ਪਿਆ ਸੀ, ਉਹਨੂੰ ਕਿਹੜਾ ਜਵਾਬ ਦਿੱਤਾ? ਦੂਜੀ ਗੱਲ, ਇਹ ਦੋ ਘਟਨਾਵਾਂ ਨੂੰ ਇਸ ਤਰੀਕੇ ਨਾਲ ਦੇਖਣਾ ਬਣਦਾ ਟਵਾਣਾ ਜੀ, ਜਿਵੇਂ ਜਿਹੜੀ ਕੰਗਣਾ ਰਣੌਤ ਨੇ ਜਦੋਂ ਕਿਸਾਨ ਬੀਬੀਆਂ ਨੂੰ ਕਿਹਾ ਇਹ 100-100 ਰੁਪਇਆ ਦਿਹਾੜੀ ਲੈ ਕੇ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਜਦੋਂ ਫਿਰ ਪੰਜਾਬ ਚ ਉਹਦੇ ਜੁੱਤੀਆਂ ਪੈਂਦੀਆਂ ਨੇ ਤਾਂ ਫਿਰ ਉਹਨੂੰ ਵਾਈ ਸੁਰੱਖਿਆ ਦਿੱਤੀ ਜਾਂਦੀ ਹੈ, ਜਨ ਸੁਰੱਖਿਆ ਦਿੱਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਫਿਰ ਉਹਨੂੰ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਜਾਂਦਾ, ਤੇ ਇਵੇਂ ਹੀ ਕੁਮਾਰ ਵਿਸ਼ਵਾਸ ਜਿਹੜਾ ਕੱਲ ਤੱਕ ਆਮ ਆਦਮੀ ਪਾਰਟੀ ਦਾ ਲੀਡਰ ਕਹਾਉਂਦਾ ਸੀ ਆਪਦੇ ਆਪ ਨੂੰ, ਜਿਹੜਾ ਅੰਨਾ ਹਜ਼ਾਰੇ ਦੀ ਮੁੱਛ ਦਾ ਬਾਲ ਕਹਾਉਂਦਾ ਸੀ ਆਪਦੇ ਆਪ ਨੂੰ, ਤੇ ਉਹਦੇ ਖੱਬੇ ਸੱਜੇ ਇੱਕ ਪਾਸੇ ਕੇਜਰੀਵਾਲ ਤੇ ਇੱਕ ਪਾਸੇ ਕੁਮਾਰ ਵਿਸ਼ਵਾਸ ਬੈਠਦੇ ਹੁੰਦੇ ਸੀ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ, ਤੇ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਐਡੇ ਇੰਤਜ਼ਾਮ, ਐਡਾ ਇੰਨਾ ਪੈਸਾ, ਇੰਨਾ ਉੱਤੇ ਸਾਰਾ ਕੁਛ ਕੀਤਾ ਗਿਆ, ਜਿਹੜਾ ਉਹਦੇ ਪਿੱਛੇ ਕੌਣ ਸੀ? ਤੇ ਇਹੀ ਕੁਮਾਰ ਵਿਸ਼ਵਾਸ ਅੱਜ ਉਹਨੂੰ ਚੋਣਾਂ ਦੇ ਦਿਨਾਂ ਚ ਵਾਈ ਸੁਰੱਖਿਆ ਦਿੱਤੀ ਜਾਂਦੀ ਹੈ ਕੇਂਦਰ ਦੀ ਸਰਕਾਰ ਵੱਲੋਂ, ਇਹ ਹੈਰਾਨੀ ਨੀ ਹੈ? ਬਿਲਕੁਲ, ਅਸਲ ਚ ਕੁਮਾਰ ਵਿਸ਼ਵਾਸ ਆਰ ਐਸ ਐਸ ਦਾ ਫੀਲਾ ਹੈ, ਮੈਂ ਸਿੱਧੇ ਤੌਰ ਤੇ ਕਹਿੰਦਾ, ਤੇ ਉਹ ਆਪਣੀ ਡਿਊਟੀ ਵਜਾ ਰਿਹਾ, ਭਾਵੇਂ ਜਿਹੜਾ ਕੇਜਰੀਵਾਲ ਆ ਉਹਨੂੰ ਵੀ ਬੀਜੇਪੀ ਦੀ ਬੀ ਟੀਮ ਜਾਂ ਆਰ ਐਸ ਐਸ ਦਾ ਚਹੇਤਾ ਕਿਹਾ ਜਾਂਦਾ, ਪਰ ਜਦੋਂ ਹਿੱਤਾਂ ਦਾ ਟਕਰਾਅ ਆਉਂਦਾ ਉੱਥੇ ਕਈ ਵਾਰੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਤਾਂ ਇਹ ਵੀ ਇੱਕ ਹਿੱਤਾਂ ਦੇ ਟਕਰਾਅ ਦਾ ਸਵਾਲ ਸੀ ਜਦੋਂ ਕੇਜਰੀਵਾਲ ਦੇ ਖਿਲਾਫ ਦਿੱਲੀ ਦੀ ਹਕੂਮਤ ਨੇ, ਮੋਦੀ ਹਕੂਮਤ ਨੇ ਕੁਮਾਰ ਵਿਸ਼ਵਾਸ ਨੂੰ ਵਰਤਿਆ ਤੇ ਉਹ ਤੋਂ ਇਹੋ ਜਿਹੇ ਬਿਆਨ ਦਵਾਏ, ਸ਼ਾਇਦ ਉਹਨਾਂ ਨੂੰ ਐਂ ਲੱਗਦਾ ਸੀ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਦੁਖੀ ਹੋ ਕੇ, ਜਾਂ ਜਿਹੜੀ ਕਿਉਂਕਿ ਬੀਜੇਪੀ ਦਾ ਇੱਕੋ ਇੱਕ ਨਿਸ਼ਾਨਾ ਹੈ ਉਹ ਧਰੁਵੀਕਰਨ ਚਾਹੁੰਦੇ ਸੀ, ਉਹ ਪੰਜਾਬ ਦੇ ਵਿੱਚ ਵੀ ਚਾਹੁੰਦੇ ਸੀ ਵੀ ਹਿੰਦੂ ਜਿਹੜੇ ਨੇ ਉਹ ਡਰ ਕੇ ਬੀਜੇਪੀ ਨੂੰ ਵੋਟ ਪਾ ਦੇਣ, ਇਸੇ ਕਰਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਰੇਂਦਰ ਸਿੰਘ ਢੀਂਡਸੇ ਨਾਲ ਸਮਝੌਤਾ ਕਰਕੇ ਫਰੰਟ ਬਣਾਇਆ ਸੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਉਮੀਦ ਸੀ ਵੀ ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਡਰ ਕੇ ਖਾਲਿਸਤਾਨ ਦੇ ਨਾਂ ਤੋਂ ਉਹ ਸਾਨੂੰ ਵੋਟਾਂ ਪਾ ਦੇਣਗੇ ਤੇ ਅਸੀਂ ਅੱਗੇ ਆਉਂਗੇ, ਜਿਵੇਂ ਪਿਛਲੀ ਵਾਰ ਉਹ ਕਾਫੀ ਸੀਟਾਂ ਜਿੱਤਣ ਚ ਕਾਮਯਾਬ ਹੋ ਗਏ ਸੀ, ਸ਼ਾਇਦ ਇਸ ਵਾਰ ਵੀ ਜਿੱਤ ਜਾਂਦੇ, ਪਰ ਉਹ ਇਹ ਬਾਈ ਜੀ ਜਿਨ੍ਹਾਂ ਨੇ ਵੀ ਇਹ ਮੈਸੇਜ ਪਾਇਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਬੀਜੇਪੀ ਦੀ ਇੱਕ ਵੱਡੀ ਚਾਲ ਸੀ ਤੇ ਕੁਮਾਰ ਵਿਸ਼ਵਾਸ ਉਹਨਾਂ ਦਾ ਇੱਕ ਭੇਜਿਆ ਹੋਇਆ ਜਿਹਨੂੰ ਆਪਾਂ ਕਹੀਏ ਮੋਹਰਾ ਸੀ ਤੇ ਉਹਦੀ ਵਰਤੋਂ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਵਾਈ ਸੁਰੱਖਿਆ ਵੀ ਦਿੱਤੀ ਹੈ। 100% ਸਹੀ, ਬਿਲਕੁਲ ਸਹੀ, ਕੱਲ ਨੂੰ ਉਹਨੂੰ ਪਦਮ ਸ਼੍ਰੀ ਦਾ ਅਵਾਰਡ ਦੇ ਦੇਣ ਇਹ ਵੀ ਕੋਈ ਵੱਡੀ ਗੱਲ ਨੀ, ਹੁਣ ਪਦਮ ਸ਼੍ਰੀ ਵੀ ਬਣਾ ਸਕਦੀ ਹੈ, ਇੱਕ ਵਧੀਆ ਕਮੇਡੀਅਨ ਸਿੰਗਰ ਕਹਿ ਕੇ ਜਾਂ ਜੋ ਮਰਜ਼ੀ ਕਹਿ ਕੇ ਦੇ ਸਕਦੇ ਆ, ਨਾਲ ਬਾਈ ਨੇ ਇਹ ਵੀ ਕਿਹਾ ਮੈਂ ਹਮਾਇਤੀ ਨੇ ਹਮਾਇਤੀ ਅਸੀਂ ਵੀ ਨਹੀਂ, ਗੱਲ ਤਾਂ ਉੱਥੇ ਆ ਕੇ ਨਿਬੜ ਜਾਂਦੀ ਹੈ। ਚਲੋ ਆਪਾਂ ਉਦੋਂ ਸਾਡਾ ਵਿਸ਼ਾ ਹੈਗਾ ਹੈ,
ਅਸੀਂ ਉਹਦੇ ਉੱਤੇ ਆਪਣੀ ਗੱਲ ਨੂੰ ਨਹੀਂ ਇੱਧਰ ਉੱਧਰ ਕਰਨੀ। ਪਰ ਗੱਲ ਤਾਂ ਇੱਕ ਹੈ ਗੱਲ ਸਾਹਿਬ, ਹੁਣ ਆਪਾਂ ਇੱਕ ਬ੍ਰੇਕ ਲੈਣੀ ਪੈਣੀ। ਮੈਂ ਇੱਕ ਗੱਲ ਹੋਰ ਇਹਦੇ ਚ ਸ਼ਾਮਲ ਕਰਕੇ ਮੈਂ ਗੱਲ ਤਾਂ ਮਿਲਣੀ ਚਾਹੁੰਦਾ ਵਾ, ਜਿਹੜਾ ਜਹਾਂਗੀਰਪੁਰੀ ਵਾਲਾ ਮਾਮਲਾ ਇਹਨੂੰ ਮੈਂ ਇੱਥੇ ਮੁਕਾਉਣਾ ਚਾਹੁੰਦਾ। ਉਹ ਇਹ ਆ ਵੀ ਦੁਸ਼ਯੰਤ ਦਵੇ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ, ਜਿਨ੍ਹਾਂ ਨੇ ਮਾਮਲਾ ਚੀਫ ਜਸਟਿਸ ਰਣਵੀਰ ਮੰਨਾ ਦੇ ਧਿਆਨ ਤੇ ਲਿਆਂਦਾ, ਉਹਨਾਂ ਨੇ ਇਹ ਗੱਲ ਵੀ ਕਹੀ ਵੀ ਸਰਕਾਰੀ ਆਦੇਸ਼ ਨੇ ਜੋ ਉਹਦੇ ਮੁਤਾਬਕ ਇਹ ਕਾਰਵਾਈ 2 ਵਜੇ ਸ਼ੁਰੂ ਹੋਈ ਸੀ, ਜਿਹੜਾ ਬਲਡੋਜ਼ਰ ਲਿਆ ਕੇ ਉੱਥੋਂ ਜਿਹਨੂੰ ਕਹਿੰਦੇ ਨੇ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸੀ ਜਿਹੜਾ ਉਹ 2 ਵਜੇ ਸ਼ੁਰੂ ਹੋਣਾ ਸੀ, ਕਿਉਂਕਿ ਲਿਖਤੀ ਚਿੱਠੀ ਜਿਹੜੀ ਆ ਉਹ ਜਾਂਦੀ ਆ ਪੁਲਿਸ ਨੂੰ ਤੇ CRPF ਦੀਆਂ 12 ਕੰਪਨੀਆਂ ਭਾਵ 1250 ਜਵਾਨ ਉੱਥੇ ਤੈਨਾਤ ਕੀਤੇ ਗਏ ਨੇ। ਤਾਂ ਉਦੋਂ ਉਹਦੇ ਚ ਗੱਲ ਸਾਫ਼ ਸਾਫ਼ ਲਿਖੀ ਹੋਈ ਸੀ ਵੀ ਜਿਹੜੀ ਇਹ ਢਾਹ ਢੁਆਈ ਦੀ ਕਾਰਵਾਈ ਆ ਇਹ 2 ਵਜੇ ਸ਼ੁਰੂ ਹੋਣੀ ਆ। ਤੇ ਅਦਾਲਤ ਦੇ ਵਿੱਚ ਤਾਂ ਇਹ ਮਾਮਲਾ 10 ਵਜੇ ਹੀ ਹੋ ਗਿਆ, 10:15 ਵਜੇ 10:30 ਵਜੇ ਤਾਂ ਅਦਾਲਤ ਨੇ ਹੁਕਮ ਜਾਰੀ ਕਰਤਾ ਵੀ ਇਹ ਨਾ ਢਾਇਆ ਜਾਵੇ। ਇਹ ਜਿਹੜੀ ਯਥਾ ਸਥਿਤੀ ਆ ਜੈਸੇ ਥੇ ਸਟੇਟਸ ਕੋ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਬਰਕਰਾਰ ਰੱਖਿਆ ਜਾਵੇ, ਇਹਦੇ ਲਈ ਬਾਉਂਡ ਕੀਤਾ ਸੀਗਾ ਮਿਊਨਸੀਪੈਲਿਟੀ ਨੂੰ, ਪਰ ਇਹਦੇ ਬਾਵਜੂਦ ਉਹਨਾਂ ਨੇ 9 ਵਜੇ ਹੀ ਕਾਰਵਾਈ ਸ਼ੁਰੂ ਕਰਤੀ, 9 ਵਜੇ ਹੀ ਢਾਹ ਢੁਆਈ ਕਰਤੀ। ਹੁਣ ਸਵਾਲ ਖੜਾ ਇਹ ਹੋ ਗਿਆ ਅਖਬਾਰਾਂ ਜੀ, ਕਿਉਂਕਿ ਕੱਲ ਬੜੇ ਲੋਕੀ ਜਿਹੜੇ ਸੀ ਨਾ, ਕੱਲ ਜਿਹੜਾ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਮੈਂ ਰਾਤ ਰਵੀਸ਼ ਜੀ ਦਾ ਉਹ ਪ੍ਰੋਗਰਾਮ ਸੁਣ ਰਿਹਾ ਸੀ ਵੀ ਸਬਕਾ ਭਾਰਤ ਜਾਂ ਇੱਕ ਤਰਫਾ ਭਾਰਤ, ਵੀ ਕੀ ਮੋਦੀ ਜੀ ਕਹਿੰਦੇ ਨੇ ਵੀ ਇਹ ਸਬਕਾ ਭਾਰਤ ਬਣਾ ਰਹੇ ਆ ਜਾਂ ਇਹ ਇੱਕ ਤਰਫਾ ਭਾਰਤ ਬਣ ਰਿਹਾ। ਉਹ ਕਹਿੰਦੇ ਵੀ ਗੋਦੀ ਮੀਡੀਆ ਦੇ ਜਿਹੜੇ ਐਂਕਰ ਨੇ ਪੱਤਰਕਾਰ ਨੇ ਜਿਹੜੇ ਆਪਦੇ ਆਪ ਨੂੰ ਕਹਾਉਂਦੇ, ਉਹ ਕਿੱਲ ਕਿੱਲ ਕੇ ਕੁਰਸੀਆਂ ਤੋਂ ਛਾਲਾ ਮਾਰ ਮਾਰ ਕੇ ਇਹਦੀ ਰਿਪੋਰਟਿੰਗ ਕਰ ਰਹੇ ਸੀ ਤੇ ਉਹ ਆਪਦੇ ਟਵਿੱਟਰ ਹੈਂਡਲਰਾਂ ਦੇ ਉੱਤੇ ਇਹਦੇ ਬੜੇ ਗੋਗੇ ਗਾ ਰਹੇ ਸੀ ਵੀ ਆ ਦੇਖੋ ਸਫਾਈ ਕਰਤੀ ਕਸ਼ਾਪ ਮੂਹਰੇ ਫਿਰਦੀ ਸੀ ਤੁਰੀ ਅੱਜ ਮੈਂ ਦੇਖੀ ਆ। ਹਾਂ ਬਿਲਕੁਲ, ਤੇ ਉਹ ਬੜਾ ਮਤਲਬ ਚਾਹ ਨਾਲ ਭੱਜੇ ਫਿਰਦੇ ਸੀ, ਜਦਕਿ ਰਵੀਸ਼ ਨੇ ਇਹ ਗੱਲ ਕਹੀ ਵੀ ਜਦੋਂ ਪਾਕਿਸਤਾਨ ਤੇ ਭਾਰਤ ਦੀ ਵੰਡ ਹੋਈ ਸੀ ਤਾਂ ਉਦੋਂ ਬਹੁਤ ਸਾਰੇ ਲੋਕ ਜਿਹੜੇ ਸੀ ਖਾਸ ਤੌਰ ਤੇ ਹਿੰਦੂ ਪਰਿਵਾਰ ਤੇ ਪੰਜਾਬ ਦੇ ਵਿੱਚ ਸਿੱਖ ਪਰਿਵਾਰ ਜਿਹੜੇ ਸੀ ਉਹ ਪਾਕਿਸਤਾਨ ਵਾਲੇ ਪਾਸੇ ਉੱਜੜ ਕੇ ਆ ਕੇ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਵਸੇ, ਜਿਨ੍ਹਾਂ ਚੋਂ ਵੱਡੀ ਗਿਣਤੀ ਦਿੱਲੀ ਚ ਵਸੇ, ਜਿਹੜੀਆਂ ਦਿੱਲੀ ਦੇ ਵਿੱਚ ਜਿਹਨਾਂ ਨੂੰ ਨਜਾਇਜ਼ ਕਲੋਨੀਆਂ ਤੁਸੀਂ ਕਹਿੰਦੇ ਹੋ, ਇਹਨਾਂ ਚੋਂ ਬਹੁਤੀਆਂ ਕਲੋਨੀਆਂ ਉਹ ਸੀ ਜਿਹੜੇ ਲੋਕ ਪਾਕਿਸਤਾਨ ਤੋਂ ਆ ਕੇ ਉੱਜੜ ਕੇ ਉੱਥੇ ਵਸੇ ਸੀ। ਲੁਧਿਆਣੇ ਸ਼ਹਿਰ ਦੇ ਵਿੱਚ ਵੀ ਐਸੀਆਂ ਕਲੋਨੀਆਂ ਨੇ ਉਹੋ ਜਿਹੀ, ਉਹਨਾਂ ਕਲੋਨੀਆਂ ਦੇ ਨਾਂ ਵੀ ਬਾਅਦ ਦੇ ਵਿੱਚ ਬੜੇ ਅਜੀਬ ਰੱਖੇ, ਜਿਵੇਂ ਜਵਾਹਰ ਲਾਲ ਨਹਿਰੂ ਕਲੋਨੀ, ਅੰਬੇਦਕਰ ਕਲੋਨੀ, ਗਾਂਧੀ ਕਲੋਨੀ, ਇਸ ਤਰ੍ਹਾਂ ਦੇ ਨਾਂ ਰੱਖ ਕੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਰੈਗੂਲਰਾਈਜ਼ ਕੀਤਾ ਗਿਆ। ਤੇ ਉਦੋਂ ਇੱਕ ਵੱਡੇ ਮੁਕੱਦਮੇ ਦੇ ਵਿੱਚ ਸੁਪਰੀਮ ਕੋਰਟ ਨੇ ਦੇਸ਼ ਦੀ ਸਰਕਾਰ ਨੂੰ ਇਹ ਹੁਕਮ ਦਿੱਤਾ ਸੀ ਵੀ ਜਦੋਂ ਜਦੋਂ ਕੋਈ ਵਸਤੀ ਵਸਦੀ ਆ ਉਦੋਂ ਕਿਉਂ ਨੀ ਉਹਨੂੰ ਰੋਕਿਆ ਜਾਂਦਾ, ਤੇ ਜਦੋਂ ਉਹ ਵਸ ਚੁੱਕੀ ਹੁੰਦੀ ਆ, ਉੱਥੇ ਆਬਾਦੀ ਬਣ ਗਈ ਆ, ਘਰ ਬਣ ਗਏ ਆ, ਲੋਕਾਂ ਦੀ ਰਹਾਇਸ਼ ਬਣ ਗਈ ਆ, ਉੱਥੇ ਲੋਕਾਂ ਦੇ ਛੋਟੇ ਮੋਟੇ ਕਾਰੋਬਾਰ ਤੇ ਰੇਹੜੀ ਲਾਉਂਦਾ, ਕੋਈ ਦੁਕਾਨ ਖੋਲੀ ਬੈਠਾ, ਕੋਈ ਕੁਛ ਕਰੀ ਬੈਠਾ, ਜਦੋਂ ਉਹ ਉੱਥੇ ਬੈਠ ਗਏ ਨੇ ਤਾਂ ਜੇ ਉਹਨਾਂ ਨੂੰ ਉੱਥੋਂ ਹਟਾਉਣਾ ਤਾਂ ਉਹਨਾਂ ਦੀ ਖਾਤਰ ਪਹਿਲਾਂ ਉਹਨਾਂ ਦਾ ਬਦਲਵਾਂ ਇੰਤਜ਼ਾਮ ਕਰਕੇ ਹਟਾਉਣਾ ਉਹਨਾਂ ਨੂੰ। ਇਹ ਨਹੀਂ ਹੈ ਵੀ ਜਾ ਕੇ ਤੁਸੀਂ ਬੁਲਡੋਜ਼ਰ ਫੇਰ ਦੇਣਾ, ਉਹਨਾਂ ਦਾ ਸਭ ਕੁਛ ਤਬਾਹ ਕਰ ਦੇਣਾ। ਐਸਾ ਸਾਡੇ ਦੇਸ਼ ਦੇ ਕਾਨੂੰਨ ਚ ਕਿਤੇ ਨੀ ਲਿਖਿਆ ਹੋਇਆ ਕਿ ਕਿਸੇ ਵੀ ਮਾਮਲੇ ਚ ਉਹਨੂੰ ਬਿਨਾਂ ਨੋਟਿਸ ਦਿੱਤਿਆਂ ਤੁਸੀਂ ਹੱਥ ਵੀ ਨੀ ਲਾ ਸਕਦੇ, ਤੇ ਕਿੱਥੇ ਗਿਆ ਉਹ ਕਾਨੂੰਨ, ਕਿੱਥੇ ਗਿਆ ਸੰਵਿਧਾਨ। ਤੇ ਰਾਹੁਲ ਗਾਂਧੀ ਦੀ ਇਹ ਗੱਲ ਤਾਂ ਠੀਕ ਹੈ, ਉਹਨੇ ਕਿਹਾ ਵੀ ਕੱਲ ਇਹ ਬਲਡੋਜ਼ਰ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੇ ਉੱਤੇ ਚੱਲਿਆ, ਲੋਕਾਂ ਦੇ ਘਰਾਂ ਤੇ ਨਹੀਂ ਚੱਲਿਆ, ਲੋਕਾਂ ਦੀਆਂ ਦੁਕਾਨਾਂ ਤੇ ਨਹੀਂ ਚੱਲਿਆ, ਇਹ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੇ ਉੱਤੇ ਚੱਲਿਆ, ਇਹ ਚ ਕੋਈ ਸ਼ੱਕ ਨਹੀਂ। ਜੀ ਤੁਹਾਡਾ ਬਿਲਕੁਲ, ਤੁਹਾਡੀ ਗੱਲ ਗਿੱਲ ਸਾਹਿਬ ਸਹੀ ਆ, ਇਹ ਚ ਕੋਈ ਸ਼ੱਕ ਨਹੀਂ ਹੈਗਾ। ਜੇ ਹੁਣ ਚੱਲਦੇ ਕੰਮ ਚ ਇੱਕ ਮੈਂ ਇੱਕ ਦਾ ਖਬਰ ਸਾਂਝੀ ਕਰਨੀ ਚਾਹੁੰਦਾ, ਆਹੀ ਵੀਕਐਂਡ ਹੈ ਜਿਹੜਾ ਚੱਲ ਰਿਹਾ, 24 ਤਰੀਕ ਨੂੰ ਸੰਡੇ ਹੈ, ਅਟਲਾਂਟਾ ਦੇ ਵਿੱਚ ਦੇਖੋ ਹੁਣ ਆਪਾਂ ਨੂੰ ਪਤਾ ਹੈ ਵੀ ਕੋਵਿਡ ਦੇ ਕਰਕੇ ਪ੍ਰੋਗਰਾਮ ਜਿਹੜੇ ਨੇ, ਚਾਹੇ ਭਾਰਤ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਵਿਦੇਸ਼ਾਂ ਦੇ ਵਿੱਚ, ਸਾਰੇ ਕੰਮ ਰੁਕੇ ਸੀ, ਨਵੇਂ ਸ਼ੁਰੂ ਹੋਏ ਨੇ, ਚਾਹੇ ਵਿਸਾਖੀ ਮੇਲਾ ਹੋਵੇ, ਚਾਹੇ ਖੇਡ ਮੈਦਾਨਾਂ ਦੀ ਗੱਲ ਚੱਲਦੀ ਹੋਵੇ, ਰੌਣਕ ਮੇਲੇ ਹੋਣ, ਇਹ ਸ਼ੁਰੂ ਹੋਏ ਨੇ। ਅਟਲਾਂਟਾ ਦੇ ਵਿੱਚ ਬਹੁਤ ਹੀ ਸਾਲਾਂ ਤੋਂ ਮਗਰੋਂ ਇਸ ਵਾਰੀ ਜਿਹੜਾ ਵਰਲਡ ਕਬੱਡੀ ਕੱਪ ਜਿਹੜਾ ਹੋ ਰਿਹਾ,
ਆਉਣ ਵਾਲੇ 24 ਤਰੀਕ ਨੂੰ ਐਤਵਾਰ ਨੂੰ ਜਿਹਦੇ ਵਿਚ ਰਣਜੀਤ ਬਾਬਾ ਜੀ ਸ਼ੈਰੀ ਮਾਨ ਤੇ ਕੁਲਦੀਪ ਮਾਨਕ ਦੀ ਬੇਟੀ ਜਿਹੜੀ ਹੈ ਸ਼ਕਤੀ ਮਾਨਕ ਮੁੱਖ ਭੂਮਿਕਾ ਨਿਭਾਉਣਗੇ ਸੱਭਿਆਚਾਰਕ ਮੇਲੇ ਦੇ ਵਿਚ ਵੱਡੀਆਂ ਵੱਡੀਆਂ ਕਬੱਡੀ ਦੀਆਂ ਟੀਮਾਂ ਉੱਥੇ ਆਉਣਗੀਆਂ ਤੇ ਇਹਦੇ ਵਿਚ ਮੈਂ ਇੱਕ ਜਾਣਕਾਰੀ ਆਪਣੇ ਸਰੋਤਿਆਂ ਨੂੰ ਦੇਣੀ ਚਾਹੁੰਦਾ ਕਿ ਮੈਂ ਵੀ ਉੱਥੇ ਸ਼ਾਮਲ ਹੋਊਂਗਾ ਗਿੱਲ ਸਾਹਿਬ ਕਿਉਂਕਿ ਮੈਨੂੰ ਵੀ ਉਹਨਾਂ ਨੇ ਸਪੈਸ਼ਲ ਤੌਰ ਤੇ ਸੱਦਿਆ ਮੈਨੂੰ ਇਹ ਤਾਂ ਨਹੀਂ ਪਤਾ ਵੀ ਮੈਂ ਕਿਸੇ ਨੂੰ ਲੱਭਾਂ ਜਾਂ ਨਾ ਲੱਭਾਂ ਕਿਉਂਕਿ ਅਸਾਂ ਛੋਟੇ ਜਿਹੇ ਬੰਦੇ ਹਾਂ ਪਰ ਰੇਡੀਓ ਚੰਨ ਪਰਦੇਸ ਨੂੰ ਇਹ ਬੜੀ ਉਹਨਾਂ ਨੇ ਇਸ ਵਾਰੀ ਟਲਾਂਟਾ ਵਾਲਿਆਂ ਨੇ ਅਹਿਮੀਅਤ ਦਿੱਤੀ ਹੈ ਕਿ ਰੇਡੀਓ ਚੰਨ ਪਰਦੇਸੀ ਦੇ ਤੌਰ ਤੇ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਵੀ ਜਿਹੜੇ ਸਾਡੇ ਸਰੋਤੇ ਨੇ ਜੇ ਇੱਥੇ ਮਿਲਣਾ ਚਾਹੁੰਦੇ ਨੇ ਤਾਂ ਉਹ ਖੇਡ ਮੇਲੇ ਦੇ ਵਿੱਚ ਮਿਲ ਸਕਦੇ ਨੇ ਦੋ ਦਿਨ ਦਾ ਪ੍ਰੋਗਰਾਮ ਹੈ ਬਹੁਤ ਖੁਸ਼ੀ ਦੀ ਗੱਲ ਗੱਲ ਸਭ ਭਾਵੇਂ ਸਮਾਂ ਥੋੜਾ ਇੱਕ ਗੱਲ ਜ਼ਰੂਰ ਦੱਸ ਕੇ ਜਾਇਓ ਆ ਪਹਿਲੀ ਵਾਰੀ ਮੈਂ ਦੇਖਿਆ ਪਹਿਲੀ ਵਾਰੀ ਸ਼ਾਇਦ ਤੁਸੀਂ ਖਬਰੇ ਪੜ੍ਹੀ ਜਾਂ ਨਹੀਂ ਪੜ੍ਹੀ ਪੰਜਾਬ ਦੇ DGP ਨੇ DIG ਪੱਧਰ ਦੇ ਦੋ ਸਾਬਕਾ ਅਧਿਕਾਰੀਆਂ ਵਿਰੁੱਧ NDPS ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਦੇ ਹੁਕਮ ਦੇ ਦਿੱਤੇ ਨੇ ਇਹ ਮੇਰਾ ਖਿਆਲ ਜਿਹੜਾ ਕਿ ਫਰੀਦਕੋਟ ਦੀ ਸੈਂਟਰਲ ਜੇਲ੍ਹ ਦੀ ਗੱਲ ਹੈ ਇਹ ਸਾਬਕਾ DIG ਲਖਵਿੰਦਰ ਸਿੰਘ ਜਾਖੜ ਤੇ ਇੱਕ ਹੋਰ ਇਹਨੂੰ ਕਿਵੇਂ ਲੈਂਦੇ ਹੋ ਤੁਸੀਂ ਕਹਿਣਾ ਜੀ ਇਹ ਫਰੀਦਕੋਟ ਦੀ ਨਹੀਂ ਫਿਰੋਜ਼ਪੁਰ ਦੀ ਜੀ 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 ਹਾਂਜੀ ਇਹ ਫਿਰੋਜ਼ਪੁਰ ਨਾਲ ਸਮਝ ਮੰਨਣਾ ਤੇ ਇਹਦੇ ਚ ਜਿਹੜੇ DIG ਪੱਧਰ ਦੇ ਅਫਸਰ ਨੇ ਖਾਸ ਤੌਰ ਤੇ ਲਖਵਿੰਦਰ ਜਿਹੜੇ ਜਾਖੜ ਹਾਂਜੀ ਇੱਕ ਸੈਕਿੰਡ ਮੈਨੂੰ ਜੀ ਕਿਉਂਕਿ ਮੈਂ ਹਾਂ ਲਖਵਿੰਦਰ ਸਿੰਘ ਜਾਖੜ ਨੇ ਗਲਤ ਨਾ ਤੁਸੀਂ ਰਾਈਟ ਹੋ ਬਿਲਕੁਲ ਹਾਂਜੀ ਬਿਲਕੁਲ ਹਾਂ ਆ ਗਿਆ ਜੀ ਮੇਰੇ ਸਾਹਮਣੇ ਹਾਂ ਕੋਈ ਨੀ ਮੈਂ ਪੜਵਾਏ ਉਹਨਾਂ ਕਈ ਵਾਰੀ ਕਿਉਂਕਿ ਆਪਣੀ ਕਹੀ ਗੱਲ ਦੂਰ ਤੱਕ ਜਾਣੀ ਆ ਫਿਰ ਕਈ ਵਾਰੀ ਐਵੇਂ ਮੁੜ ਕੇ ਮੁਕੱਦਮੇ ਝੱਲਦੇ ਫਿਰਾਂਗੇ ਕੋਰਟਾਂ ਦੇ ਵਿੱਚ ਗੇੜੇ ਦਿੰਦੇ ਫਿਰਾਂਗੇ ਇਹ ਗੱਲ 2005 ਤੋਂ 2011 ਦੇ ਮਾਮਲੇ ਦੀ ਵਿਚਾਲੇ ਦੀ ਆ ਤੇ ਉਸ ਵੇਲੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੁਪਰਡੈਂਟ ਵੱਲੋਂ ਤਾਇਨਾਤ ਸੀਗੇ ਇਹ ਆਪਣੇ ਜਾਖੜ ਸਾਹਿਬ ਤੇ ਜੇ ਤੁਹਾਨੂੰ ਯਾਦ ਹੋਵੇ ਤੁਹਾਡਾ ਜੀ ਇਹ ਦੋ ਅਫਸਰ ਨੇ ਜਾਖੜ ਤੇ ਸੰਧੂ ਇਹਨਾਂ ਦੋਨਾਂ ਦੇ ਖਿਲਾਫ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਜਿਹੜੀ ਇਹ ਰਿਪੋਰਟ ਆਈ ਹੈ ਇਹ ਰਿਪੋਰਟ ਤਾਂ ਕਾਫੀ ਦੇਰ ਪਹਿਲਾਂ ਦੀ ਆਈ ਹੋਈ ਹੈ ਪਰ ਕਾਰਵਾਈ ਇਹਦੇ ਤੇ ਹੁਣ ਹੋ ਰਹੀ ਹੈ 248 ਮਾਮਲੇ ਨੇ ਜਿਨ੍ਹਾਂ ਦੇ ਵਿੱਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਮਿਲੇ ਸੀ ਪਰ ਇਹ ਜਿਹੜੇ ਅਫਸਰ ਸੀ ਜਾਖੜ ਸਾਹਿਬ ਤੇ ਸੰਧੂ ਸਾਹਿਬ ਇਹਨਾਂ ਨੇ ਆਪਣੇ ਤੌਰ ਤੇ ਹੀ ਇਹਨਾਂ ਨੇ ਆਪਣੇ ਤੌਰ ਤੇ ਹੀ ਜਿਹੜਾ ਉਹਦੇ ਤੇ ਕਾਰਵਾਈਆਂ ਕਰਕੇ ਜਾਂ ਜਿਹਨੂੰ ਕਹਿੰਦੇ ਨੇ ਹਾਲਾਂਕਿ ਇਹਨਾਂ ਕੋਲ ਉਹ ਕਹਿੰਦੇ ਨੇ ਵੀ ਜੇਲ੍ਹ ਮੈਨੂਅਲ ਦੇ ਮੁਤਾਬਕ ਕੀਤਾ ਜਾਖੜ ਸਾਹਿਬ ਦਾ ਇਹ ਬਿਆਨ ਵੀ ਆਇਆ ਵਾ ਲਖਵਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੰਧੂ ਉਹਨਾਂ ਨੇ ਕਿਹਾ ਬਈ ਇਹ ਤਾਂ ਜੀ ਬਦਲਾ ਲਓ ਭਾਵਨਾ ਨਾਲ ਸਾਡੇ ਤੇ ਇਹ ਗੱਲ ਹੋਈ ਆ ਕਿਉਂਕਿ ਦੋਨੋਂ ਹੀ ਇਹ ਰਿਟਾਇਰ ਹੋ ਚੁੱਕੇ ਨੇ ਥੋੜਾ ਜੀ ਮੈਂ ਤੁਹਾਨੂੰ ਯਾਦ ਕਰਾ ਦਿਆਂ ਇਹ ਪਟਿਆਲਾ ਜੇਲ੍ਹ ਦੇ ਵਿੱਚ ਵੀ ਸੁਪਰਡੈਂਟ ਰਹੇ ਨੇ ਅੱਛਾ ਜਾਖੜ ਸਾਹਿਬ ਨਾਭਾ ਚ ਵੀ ਰਹੇ ਨੇ ਜਿਹੜੀਆਂ ਹਾਈ ਸਿਕਿਉਰਿਟੀ ਵਾਲੀਆਂ ਜੇਲ੍ਹਾਂ ਨੇ ਇਹਨਾਂ ਨੂੰ ਉੱਥੇ ਲਾਇਆ ਜਾਂਦਾ ਸੀ ਇਹ ਬਾਦਲ ਸਾਹਿਬ ਦੇ ਬੜੇ ਚਹੇਤੇ ਵੀ ਨੇ ਮੈਂ ਤੁਹਾਡੀ ਇਹ ਵੀ ਜਾਣਕਾਰੀ ਦੱਸ ਦਿਆਂ ਸਮਝ ਗਿਆ ਮੈਂ ਜਦੋਂ ਬਲਵੰਤ ਸਿੰਘ ਰਾਜੋਹਾੜਾ ਨੂੰ ਫਾਂਸੀ ਦੇਣ ਦਾ ਮਾਮਲਾ ਆਇਆ ਤਾਂ ਉਦੋਂ ਇਹੀ ਅਧਿਕਾਰੀ ਸੀ ਜਿਹਨੇ ਫਾਂਸੀ ਦੇਣ ਤੋਂ ਨਾ ਕਰਤੀ ਵਾਹ ਜਿਹਨੇ ਸੁਪਰੀਮ ਕੋਰਟ ਦਾ ਹੁਕਮ ਨਹੀਂ ਸੀ ਮੰਨਿਆ ਇਹ ਉਹੀ ਮਹਾਂਪੁਰਸ਼ ਨੇ ਤੇ ਹਾਂ ਇਹਨਾਂ ਨੂੰ ਪਿੱਛੇ ਟਿਕਟ ਦੇਣ ਦੀ ਗੱਲ ਵੀ ਚੱਲਦੀ ਸੀ ਵੀ ਬਾਦਲ ਸਾਹਿਬ ਇਹਨਾਂ ਨੂੰ ਟਿਕਟ ਦੇਣ ਨੂੰ ਫਿਰਦੇ ਨੇ ਉਹ ਵੱਖਰੀ ਗੱਲ ਆ ਵੀ ਇਹਨਾਂ ਨੇ ਕਦੀ ਇਸ ਗੱਲ ਤੋਂ ਨਾ ਕਰਤੀ ਕਹਿੰਦੇ ਵੀ ਕਿਉਂਕਿ ਉਹਨੂੰ ਪਤਾ ਸੀਗਾ ਵੀ ਕੀ ਬਹੁਤਾ ਪੱਲੇ ਪੈਣ ਵਾਲਾ ਕੁਛ ਹੈ ਨਹੀਂ ਸ਼ਾਇਦ ਇਹ ਵੀ ਚੋਣ ਲੜ ਕੇ ਤੇ MLA ਬਣ ਕੇ ਮੰਤਰੀ ਬਣਨ ਬਾਰੇ ਸੋਚ ਸਕਦੇ ਸੀਗੇ ਤੇ ਉਸ ਵੇਲੇ ਇਹ ਜੇਲ੍ਹ ਸੁਪਰਡੈਂਟ ਸੀਗੇ ਜਦੋਂ ਦਾ ਇਹ ਮਾਮਲਾ ਤਾਂ ਹੁਣ ਇਹ ਕਹਿੰਦੇ ਵੀ ਜਿਹੜਾ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਉਹ ਕਹਿੰਦੇ ਵੀ ਇੱਕ ਤਾਂ ਇਹ ਵੀ ਜਿਹੜੀ ਬਿਊਰੋ ਆਫ ਇਨਵੈਸਟੀਗੇਸ਼ਨ ਆ ਉਹਨਾਂ ਨੇ ਇੱਕ ਤਰਫਾ ਕਾਰਵਾਈ ਕੀਤੀ ਹੈ ਸਾਨੂੰ ਸੱਦਿਆ ਹੀ ਨਹੀਂ ਤੇ ਜਦਕਿ ਇਸ ਗੱਲ ਚ ਕੋਈ ਬਹੁਤਾ ਦਮ ਲੱਗਦਾ ਨੀਗਾ
क्योंकि जो शिकायत करता है इस मामले द्वारा जी फिरोजपुर के एस एच ओ सिटी गुरप्रीत सिंह उन्होंने दसिया भी शिकायत करता करमजीत भुल्लर वालों जी नवी शिकायत मिलने तो बाद यह अगली कार्रवाई की जा रही ते काफी देर तो वह बंदा पिछा कर रहा है शिकायत लगातार कर रहा है पर हुण तक यह शिकायत दराइया ही गई ने मतलब इन्होंने उत्ते कार्रवाई नहीं की होर भी कई यह जे मामले ने जिन्होंने शिकायत जी पिछले समय से दवाइया जा रही ने जनू दब दिता जाता रहा कल एक होर घटना भी यह जी वापरी है जिहड़ा हुण एक पुराने मुकदमे के सजावां वाले पासे नूं गल तुरी है तो यह कहिंदे भी एक तो मैनू सिर्फ एक बार कहिंदे 22 फरवरी नूं बुलाया सी जांच लई ते उंज कहिंदे सानूं बुलाया ही नहीं गा ते दूजी गल ओह कहिंदे भी एक दहाके तो ज्यादा समा हो गया 10 साल तो ज्यादा समा बीत गया ते हुण इस केस नूं खोलना जिहड़ा ते बदला नूं भावना वा ते उन्होंने इहनूं इस तरीके नाल लिया वा पर पटवाणा जी एक गल तां मन्नणी पऊगी तां भी जेलों के जो कुछ हों जेलों की एक वक्री दुनिया उो कुछ हों आप सारे जानते हैं जेलों के बच्चे किमें हुक्म जारी होंगे ने जेलों के बच्चे बैठ के किमें सल्तनत जिमें कहते भी उत्थे राजू बैठ के लोग हुक्म चलाते हैं तो यह सब कुछ इन पुलिसकारियों की मिली भगत तो बिना हों नहीं गा तो यह सारा कुछ इन्हों की मर्जी का रही जी तो बिल्कुल बिल्कुल गल साहब हम ब्रेक लै लीए ब्रेक तो मगरों चलते हैं अगे खबर के आले पास भी खबर के कई मसाले भी लावे छोटी जी ब्रेक तो मगर जी ट्रकिंग वाले वीरों ध्यान नाल सुनो जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज़ वी केयर की गल भाई बड़ा मूड जा ऑफ करी बैठा है बस की दसा यार जदों दे अटलांटा आए हैं पंजाब दियां कई चीजां नूं बड़ा मिस करदे हैं अहे जियां केड़ियां चीजां है जेड़ा मेरा भरा इत्थे बैठा मिस करी जांदा है ओ जिवें हुण विसाखी आउण वाली है पंजाब च बड़ियां रौनकां हुंदियां सी मेले लगदे सी खाण पीण नूं खुल्ला मिलदा सी चोटी दे गायक सुण नूं मिलदे सी लै भाई की गल करदा है हुण अटलांटा च भी पंजाब वाली फीलिंग आऊ ओ किदा पंजाब स्पोर्ट्स ते सोशल क्लब अटलांटा वाले विसाखी मेला जो करा रहे है जिथे लाइव कबड्डी टूरनामेंट वालीबाल दे टूरनामेंट ते रंजीत बावा हुणा दी लाइव परफॉर्मेंस ते नाल फ्री मेडिकल चेकअप ते फ्री फूड भी है सो तरीक याद रख 24 अप्रैल 2022 स्टिल फैमिली फार्म पाउडर स्प्रिंग्स जॉर्जिया लै भाई आ गल दस के तार यार तू मन खुश करता वधेरी जानकारी लई संपर्क करो मैकी पन्नू मनप्रीत मूसापुर करनैल सिंह जीवन गरेवाल सुरजीत सिंह मिंटा मीना गुप्ता लाडी रंधावा मलकीत मान गगन सिंह बब्बू पाबला कॉल करो लाडी रंधावा जी नू 770-633-4741 या फिर पंजाब स्पोर्ट्स अते सोशल क्लब अटलांटा 470-662-3628 रेडियो चंद परदेसी ते डीजे सोनी एंटरटेनमेंट वाले करा रहे ने इंडियन एप्लस इंडियाना दे विच करण औजला दा शो याद रखना 14 मई वधेरी जानकारी लई कॉल करो दर्शन बसराओ 815-557-4991 डीजे सोनी 513-644-47 या फिर जसप्रीत गोलेवाला जी नू 317-410-9173 की गल भाई बड़ा मूड जा ऑफ करी बैठा है बस की दसा यार जदों दे अटलांटा आए हैं पंजाब दियां कई चीजां नूं बड़ा मिस करदे हैं अहे जियां केड़ियां चीजां है जेड़ा मेरा भरा इत्थे बैठा मिस करी जांदा है ओ जिवें हुण विसाखी आउण वाली है पंजाब च बड़ियां रौनकां हुंदियां सी मेले लगदे सी खाण पीण नूं खुल्ला मिलदा सी चोटी दे गायक सुण नूं मिलदे सी लै भाई की गल करदा है हुण अटलांटा च भी पंजाब वाली फीलिंग आऊ ओ किदा पंजाब स्पोर्ट्स ते सोशल क्लब अटलांटा वाले विसाखी मेला जो करा रहे है जिथे लाइव कबड्डी टूरनामेंट वालीबाल दे टूरनामेंट ते रंजीत बावा हुणा दी लाइव परफॉर्मेंस ते नाल फ्री मेडिकल चेकअप ते फ्री फूड भी है सो तरीक याद रख 24 अप्रैल 2022 स्टिल फैमिली फार्म पाउडर स्प्रिंग्स जॉर्जिया
ਲੈ ਬਾਈ ਆਹ ਗੱਲ ਦੱਸ ਕੇ ਤਾਂ ਯਾਰ ਤੂੰ ਮਨ ਖੁਸ਼ ਕਰਤਾ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਮੈਕੀ ਪੰਨੂ, ਮਨਪ੍ਰੀਤ ਮੂਸਾਪੁਰ, ਕਰਨੈਲ ਸਿੰਘ, ਜੀਵਨ ਗਰੇਵਾਲ, ਸੁਰਜੀਤ ਸਿੰਘ ਮਿੰਟਾ, ਮੀਨਾ ਗੁਪਤਾ, ਲਾਡੀ ਰੰਧਾਵਾ, ਮਲਕੀਤ ਮਾਨ, ਗਗਨ ਸਿੰਘ, ਬੱਬੂ ਪਾਬਲਾ। ਕਾਲ ਕਰੋ ਲਾਡੀ ਰੰਧਾਵਾ ਜੀ ਨੂੰ 770-633-4741 ਜਾਂ ਫਿਰ ਪੰਜਾਬ ਸਪੋਰਟਸ ਅਤੇ ਸੋਸ਼ਲ ਕਲੱਬ ਅਟਲਾਂਟਾ 470-662-3628। ਗਿੱਲ ਸਾਹਿਬ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ। ਹੁਣ ਖਬਰਾਂ ਦੀ ਖਬਰਸਾਰ ਦੇ ਵਿੱਚ ਖਬਰਸਾਰ ਵੀ ਹੈ, ਸਾਰਾ ਕੁਛ ਹੀ ਹੈ, ਕਿਉਂਕਿ ਤੁਹਾਡੇ ਕੋਲ ਜਿਹੜਾ ਮਸਾਲਾ ਹੁੰਦਾ ਉਹ ਖਬਰ ਦੇ ਵਿੱਚੋਂ ਖਬਰ ਦੀ ਚੀਰ ਫਾੜ ਕਰਨੀ, ਖੱਲ ਦੀ ਜਿਹੜੀ ਹੈ ਵਾਲ ਦੀ ਖੱਲ ਲਾਉਣ ਵਾਲੀ ਗੱਲ ਹੁੰਦੀ ਹੈ ਤੁਹਾਡੇ ਕੋਲ। ਹੁਣ ਗੱਲ ਆਪਾਂ ਕਰਦੇ ਹਾਂ, 5 ਸਾਲਾਂ ਤੋਂ ਪਸ਼ੂਆਂ ਤੋਂ ਵੀ ਭੈੜੀ ਹਾਲਤ ਵਿੱਚ ਰਹਿ ਰਹੀਆਂ ਔਰਤਾਂ ਦੇ ਇੱਕ ਆਸ਼ਰਮ ਨੂੰ ਦਿੱਲੀ ਸਰਕਾਰ ਕਬਜ਼ੇ ਵਿੱਚ ਲਵੇ, ਹਾਈ ਕੋਰਟ ਦਾ ਹੁਕਮ। ਜੀ ਪਹਿਲਾਂ ਜੀ ਮੈਂ ਤੁਹਾਨੂੰ ਯਾਦ ਕਰਾ ਦਿਆਂ ਵੀ 2017 ਦੀ ਘਟਨਾ ਵਾ, ਜਦੋਂ ਉੱਥੇ ਇੱਕ ਆਸ਼ਰਮ ਜਿਹੜਾ ਵਾ ਉਹ ਸੋ ਕਾਲਡ ਆਸ਼ਰਮ, ਉਹਨੂੰ ਆਸ਼ਰਮ ਕਹਿਣਾ ਤਾਂ ਗਲਤ ਹੈ, ਉਹ ਆਸ਼ਰਮ ਨਹੀਂ ਸੀ ਅਸਲ ਚ, ਤੇ ਉਹਨੂੰ ਆਸ਼ਰਮ ਦਾ ਨਾਂ ਦਿੱਤਾ ਗਿਆ, ਉਹਨੂੰ ਆਸ਼ਰਮ ਕਿਹਾ ਜਾਂਦਾ ਸੀ। ਤਾਂ ਉੱਥੇ 100 ਤੋਂ ਜ਼ਿਆਦਾ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਰੱਖਿਆ ਗਿਆ ਸੀ। ਤਾਂ ਉਸ ਵੇਲੇ ਜਿਹੜੇ ਸ਼ਿਕਾਇਤ ਕਰਤਾ ਸੀ ਇੱਕ ਸੀਨੀਅਰ ਵਕੀਲ ਮੇਨਕਾ ਗੁਰੂ ਸਵਾਮੀ, ਉਹਨੇ ਅਦਾਲਤ ਦੇ ਸਾਹਮਣੇ ਇੱਕ ਰਿਪੋਰਟ ਜਿਹੜੀ ਸੀ ਉਹ ਪੇਸ਼ ਕੀਤੀ ਸੀ, ਜਿਹਦੇ ਚ ਇਹ ਗੱਲ ਕਹੀ ਗਈ ਸੀ ਵੀ 100 ਤੋਂ ਜ਼ਿਆਦਾ ਔਰਤਾਂ ਜਿਹੜੀਆਂ ਨੇ ਉੱਥੇ ਉਹਨਾਂ ਨੂੰ ਲੋਹੇ ਦੇ ਦਰਵਾਜ਼ਿਆਂ ਦੇ ਪਿੱਛੇ ਤੇ ਜੰਗਲੇ ਲਾ ਕੇ ਜਾਣ, ਉਹਨਾਂ ਨੂੰ ਬਾਹਰ ਝਾਕਣ ਤੱਕ ਵੀ ਨਹੀਂ ਦਿੱਤਾ ਜਾਂਦਾ, ਤੇ ਉਸ ਤਰ੍ਹਾਂ ਦੇ ਹਾਲਤ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਸੀਗਾ ਉੱਥੇ। ਤੇ ਇਹ ਵੀ ਦੋਸ਼ ਲੱਗੇ ਸੀ ਵੀ ਉੱਥੇ ਨਸ਼ੀਲੇ ਪਦਾਰਥਾਂ ਦੀ ਜਾਂ ਨਸ਼ੀਲੀਆਂ ਦਵਾਈਆਂ ਦੀ ਵੀ ਵਰਤੋਂ ਹੁੰਦੀ ਆ, ਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ, ਦੇਸ਼ ਦੀ ਰਾਜਧਾਨੀ ਦੇ ਵਿੱਚ ਇਸ ਤਰ੍ਹਾਂ ਦੀਆਂ ਥਾਵਾਂ ਬਣ ਜਾਣ ਤੇ ਉਹਨਾਂ ਨੂੰ ਆਸ਼ਰਮ ਦਾ ਨਾਂ ਦੇ ਦਿੱਤਾ ਜਾਵੇ, ਤਾਂ ਇਹ ਸੱਚੀ ਮੁੱਚੀ ਮਤਲਬ ਹੈ ਇੱਕ ਦੇਸ਼ ਦੀ ਰਾਜਧਾਨੀ ਦੇ ਮੱਥੇ ਤੇ ਕਲੰਕ ਵਾਲੀ ਗੱਲ। ਤਾਂ ਇੱਕ ਔਰਤ ਉੱਥੇ ਜਿਹੜੀ ਸੀ ਉਹਦੀ ਧੀ ਨੇ ਮੁਲਾਕਾਤ ਦਾ ਜਿਹੜਾ ਆਗਿਆ ਮੰਗੀ ਵੀ ਮੈਨੂੰ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇ, ਪਰ ਉਹਨੂੰ ਮੁਲਾਕਾਤ ਦੀ ਆਗਿਆ ਨਹੀਂ ਮਿਲਦੀ। ਜਦੋਂ ਉਹਨੂੰ ਮੁਲਾਕਾਤ ਦੀ ਆਗਿਆ ਨਹੀਂ ਮਿਲਦੀ ਹੈ ਤਾਂ ਉਹ ਸ਼ਿਕਾਇਤ ਕਰਦੀ ਹੈ, ਪੁਲਿਸ ਕੋਲੇ ਵੀ ਜਾਂਦੀ ਹੈ, ਉਹ ਜਿਹੜੀ ਮਹਿਲਾ ਕਮਿਸ਼ਨ ਹੈ ਉਹਦੇ ਕੋਲੇ ਵੀ ਜਾਂਦੀ ਹੈ, ਤੇ ਜਿਹੜੀ ਉਸ ਵੇਲੇ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੀ ਉਹਦੇ ਵੱਲੋਂ ਵੀ ਇਹਦੀ ਜਾਂਚ ਪੜਤਾਲ ਦੇ ਹੁਕਮ ਦਿੱਤੇ ਜਾਂਦੇ ਨੇ, ਤੇ ਇੱਕ ਗੈਰ ਸਰਕਾਰੀ ਸੰਗਠਨ ਫਾਊਂਡੇਸ਼ਨ ਫਾਰ ਸੋਸ਼ਲ ਇੰਪਾਵਰਮੈਂਟ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਇਹ ਮਾਮਲਾ ਸੀਬੀਆਈ ਦੇ ਹਵਾਲੇ ਫਿਰ ਅਦਾਲਤ ਦੇ ਹੁਕਮਾਂ ਤੇ ਕੀਤਾ ਜਾਂਦਾ, ਤੇ ਦਿੱਲੀ ਹਾਈ ਕੋਰਟ ਦੇ ਹੁਕਮ ਤੇ ਇਹ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕੀਤੀ ਗਈ, ਤੇ ਇਹਦਾ ਜਿਹੜਾ ਸੰਸਥਾਪਕ ਸੀ ਆਸ਼ਰਮ ਦਾ ਜਿਹੜਾ ਕਰਤਾ ਧਰਤਾ ਸੀ ਉਹਦਾ ਨਾਂ ਸੀ ਵਰਿੰਦਰ ਦੇਵ। ਤੇ ਜਦੋਂ ਸੀਬੀਆਈ ਉਹਨੂੰ ਲੱਭਣ ਤੁਰੀ ਪਹਿਲਾਂ ਤਾਂ ਉਹ ਉਹਨਾਂ ਨੂੰ ਮਿਲਦਾ ਰਿਹਾ, ਪਰ ਜਦੋਂ ਉਹਨੂੰ ਲੱਗਿਆ ਪਤਾ ਵੀ ਹੁਣ ਮੇਰੇ ਖਿਲਾਫ਼ ਕਾਰਵਾਈ ਹੋਣੀ ਆ, ਉਦੋਂ ਬਾਅਦ ਉਹ ਐਸਾ ਗਾਇਬ ਹੋਇਆ ਵੀ ਉਹ ਮੁੜ ਕੇ ਲੱਭਿਆ ਹੀ ਨਹੀਂ, ਕਿਉਂਕਿ ਪਹਿਲਾਂ ਤਾਂ ਉਹਨੇ ਇੱਕ ਡਾਕਟਰਾਂ ਦੀ ਰਿਪੋਰਟ ਸੀਬੀਆਈ ਦੇ ਸਾਹਮਣੇ ਰੱਖ ਕੇ ਇਹ ਕਹਿ ਕੇ ਬਈ ਇੱਥੇ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ, ਜਿਹੜੀਆਂ ਔਰਤਾਂ ਨੇ ਉਹਨਾਂ ਨਾਲ ਕੋਈ ਜ਼ਿਆਦਤੀ ਨਹੀਂ ਹੁੰਦੀ, ਔਰ ਦੂਜੀ ਗੱਲ ਵੀ ਉਹ ਆਪਦੇ ਮਰਜ਼ੀ ਨਾਲ ਰਹਿ ਰਹੀਆਂ ਨੇ ਇੱਥੇ, ਉਹਨਾਂ ਨੂੰ ਕਿਸੇ ਨੇ ਜ਼ਬਰਦਸਤੀ ਨਹੀਂ ਇੱਥੇ ਰੋਕਿਆ ਹੋਇਆ, ਤੇ ਇੱਥੇ ਜਿਹੜਾ ਉਹ ਮਤਲਬ ਹੈ ਇਹ ਭਗਤੀ ਦਾ ਕੇਂਦਰ ਆ, ਇਹੀ ਕਿਹਾ ਵੀ ਇਹ ਭਗਤੀ ਦਾ ਕੇਂਦਰ ਆ, ਤੇ ਇੱਥੇ ਤਾਂ ਲੋਕ ਜਿਹਨੂੰ ਕਹਿੰਦੇ ਨੇ ਰੱਬ ਨਾਲ ਮਿਲਾਪ ਕਰਨਾ ਜਿਹੜਾ ਉਹਦੇ ਲਈ ਇੱਥੇ ਉਹ ਆਪਦੇ ਕਿਰਿਆਕ੍ਰਮ ਕਰਦੇ ਨੇ, ਤੇ ਉਹ ਆਪਦਾ ਇੱਥੇ ਉਹਦੇ ਚ ਉਹਨਾਂ ਨੂੰ ਵਿਸ਼ਵਾਸ ਹੈ ਤੇ ਉਹ ਇਹ ਕਰ ਰਹੇ ਨੇ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਜਾਂ ਚੇਅਰਪਰਸਨ
ਰਾਪੀ ਮਾਲੀਵਾਲ ਜਿਹੜੀ ਹੈ ਉਹਨੇ ਤੇ ਅਦਾਲਤ ਨੇ ਇੱਕ ਨੰਦਤਰਾ ਰਾਓ ਜਿਹੜੀ ਸੀ ਉਹਨੂੰ ਨਿਯੁਕਤ ਕੀਤਾ ਇਸ ਮਾਮਲੇ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਕੋਰਟ ਦੀ ਮਿੱਤਰ ਦੇ ਤੌਰ ਤੇ ਜਿਹੜੀ ਅਦਾਲਤ ਦੀ ਸਹਾਇਤਾ ਕਰੂਗੀ ਤੇ ਇਹ ਨੰਦਤਾ ਰਾਓ ਵਕੀਲ ਹੈ ਕੁੜੀ ਤੇ ਆਪਣੇ ਵੀ ਸਾਡੇ ਨਾਲ ਉਹਨਾਂ ਦੇ ਬੜੇ ਚੰਗੇ ਰਿਸ਼ਤੇ ਨੇ ਬਹੁਤ ਹੀ ਜਿਹਨੂੰ ਕਹਿੰਦੇ ਮੈਂ ਲੜਾਕੀ ਕੁੜੀ ਆ ਇਹ ਤੇ ਇਹਨੇ ਬਹੁਤ ਸਾਰੇ ਮੁਕੱਦਮਿਆਂ ਦੇ ਵਿੱਚ ਸਾਡੀ ਬੜੀ ਮਦਦ ਵੀ ਕੀਤੀ ਆ ਪਿੱਛੇ ਜਿਹਦਾ ਆਪਾਂ ਚਰਚਾ ਕਰਦੇ ਰਹੇ ਨਾ ਕਿ ਉਹ ਕੈਨੇਡਾ ਦਾ ਇੱਕ ਪਾਸਪੋਰਟ ਰੋਕੀ ਬੈਠੇ ਸੀ ਤਾਂ ਉਹ ਇਹੀ ਕੁੜੀ ਸੀ ਨੰਦਤਾ ਰਾਓ ਜਿਹਨੇ ਉਹ ਪਾਸਪੋਰਟ ਇਸ਼ੂ ਕਰਾਇਆ ਸਮਝ ਗਏ ਹਾਂ ਇਹਨੇ ਕਿਹਾ ਇਹਨੇ ਫਿਰ ਨੰਦਤਾ ਨੇ ਇਹ ਗੱਲ ਕਹੀ ਵੀ ਜਿਹੜੀਆਂ ਰਿਪੋਰਟਾਂ ਪੇਸ਼ ਕੀਤੀਆਂ ਨੇ ਇਹਦੇ ਸੰਸਥਾਪਕ ਵੱਲੋਂ ਜਿਹੜਾ ਇਹਦਾ ਅਮਰਿੰਦਰ ਦੇਵ ਹੈ ਉਹ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਤਾਂ ਇਹ ਆਪਾਂ ਵਿਰੋਧੀ ਨੇ ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਦਿੱਲੀ ਦੀ ਅਦਾਲਤ ਨੇ ਦਿੱਲੀ ਹਾਈਕੋਰਟ ਨੇ ਇਹ ਮਾਮਲਾ ਫਿਰ ਦਿੱਲੀ ਦੇ ਸਿਹਤ ਵਿਭਾਗ ਦੇ ਹਵਾਲੇ ਕੀਤਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੀ ਜਾਂਚ ਪੜਤਾਲ ਤੇ ਇਸ ਤੋਂ ਪਹਿਲਾਂ ਬਈ ਸੀਬੀਆਈ ਉਹਦਾ ਬੰਧਕ ਬਣਾ ਕੇ ਰੱਖੀਆਂ ਕੁੜੀਆਂ ਦਾ ਔਰਤਾਂ ਨੂੰ ਉਹਦੀ ਜਾਂਚ ਦੀ ਗੱਲ ਕਰਦੀ ਆ ਤੇ ਵਰਿੰਦਰ ਦੇਵ ਉੱਥੋਂ ਗਾਇਬ ਹੋ ਗਿਆ ਤੇ ਵਰਿੰਦਰ ਦੇਵ ਅੱਜ ਤੱਕ ਨਹੀਂ ਲੱਭਿਆ ਅਜੇ ਵੀ ਨਹੀਂ ਲੱਭਿਆ ਪੰਜ ਸਾਲ ਹੋ ਗਏ ਤਾਂ ਹੁਣ ਫੇਰ ਇਹ ਮਾਮਲਾ ਜਿਹੜਾ ਵਾ ਉਹ ਕਿਉਂਕਿ ਉੱਥੇ ਜਿਹੜੀਆਂ ਕੁੜੀਆਂ ਰਹਿ ਰਹੀਆਂ ਸੀ ਔਰਤਾਂ ਰਹਿ ਰਹੀਆਂ ਨੇ ਉਹਨਾਂ ਦੀ ਦਸ਼ਾ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਉਹ ਅੱਜ ਵੀ ਪਸ਼ੂਆਂ ਵਾਲੀ ਜ਼ਿੰਦਗੀ ਜਿਉਂ ਰਹੀਆਂ ਨੇ ਤਾਂ ਹੁਣ ਫੇਰ ਦਿੱਲੀ ਹਾਈਕੋਰਟ ਨੇ ਦਿੱਲੀ ਹਾਈਕੋਰਟ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇਹ ਹੁਕਮ ਦਿੱਤਾ ਵੀ ਦਿੱਲੀ ਦੀ ਸਰਕਾਰ ਕੀ ਕਰਦੀ ਹੈ ਉਹ ਉੱਤਰੀ ਦਿੱਲੀ ਦੇ ਇਸ ਆਸ਼ਰਮ ਦੀ ਜਿਹੜੀ ਮੈਨੇਜਮੈਂਟ ਆ ਉਹਦੇ ਉੱਤੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਵੀ 2017 ਤੋਂ ਲੈ ਕੇ ਪਸ਼ੂ ਵਾਲੇ ਹਾਲਤ ਚ ਔਰਤਾਂ ਨੂੰ ਉੱਤੇ ਰੱਖਿਆ ਹੋਇਆ ਵਾ ਤਾਂ ਦਿੱਲੀ ਦੀ ਸਰਕਾਰ ਕਿਉਂ ਨੀ ਇਹਨਾਂ ਨੂੰ ਆਪਦੇ ਹੱਥ ਚ ਇਹਦਾ ਪ੍ਰਬੰਧ ਲੈਂਦੀ ਕਿਉਂ ਨੀ ਉਹ ਆਪ ਇਹਦੀ ਦੇਖਭਾਲ ਕਰਦੀ ਤੇ ਦਿੱਲੀ ਦੀ ਜਿਹੜੀ ਕਾਰਜਕਾਰੀ ਮੁੱਖ ਜੱਜ ਬਿਪਿਨ ਸਾਂਘੀ ਤੇ ਜਸਟਿਸ ਨਵੀਨ ਚਾਵਲਾ ਉਹਨਾਂ ਦੇ ਬੈਂਚ ਨੇ ਆਸ਼ਰਮ ਜਿਹੜੀ ਆ ਜਿਹਨੂੰ ਆਤਮਕ ਪਾਠਸ਼ਾਲਾ ਰੋਹਿਣੀ ਕਿਹਾ ਗਿਆ ਉਹਨਾਂ ਨੂੰ ਕਿਹਾ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਵੀ ਕਿਉਂ ਨਾ ਇਹਦਾ ਜਿਹੜਾ ਪ੍ਰਬੰਧ ਆ ਉਹ ਦਿੱਲੀ ਦੀ ਸਰਕਾਰ ਦੇ ਹਵਾਲੇ ਕੀਤਾ ਜਾਵੇ ਇਹਦੇ ਲਈ ਉਹਨਾਂ ਨੇ ਉੱਥੋਂ ਜਵਾਬ ਮੰਗਿਆ ਨਾ ਤੇ ਉਹਦੀ ਸੁਣਵਾਈ ਅੱਜ ਦੁਆਰਾ ਫੇਰ ਹੋਣ ਜਾ ਰਹੀ ਆ ਪਰ ਇੰਨੀ ਗੱਲ ਉਹਨਾਂ ਨੇ ਕਹਿਤੀ ਆ ਵੀ ਜਿਹੜੀਆਂ ਉਹ ਔਰਤਾਂ ਨੇ ਉਹਨਾਂ ਨੂੰ ਉੱਥੋਂ ਹਟਾਇਆ ਨਾ ਜਾਵੇ ਉਹਨਾਂ ਦੀ ਜ਼ਿੰਦਗੀ ਨੂੰ ਠੀਕ ਕਰਨ ਲਈ ਜਿਹੜੀ ਦਿੱਲੀ ਦੀ ਸਰਕਾਰ ਆ ਉਹ ਆਪ ਉੱਥੇ ਦਖਲ ਦੇਵੇ ਤੇ ਉਹਨੂੰ ਆਪਦੇ ਅਧਿਕਾਰ ਖੇਤਰ ਚ ਲਵੇ ਤੇ ਉਹਨਾਂ ਦੀ ਜਿਹੜੀ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਆ ਉਹ ਦਿੱਲੀ ਦਾ ਸਿਹਤ ਵਿਭਾਗ ਜਿਹੜਾ ਵਾ ਉਹ ਕਰੇ ਤੇ ਹੁਣ ਦੇਖਦੇ ਆ ਅੱਜ ਜਿਹੜੀ ਉੱਥੇ ਸੁਣਵਾਈ ਹੁੰਦੀ ਆ ਕਿਉਂਕਿ ਉੱਥੇ ਇੱਕ ਔਰਤ ਦੇ ਮਾਪਿਆਂ ਵੱਲੋਂ ਮੁਲਾਕਾਤ ਦੀ ਆਗਿਆ ਮੰਗੀ ਗਈ ਸੀ ਜਿਹਦੇ ਕਰਕੇ ਇਹ ਮਾਮਲਾ ਸਾਰਾ ਖੁੱਲਿਆ ਵਾ ਨਹੀਂ ਤਾਂ ਸ਼ਾਇਦ ਇਹ ਐਂ ਦੱਬਿਆ ਰਹਿ ਜਾਂਦਾ ਤੇ ਉਹਦੀ ਸੁਣਵਾਈ ਅੱਜ ਹੁੰਦੀ ਆ ਤਾਂ ਦੇਖਦੇ ਆ ਕੀ ਇਹਦੇ ਨਿਕਲ ਕੇ ਆਉਂਦਾ ਜੀ ਠੀਕ ਹੈ ਉਧਰ ਦੂਜੇ ਪਾਸੇ ਗਿੱਲ ਸਾਹਿਬ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਨੂੰ ਟਿੱਚ ਜਾਣਦਿਆਂ ਭੁਖਾਰੀ ਵਾਲਾ ਨੇ ਗੁਰਦਾਸਪੁਰ ਦੇ ਕਲੋਨਾਈਜ਼ਰ ਤੋਂ ਇੱਕ 1.50 crore ਦੀ ਫਰੌਤੀ ਮੰਗ ਲਈ ਹੈ ਇਹ ਕੌਣ ਹੈ ਇਹ ਪਹਿਲਾਂ ਤਾਂ ਇਹ ਗੱਲ ਦੱਸਿਓ ਭੁਖਾਰੀ ਵਾਲ ਕੌਣ ਹੈ ਬੰਦਾ ਹੈ ਤੁਹਾਡਾ ਜੀ ਇਹ ਜਿਹੜਾ ਗੈਂਗਸਟਰ ਆ ਇਹਦਾ ਨਾਂ ਹੈ ਸੁੱਖ ਭਖਾਰੀਵਾਲ ਅੱਛਾ ਭਖਾਰੀਵਾਲ ਪਿੰਡ ਦਾ ਨਾਂ ਹੈ ਸੁੱਖ ਦਾ ਨਾਂ ਹੈ ਮਾਹਕੇ ਤੋਂ ਭੀਖ ਮੰਗਦਾ ਇਹ ਦੂਜੇ ਤਰੀਕੇ ਨਾਲ ਭੀਖ ਮੰਗਦਾ ਭਖਾਰੀਵਾਲ ਨਹੀਂ ਇਹ ਭਖਾਰੀਵਾਲ ਇਹਦਾ ਪਿੰਡ ਹੈ ਭਖਾਰੀਵਾਲ ਜੀ ਉੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਇਹਦਾ ਪੂਰਾ ਨਾਂ ਹੈ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਖਾਰੀਵਾਲ ਅੱਛਾ ਇਹ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਜੇਲ੍ਹ ਚ ਬੰਦਾ ਗੁਰਦਾਸਪੁਰ ਤੇ ਇਹਦੇ ਨਾਲ ਇੱਕ ਹੋਰ ਉਹਦਾ ਸਾਥੀ ਆ ਜਿਹੜਾ ਅੱਜ ਕੱਲ ਨਿਊਜ਼ੀਲੈਂਡ ਚ ਰਹਿੰਦਾ ਤੇ ਪੁਰਾਣਾ ਗੈਂਗਸਟਰ ਹੈ ਉਹਦਾ ਨਾਂ ਲਵਦੀਪ ਸਿੰਘ ਉਰਫ ਲਵੀ ਬਾਸੀ ਨਵੀਪੁਰ ਇਹ ਵੀ ਉੱਥੋਂ ਦਾ ਹੀ ਉੱਥੇ ਨੇੜੇ ਦਾ ਪਿੰਡ ਆ ਨਵੀਪੁਰ ਦਾ ਇਹਨਾਂ ਦੋਨਾਂ ਨੇ ਗੁਰਦਾਸਪੁਰ ਦੇ ਇੱਕ ਕਲੋਨਾਈਜ਼ਰ ਨੇ ਉਹਨਾਂ ਵੱਲੋਂ ਸ਼ਿਕਾਇਤ ਆਈ ਆ ਥਾਣੇ ਦੇ ਵਿੱਚ ਜਿਹੜਾ ਹਾਂਜੀ
ਉਹਦਾ ਨਾਂ ਹੈਗਾ ਵਾ ਸਿਮਰਨਜੀਤ ਸਿੰਘ ਉਰਫ ਸਾਹਿਬ, ਪੁੱਤਰ ਗੁਰਦਿਆਲ ਸਿੰਘ, ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ। ਤਿੰਨ ਦਿਨ ਪਹਿਲਾਂ ਉਹਨੂੰ ਇਹ ਜਿਹੜਾ ਸੁੱਖ ਭਖਾਰੀ ਵਾਲ ਆ ਉਹਦਾ ਵਟਸਐਪ ਦੇ ਉੱਤੇ ਕਾਲ ਆਉਂਦੀ ਆ ਬਈ 50 ਲੱਖ ਰੁਪਈਆ ਤਾਂ ਫੌਰੀ ਜਿਹੜਾ ਉਹ ਹੁਣੇ ਦੇਵੇ ਤੇ ਨਹੀਂ ਤਾਂ ਫਿਰ ਆਪਦਾ ਕੀਤਾ ਪਾਵੇਗਾ ਤੇ ਸੋਰੀ 1.5 ਕਰੋੜ ਰੁਪਇਆ ਵੀ ਫੌਰੀ ਤੌਰ ਤੇ ਜਿਹੜੀ ਫਰੋਤੀ ਉਹਦੇ ਤੋਂ ਮੰਗੀ ਗਈ ਆ। ਤਾਂ ਨਾਲ ਉਹਨੂੰ ਇਹ ਵੀ ਕਹਿਤਾ ਬਈ ਤੇਰਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਵਾ, ਜਾਨ ਵੀ ਜਾ ਸਕਦੀ ਹੈ। ਤੇ ਹੁਣ ਸਵਾਲ ਤੁਹਾਡਾ ਜੀ, ਇਹ ਕੋਈ ਨਵੀਂ ਗੱਲ ਤਾਂ ਹੈ ਨੀ ਬਈ ਇਸ ਤਰ੍ਹਾਂ ਦੇ ਫੋਨ ਆਉਣੇ, ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਗਿਆ ਬਈ ਜਿਹੜਾ ਦੇ ਵਿੱਚ ਜਿਹੜੇ ਗਰਛਾ ਸਾਹਿਬ ਆਪਣੇ ਸੋਰੀ ਜਾਖੜ ਸਾਹਿਬ ਨੇ ਉਹ ਮਤਲਬ ਕਿਵੇਂ ਜਿਹੜਾ ਦੇ ਵਿੱਚ ਆਪਣੇ ਆਪ ਨੂੰ ਰਾਜੇ ਸਮਝਦੇ ਨੇ ਤੇ ਕਿਵੇਂ ਉੱਥੇ ਉਹਨਾਂ ਦੇ ਹੁਕਮ ਚੱਲਦੇ ਨੇ ਤੇ ਕੀ ਕੁਛ ਅੰਦਰ ਹੁੰਦਾ ਉਹ ਆਪਾਂ ਨੂੰ ਸਾਰਿਆਂ ਨੂੰ ਅੱਜ ਕੱਲ ਬਹੁਤ ਬਾਹਰ ਆ ਜਾਂਦਾ ਬਹੁਤ ਕੁਛ। ਹੁਣ ਸਵਾਲ ਤਾਂ ਇਹ ਆ ਵੀ ਭਗਵੰਤ ਮਾਨ ਨੇ ਸਰਕਾਰ ਬਣਨ ਦੇ ਕੁਛ ਦਿਨਾਂ ਬਾਅਦ ਹੀ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਆ ਜਿਹਦੇ ਚ ਡੀਜੀਪੀ ਲੈਵਲ ਦਾ ਇੱਕ ਅਫਸਰ ਤੇ ਨਾਲ ਉਹਦੇ ਡੀਆਈਜੀ ਆਈਜੀ ਲੈਵਲ ਦੇ ਅਫਸਰਾਂ ਦਾ ਇੱਕ ਵੱਡਾ ਗਰੁੱਪ ਕਾਇਮ ਕਰਕੇ ਜਿਹੜਾ ਉਹ ਇੱਕ ਟਾਸਕ ਫੋਰਸ ਬਣਾਈ ਆ ਜਿਹਨਾਂ ਨੂੰ ਕਾਫੀ ਜ਼ਿਆਦਾ ਅਖਤਿਆਰ ਦਿੱਤੇ ਗਏ ਨੇ ਔਰ ਉਹਨਾਂ ਵੱਲੋਂ ਕਈ ਮੁਕੱਦਮੇ ਵੀ ਪਿਛਲੇ ਦਿਨਾਂ ਚ ਦਰਜ ਕੀਤੇ ਨੇ ਤੇ ਕੁਛ ਗ੍ਰਿਫਤਾਰੀਆਂ ਵੀ ਹੋਈਆਂ ਨੇ। ਪਰ ਇੰਨਾ ਸਭ ਕੁਛ ਹੋਣ ਦੇ ਬਾਵਜੂਦ ਬੰਦੇ ਜੇਲ੍ਹ ਚ ਬੈਠ ਕੇ ਜਿਹੜੇ ਗੈਂਗਸਟਰ ਨੇ ਉਹ ਸ਼ਰੇਆਮ ਮਤਲਬ ਫੋਨ ਕਰਕੇ ਕਿਸੇ ਵੀ ਬੰਦੇ ਨੂੰ, ਕਿਸੇ ਪੈਸੇ ਵਾਲੇ ਬੰਦੇ ਨੂੰ ਜਾਂ ਰਸੂਖ ਵਾਲੇ ਬੰਦੇ ਨੂੰ ਜਦੋਂ ਮਰਜ਼ੀ ਧਮਕੀ ਦੇ ਦੇਣ ਕਿ ਇੰਨੇ ਪੈਸੇ ਦੇ ਨਹੀਂ ਤੈਨੂੰ ਮਾਰ ਦਿਆਂਗੇ। ਔਰ ਚਲੋ ਜਿਹੜਾ ਵਿਦੇਸ਼ ਚ ਬੈਠਾ ਨਿਊਜ਼ੀਲੈਂਡ ਉਹ ਤਾਂ ਮੰਨਿਆ ਵੀ ਉਹ ਕਿਹੜਾ ਸਰਕਾਰ ਦੇ ਅਖਤਿਆਰ ਚ ਆ, ਉੱਥੇ ਤੱਕ ਪਹੁੰਚਣਾ ਤਾਂ ਚਲੋ ਸਰਕਾਰਾਂ ਲਈ ਥੋੜਾ ਮੁਸ਼ਕਿਲ ਵੀ ਹੁੰਦਾ। ਪਰ ਇੱਥੋਂ ਇੱਕ ਗੱਲ ਤਾਂ ਪਤਾ ਲੱਗਦੀ ਆ ਵੀ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਜਿਹੜਾ ਉਹ ਹੈ ਨਹੀਂ ਗਾ। ਇੱਥੇ ਅੱਜ ਵੀ ਜਿਹੜਾ ਗੈਂਗਸਟਰਾਂ ਦਾ ਪੁਰਾਣਾ ਦਬਦਬਾ ਚੱਲਿਆ ਆ ਰਿਹਾ, ਜਿਹੜਾ ਪਿਛਲੇ 10 ਸਾਲ ਜਦੋਂ ਅਕਾਲੀ ਸਰਕਾਰ ਰਹੀ ਆ ਉਦੋਂ ਵੀ ਚੱਲਦਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਵੀ ਮੈਂ ਗੈਂਗਸਟਰ ਜਿਹੜਾ ਇਹ ਬਾਦ ਆ ਇਹ ਖਤਮ ਕਰ ਦੂੰਗਾ ਤੇ 4.5 ਸਾਲ ਉਹ ਜ਼ੋਰ ਨਾ ਹਟਿਆ, ਖਤਮ ਉਹ ਤੋਂ ਵੀ ਨਹੀਂ ਹੋਇਆ। ਹੁਣ ਭਗਵੰਤ ਮਾਨ ਨੇ ਤਾਂ ਆਉਂਦੇ ਸਾਰ ਕਿਹਾ ਵੀ ਇੱਥੇ ਮੈਂ ਜਿਹੜਾ ਸਫਾਇਆ ਕਰ ਦੂੰਗਾ ਤੇ ਉਹਨਾਂ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਬਣਾਈ, ਉਹਦੇ ਫੋਨ ਨੰਬਰ ਵੀ ਜਾਰੀ ਕੀਤੇ, ਸਭ ਕੁਛ ਕੀਤਾ। ਪਰ ਅੱਜ ਵੀ ਜੇ ਜਿਹੜਾ ਦੇ ਵਿੱਚੋਂ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ ਤਾਂ ਸੱਚੀ ਮੁੱਚੀ ਇਹ ਬੜੀ ਫਿਕਰ ਵਾਲੀ ਗੱਲ ਆ। ਤਾਂ ਪੰਜਾਬ ਦੇ ਵਿੱਚ ਇਹੋ ਜਿਹਾ ਕੁਛ ਅੱਤਵਾਦ ਵੇਲੇ ਵੀ ਨਹੀਂ ਸੀ ਦੇਖਦੇ ਅਸੀਂ, ਉਦੋਂ ਵੀ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਸੀ ਜਾਂ ਭਰੋਸੀਆਂ ਮੰਗਦੇ ਸੀ ਘੱਟੋ ਘੱਟੋ ਲੋਕੇ ਰਹਿੰਦੇ ਸੀਗੇ, ਉਹ ਸ਼ਰੇਆਮ ਨਹੀਂ ਸੀ ਫਿਰਦੇ। ਇਹ ਤਾਂ ਸ਼ਰੇਆਮ ਬੈਠੇ ਨੇ ਜੇਲ੍ਹ ਦੇ ਵਿੱਚ ਔਰ ਉੱਥੋਂ ਬੈਠ ਕੇ ਆਪਦਾ ਰਾਜ ਚਲਾ ਰਹੇ ਨੇ, ਤਾਂ ਕਿੱਥੇ ਸਰਕਾਰ, ਕਿੱਥੇ ਕਾਨੂੰਨ, ਕਿੱਥੇ ਪੁਲਿਸ ਜੀ? ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ। ਉਧਰ ਕਿਸਾਨਾਂ ਵੱਲੋਂ ਗਿੱਲ ਸਾਹਿਬ ਭਗਵੰਤ ਮਾਨ ਦੀ ਰਿਹਾਇਸ਼ ਵਾਲੀ ਕਲੋਨੀ ਦਾ ਘਿਰਾਓ ਕੀਤਾ ਗਿਆ, ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਸੀ ਨਾ ਮਿਲਣ ਕਰਕੇ ਖਫਾ ਵੀ ਹੋਏ ਨੇ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਜਿਹੜੀ ਪੰਜਾਬ ਸਰਕਾਰ ਹੈ ਮੁੱਕ ਰਹੀ ਆਪਣੇ ਵਾਅਦਿਆਂ ਤੋਂ ਜੀ। ਹਾਂ ਜੀ, ਕੱਲ ਕਈ ਜ਼ਿਲ੍ਹਿਆਂ ਤੋਂ, ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨ ਜਿਹੜੇ ਸੀ ਉਹ ਸਰੂਰ ਪਹੁੰਚੇ ਤੇ ਜਿੱਥੇ ਭਗਵੰਤ ਮਾਨ ਜੀ ਦੀ ਰਿਹਾਇਸ਼ ਆ ਅੱਜ ਕੱਲ ਉਸ ਕਲੋਨੀ ਦਾ ਜਿਹੜਾ ਮੁੱਖ ਗੇਟ ਆ ਉਹਦੇ ਗੇਟ ਦੇ ਉੱਤੇ ਉਹਨਾਂ ਨੇ ਘਿਰਾਓ ਕਰ ਲਿਆ ਪ੍ਰਸ਼ਾਸਨ ਦੇ ਖਿਲਾਫ਼, ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਤੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ ਤੇ ਪ੍ਰਦਰਸ਼ਨਕਾਰੀ ਇਹ ਚਾਹੁੰਦੇ ਸੀ ਕਿ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਜਿਹੜੀ ਆ ਉਹ ਕਰਾਈ ਜਾਵੇ ਤੇ ਮੀਟਿੰਗ ਦਾ ਸਮਾਂ ਨਾ ਮਿਲਣ ਕਰਕੇ ਉਹ ਜਿਹੜੇ ਸੀ ਕਿਸਾਨ ਉਹ ਬੜੇ ਔਖੇ ਭਰੇ ਹੋ ਗਏ ਤੇ ਉਹਨਾਂ ਨੇ ਉੱਥੇ ਹੀ ਡੇਰੇ ਲਾ ਲਿਆ। ਸਾਰਾ ਜੀ ਇਹ ਕਿਸਾਨ ਹੈ ਕੌਣ ਨੇ ਪਹਿਲਾਂ ਤੁਹਾਨੂੰ ਸਮਝਣ ਦੀ ਲੋੜ ਆ। ਇਹ ਕਿਸਾਨ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਬਣਨਾ ਹੈ, ਜਿਹੜਾ ਜਿਹਨੂੰ ਭਾਰਤ ਮਾਲਾ ਪ੍ਰੋਜੈਕਟ ਵੀ ਕਹਿੰਦੇ ਨੇ, ਇਹ ਲੁਧਿਆਣੇ ਜ਼ਿਲ੍ਹੇ ਵਿੱਚ ਵੀ ਲੰਘਣਾ ਮੈਂ ਇਹ ਉਧਰ ਪਟਿਆਲੇ ਵਾਲੇ ਪਾਸੇ ਸ਼ੁਰੂ ਹੋ ਕੇ ਇਹ ਜੰਮੂ ਤੱਕ ਜਾਣਾ ਬਾਇਆ ਪਠਾਨਕੋਟ ਹੋ ਕੇ ਔਰ ਸਾਡੇ ਨੇੜੇ ਵੀ ਲੰਘਣਾ ਇਹਨੇ ਤੇ ਆਹ ਜਿੱਥੇ ਟੋਲ ਪਲਾਜ਼ਾ ਵਾਲਾ ਚੌਕੀ ਪਲਾਜ਼ਾ ਵਾਲਾ ਇਹਦੇ ਕੋਲੋਂ ਜਾ ਕੇ ਫਿਰ ਇਹਦੇ ਉਹ ਜਾ ਚੜ੍ਹਨ ਜਲੰਧਰ ਦੇ ਵਿੱਚੋਂ ਵੀ ਹੋ ਕੇ ਅੱਗੇ ਤੇ ਫਿਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸ਼ਾਮਿਲ ਹੋ ਜਾਣਾ। ਤਾਂ ਇਹ ਮਤਲਬ ਜਿਹੜਾ ਕਾਫੀ ਲੰਬਾ ਚੌੜਾ ਪ੍ਰੋਜੈਕਟ ਹੈ, ਇਹ ਸੜਕ ਕਾਫੀ ਉੱਚੀ ਵੀ ਬਣਨੀ ਹੈ ਤੇ ਇਹਦੀ ਜਿਹੜੀ ਜ਼ਮੀਨ ਅਕੁਆਇਰ ਹੋਣੀ ਹੈ ਤੁਹਾਡਾ ਜੀ ਉਹਦੇ ਤੇ ਜਿਹੜੀ ਲੈਂਡ ਐਕੁਜੀਸ਼ਨ ਐਕਟ
2013 ਜਿਹੜਾ ਨਵਾਂ ਬਣਿਆ ਕਾਨੂੰਨ ਹੈ ਬਈ ਲੋਕਾਂ ਤੋਂ ਜੇ ਕਿਸੇ ਵੀ ਕੰਮ ਲਈ ਸਰਕਾਰ ਨੇ ਜ਼ਮੀਨ ਹਾਸਲ ਕਰਨੀ ਆ ਤਾਂ ਉਹਦੇ ਲਈ ਸ਼ਰਤਾਂ ਤੈਅ ਨੇ ਕਿ ਉਹ ਕਿਵੇਂ ਕਰਨੀ ਆ ਕੀ ਕੁਛ ਉਹਦੇ ਚ ਉਹਨਾਂ ਨੂੰ ਮੁਆਵਜ਼ਾ ਕਿੰਨਾ ਦੇਣਾ ਇਹ ਸਾਰਾ ਕੁਛ ਜਿਹੜਾ ਦੇਣ ਦਾ ਮਾਮਲਾ ਕੱਲ ਮੈਂ ਦੇਖਿਆ ਵੀ ਇਹ ਜਿਹੜਾ ਠੇਕਾ ਸਰਕਾਰ ਨੇ ਲੁਧਿਆਣੇ ਜ਼ਿਲ੍ਹੇ ਦਾ ਤਾਂ ਮੈਨੂੰ ਪਤਾ ਵੀ ਉਹ ਇੱਥੋਂ ਕੰਪਨੀ ਨੂੰ ਨਿੱਜੀ ਕੰਪਨੀ ਨੂੰ ਇਹਦਾ ਠੇਕਾ ਜਿਹੜਾ ਉਹ ਦੇ ਦਿੱਤਾ ਗਿਆ ਲਗਭਗ 1500 ਕਰੋੜ ਰੁਪਏ ਦੇ ਵਿੱਚ ਤੇ ਉਹਨੂੰ ਸਿਰੇ ਲਾਉਣ ਲਈ ਜਿਹੜੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆ ਉਹਨਾਂ ਨੇ ਕੱਲ ਹੁਕਮ ਵੀ ਕੀਤਾ ਵੀ ਜਿਹੜੇ ਲੈਂਡ ਐਕੁਜੀਸ਼ਨ ਵਾਲੇ ਅਫਸਰ ਨੇ ਅਧਿਕਾਰੀ ਨੇ ਬਈ ਜਿਹੜਾ ਕਿਸਾਨਾਂ ਤੋਂ ਜ਼ਮੀਨ ਗ੍ਰਹਿਣ ਕਰਨ ਦਾ ਜਿਹੜਾ ਮਾਮਲਾ ਵਾ ਉਹਨੂੰ ਹੁਣ ਹੋਰ ਲਟਕਾਇਆ ਨਾ ਜਾਵੇ ਇਹਨੂੰ ਫੌਰੀ ਤੌਰ ਤੇ ਜ਼ਮੀਨਾਂ ਦੇ ਉੱਤੇ ਕਬਜ਼ੇ ਜਿਹੜੇ ਨੇ ਉਹ ਲੈ ਕੇ ਤਾਂ ਕਿ ਉਹ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਹ ਸੜਕ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਵੇ ਹੁਣ ਇਸ ਮਾਮਲੇ ਉੱਤੇ 4 ਅਪ੍ਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਲੈਣ ਵਾਸਤੇ ਮੰਗ ਪੱਤਰ ਜਿਹੜਾ ਸੀ ਦਿੱਤਾ ਸੀਗਾ ਕਿਉਂਕਿ ਜਿਹੜੇ ਰੋਡ ਸੰਘਰਸ਼ ਕਮੇਟੀ ਆ ਉਹਦੇ ਪ੍ਰਧਾਨ ਨੇ ਸਰਦੇਵ ਸਿੰਘ ਢਿੱਲੋਂ ਤੇ ਕੋਆਰਡੀਨੇਟਰ ਨੇ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਇਹਨਾਂ ਨੇ 4 ਤਰੀਕ ਨੂੰ ਮੰਗ ਪੱਤਰ ਦਿੱਤਾ ਤੇ ਉਦੋਂ ਪ੍ਰਸ਼ਾਸਨ ਨੇ ਕਿਹਾ ਸੀ ਵੀ 15 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਮੀਟਿੰਗ ਦਾ ਸਮਾਂ ਮੁੱਖ ਮੰਤਰੀ ਜੀ ਨਾਲ ਲੈ ਕੇ ਤੇ ਤੁਹਾਡਾ ਜਿਹੜਾ ਮਸਲਾ ਉਹਨੂੰ ਹੱਲ ਕਰ ਦਿਆਂਗੇ ਪਰ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਹਜੇ ਤਾਈਂ ਕੋਈ ਦਿਲਚਸਪੀ ਨਹੀਂ ਦਿਖਾਈ ਜਿਹਦੇ ਕਰਕੇ ਇਹ ਕਿਸਾਨ ਜਿਹੜੇ ਸੀ ਹੁਣ ਔਖੇ ਭਰੇ ਹੋ ਕੇ ਕੱਲ ਤਪਦੀ ਸਿਖਰ ਦੁਪਹਿਰ ਚ ਉਹ ਆਪਦਾ ਉੱਥੇ ਜਾ ਕੇ ਮੁੱਖ ਮੰਤਰੀ ਦੇ ਬਰਾਮੂਹੇ ਉਹਨਾਂ ਨੇ ਅਰਦਾਸਾਂ ਲਾ ਲਏ ਨੇ ਡੇਰੇ ਲਾ ਲਏ ਨੇ ਇਹ ਤੁਹਾਡਾ ਵੀ ਹੁਣ ਜਿਹੜੀ ਜ਼ਮੀਨ ਐਕੁਆਇਰ ਕਰਨ ਦਾ ਜਿਹੜਾ ਮਾਮਲਾ ਇਹਦੇ ਚ ਜਿਹੜਾ ਮੁਆਵਜ਼ਾ ਉਹਦੇ ਚ ਜਿਵੇਂ ਦਰਖਤ ਲੱਗੇ ਹੋਏ ਨੇ ਖੇਤਾਂ ਚ ਬੋਰ ਨੇ ਜਾਂ ਕੋਈ ਪੱਕੇ ਉੱਥੇ ਮੋਟਰ ਲੱਗੀ ਹੋਈ ਆ ਕੋਈ ਉੱਥੇ ਕੋਠਾ ਬਣਿਆ ਹੋਇਆ ਕਿਤੇ ਪੱਕੇ ਅੰਡਰਗਰਾਊਂਡ ਪਾਣੀ ਦੀ ਸਪਲਾਈ ਕਿਸੇ ਕਿਸਾਨ ਨੇ ਬਣਾਈ ਹੋਈ ਆ ਕਿਸੇ ਨੇ ਪੱਕੇ ਖਾਲੇ ਬਣਾਏ ਹੋਏ ਨੇ ਉਹ ਜਿਹੜਾ ਸਾਰਾ ਕੁਛ ਹੈਗਾ ਵਾ ਉਹਦਾ ਜਿਹੜਾ ਮਾਮਲਾ ਵਾ ਉਹਨੂੰ ਇੱਕ ਤਾਂ ਉਹਦੇ ਪੈਸੇ ਦੇਣ ਦੇ ਵਿੱਚ ਦਿੱਕਤ ਆ ਦੂਜਾ ਜਿਹੜਾ ਨਵੇਂ ਕਾਨੂੰਨ ਦੇ ਮੁਤਾਬਕ ਜਿਹੜਾ ਰੇਟ ਤੈਅ ਕਰਨਾ ਵਾ ਉਹ ਰੇਟ ਤੈਅ ਕਰਨ ਵੇਲੇ 4 ਗੁਣਾ ਵੱਧ ਜਿਹੜਾ ਮੁਆਵਜ਼ਾ ਦੇਣਾ ਵਾ ਉਹ ਸਾਰੇ ਕਾਸੇ ਤੋਂ ਸਰਕਾਰ ਪਾਸਾ ਪੱਟ ਰਹੀ ਜਿਵੇਂ ਪਿੱਛੇ ਜਿਹੜੀ ਚੰਡੀਗੜ੍ਹ ਵਾਲਾ ਬਾਈਪਾਸ ਨਿਕਲੇ ਨੇ ਜਿਹੜੀ ਉੱਥੇ ਬਹੁਤ ਸਾਰੇ ਕਿਸਾਨਾਂ ਨੂੰ 1.5 ਕਰੋੜ ਰੁਪਇਆ ਵੀ ਮਿਲਿਆ ਮੁਆਵਜ਼ੇ ਦੇ ਤੌਰ ਤੇ ਪਰ ਹੁਣ ਬਹੁਤ ਸਾਰੇ ਥਾਵਾਂ ਦੇ ਉੱਤੇ ਸਰਕਾਰ 20 ਲੱਖ ਜਾਂ 25 ਲੱਖ ਦੇ ਉੱਤੇ ਖੜੀ ਆ ਕਿਸੇ ਵੀ ਥਾਂ ਦੇ ਉੱਤੇ 40 ਲੱਖ ਤੋਂ ਉੱਪਰ ਦੇਣ ਨੂੰ ਤਿਆਰ ਨਹੀਂ ਹੈ ਜਿਹਦੇ ਕਰਕੇ ਕਿਸਾਨ ਔਖੇ ਭਰੇ ਨੇ ਤੇ ਦੂਜਾ ਜਿਹੜੇ ਰਸਤੇ ਦੇਣ ਦਾ ਸਵਾਲ ਆ ਤੁਹਾਡਾ ਜੀ ਇੱਕ ਵੱਡਾ ਸਵਾਲ ਇਹ ਵੀ ਆ ਕਿਸਾਨ ਇਸ ਸਮੇਂ ਵੀ ਔਖੇ ਨੇ ਜਿਵੇਂ ਮੰਨ ਲਓ ਕਿਸੇ ਪਿੰਡ ਦੇ ਵਿੱਚ ਵੀ ਕੋਈ ਸੜਕ ਲੰਘ ਗਈ ਜਿੱਥੋਂ ਵੀ ਸੜਕ ਲੰਘ ਗਈ ਜਿਹੜੀ ਸੜਕ ਆ ਇਹ ਤਕਰੀਬਨ 10 ਫੁੱਟ ਉੱਚੀ ਬਣਨੀ ਉਚਾਈ ਚ ਬਣਨੀ ਆ ਤਾਂ ਉੱਥੇ ਜਿਹੜੇ ਅੰਡਰ ਪਾਸ ਨੇ ਉਹ ਦਿੱਤੇ ਨਹੀਂ ਜਾ ਰਹੇ ਤੇ ਕਈ ਥਾਵਾਂ ਦੇ ਉੱਤੇ ਤਾਂ ਕਿਸਾਨਾਂ ਨੂੰ ਪੱਠੇ ਲੈਣ ਵਾਸਤੇ ਵੀ ਆਪਦੇ ਖੇਤ ਦੇ ਵਿੱਚ ਉਹਦੇ ਚਾਰਾ ਵੱਢ ਕੇ ਲਿਆਉਣਾ ਨਾ ਉਹਦੀ ਖਾਤਰ ਵੀ 15 ਕਿਲੋਮੀਟਰ ਦਾ ਬਿੰਗ ਪਾ ਕੇ ਜਾਣਾ ਪਊ ਤੇ ਕਈ ਥਾਵਾਂ ਦੇ ਉੱਤੇ ਤਾਂ ਇਹੋ ਜਿਹੇ ਹਾਲਾਤ ਵੀ ਨੇ ਵੀ ਜਿੱਥੇ ਪਿੰਡ ਦੀ ਜੇ ਸ਼ਮਸ਼ਾਨ ਘਾਟ ਆ ਜਿਹੜੀ ਉਹ ਸੜਕ ਦੇ ਦੂਜੇ ਪਾਸੇ ਚਲੀ ਗਈ ਤੇ ਜੇ ਤੁਹਾਡੇ ਪਰਿਵਾਰ ਚ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਉੱਥੇ ਲਾਸ਼ ਚੱਕ ਕੇ ਵੀ ਤੁਹਾਨੂੰ 15 ਕਿਲੋਮੀਟਰ ਘੁੰਮਣਾ ਪੈ ਸਕਦਾ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣ ਰਹੇ ਨੇ ਉਹਦੇ ਉੱਤੇ ਲੋਕ ਔਖੇ ਨੇ ਤੇ ਜਿਹੜੇ ਜਿਹੜੇ ਹੁਣ ਇਹ MLA ਬਣੇ ਨੇ ਆਮ ਆਦਮੀ ਪਾਰਟੀ ਦੇ ਬਹੁਤੇ ਇਹ ਜ਼ਿਆਦਾਤਰ ਉਹ ਨੇ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਹੁਣ ਤਾਂ ਹੀ ਕਿਸਾਨਾਂ ਦੇ ਹੱਕ ਚ ਹਾਅ ਦਾ ਨਾਰਾ ਮਾਰਦੇ ਸੀ ਜਿਹੜੇ ਕਹਿੰਦੇ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਕਿਸਾਨਾਂ ਨੂੰ ਜਿਹੜੇ ਇਹ ਰਾਤ ਇਹਨਾਂ ਨੂੰ ਮੁਆਵਜ਼ਾ ਵੀ ਪੂਰਾ ਦੇਵਾਂਗੇ ਤੇ ਉਹਨਾਂ ਨੂੰ ਜਿਹੜੇ ਅੰਡਰ ਪਾਸ ਨੇ ਜਿਹੜਾ ਰਸਤਾ ਹੈ ਉਹ ਵੀ ਦੇਵਾਂਗੇ ਤੇ ਪਰ ਹੁਣ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਗਈ ਤਾਂ ਇਹਦੇ ਕਰਕੇ ਇਹ ਜਿਹੜਾ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਇਹ ਮਾਮਲਾ ਕਾਫੀ ਵਿਗੜ ਜਾਣਾ ਵਾ ਮੈਂ ਇਹ ਸਮਝ ਲਓ ਵੀ ਇਹ ਭਗਵੰਤ ਮਾਨ ਦੀ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਕਿਉਂਕਿ ਲੋਕ ਇਸ ਮਾਮਲੇ ਚ ਕਾਫੀ ਔਖੇ ਭਰੇ ਨੇ ਜੀ ਤੁਹਾਡਾ ਜਿਹੜੀ ਅਗਲੀ ਖਬਰ ਹੈ ਗੱਲ ਸਾਹਿਬ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੈ ਰਾਜਾ ਵੜਿੰਗ ਨਵੇਂ ਨਵੇਂ ਪ੍ਰਧਾਨ ਬਣੇ ਨੇ ਕਾਂਗਰਸ ਦੇ ਕਹਿੰਦੇ ਉਹਨਾਂ ਨੇ ਬਿਆਨ ਦਿੱਤਾ ਅੱਜ ਵੀ ਕਾਂਗਰਸ ਨੂੰ ਲੋਕਾਂ ਤੇ ਵਰਕਰਾਂ ਦੀ ਪਾਰਟੀ ਬਣਾਵਾਂਗੇ 70 ਸਾਲ ਹੋ ਗਏ ਅੱਜ ਤੱਕ ਕਿਸੇ ਨੂੰ ਇਹ ਸਮਝ ਹੀ ਰਿਹਾ ਕਾਂਗਰਸੀ ਲੀਡਰ ਨੂੰ ਵੀ ਇਹ ਕਾਂਗਰਸ ਜੀ ਲੋਕਾਂ ਤੇ ਵਰਕਰਾਂ ਦੀ ਪਾਰਟੀ ਹੋਣੀ ਚਾਹੀਦੀ ਹੈ ਇਹ ਇੰਨੀ ਛੇਤੀ ਕਿਵੇਂ ਬਣਾ ਲੈਣਗੇ ਹੁਣ
ਕਿਹਾ ਜੀ ਦੇਖੋ ਇਹ ਜਿਹੜਾ ਮਸਲਾ ਜਦੋਂ ਜਦ ਤੱਕ ਕਾਂਗਰਸ ਦੇ ਅੰਦਰ ਜਿਹੜਾ ਹਾਈ ਕਮਾਂਡ ਵਾਲਾ ਕਲਚਰ ਹੈ ਜਦ ਤੱਕ ਉਹ ਨੀ ਨਿਬੜਦਾ ਤਾਂ ਮੈਂ ਨੀ ਸਮਝਦਾ ਵੀ ਰਾਜਾ ਬੜਿੰਗ ਬਣ ਗਏ ਪ੍ਰਧਾਨ। ਪਹਿਲਾਂ ਨਵਜੋਤ ਸਿੱਧੂ ਬਣਿਆ ਸੀ ਉਦੋਂ ਵੀ ਬੜੀਆਂ ਗੱਲਾਂ ਇਹੋ ਜਿਹੀਆਂ ਹੋਈਆਂ ਸੀ ਤੇ ਜਾਖੜ ਸਾਹਿਬ ਬਣੇ ਸੀ ਉਦੋਂ ਵੀ ਬੜੀਆਂ ਗੱਲਾਂ ਹੋਈਆਂ ਸੀ। ਪਹਿਲਾਂ ਦੁਨੀਆ ਸਾਹਿਬ ਪ੍ਰਧਾਨ ਰਹੇ ਨੇ ਬਾਜਵਾ ਸਾਹਿਬ ਪ੍ਰਧਾਨ ਰਹੇ ਨੇ ਬੜੇ ਪ੍ਰਧਾਨ ਆਏ ਬੜੇ ਪ੍ਰਧਾਨ ਗਏ। ਰਾਜਾ ਬੜਿੰਗ ਇਹ ਠੀਕ ਹੈ ਤੇਜ਼ ਤਰਾਰ ਆ ਤੇ ਦੂਜੀ ਗੱਲ ਇਹ ਚੋਣ ਜਿੱਤਿਆ ਐਮ ਐਲ ਏ ਬਣ ਗਿਆ ਇਸ ਕਰਕੇ ਕੇਂਦਰ ਦੀ ਜਿਹੜੀ ਹਾਈਕਮਾਂਡ ਆ ਉਹਨਾਂ ਨੇ ਨਵਜੋਤ ਸਿੱਧੂ ਤੋਂ ਅਸਤੀਫਾ ਲੈ ਕੇ ਮੁੜ ਕੇ ਉਹਦੇ ਉੱਤੇ ਵਿਸ਼ਵਾਸ ਨੀ ਪ੍ਰਗਟਾਇਆ ਤੇ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਤਾ ਕਿਉਂਕਿ ਇਹ ਪਹਿਲਾਂ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਇਹਨਾਂ ਦਾ ਕਾਰਜਕਾਲ ਜਿਹੜਾ ਵਾ ਉਹਦੀ ਸ਼ਲਾਘਾ ਹੁੰਦੀ ਰਹੀ ਆ। ਹੁਣ ਰਾਜਾ ਬੜਿੰਗ ਜਿਹੜੇ ਪਹਿਲਾਂ ਨਵਜੋਤ ਸਿੱਧੂ ਸਾਰਿਆਂ ਨੂੰ ਮਿਲਦਾ ਫਿਰਦਾ ਸੀਗਾ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਵੀ ਜਿਹੜੇ ਉਹਦੇ ਹਮੇਸ਼ੀ ਸੀ ਚਲੋ ਉਹਨਾਂ ਨੂੰ ਤਾਂ ਮਿਲਦਾ ਹੀ ਸੀ ਤਾਂ ਵਿੱਚ ਵੀ ਲਾਲ ਸਿੰਘ ਵਰਗੇ ਜਿਹੜੇ ਵੱਡੇ ਲੀਡਰ ਨੇ ਸ਼ਮਸ਼ੇਰ ਸਿੰਘ ਦੂਲੇ ਵਰਗੇ ਵੱਡੇ ਲੀਡਰ ਨੇ ਉਹਨਾਂ ਨੂੰ ਮਤਲਬ ਉਹ ਲਗਾਤਾਰ ਮਿਲਦਾ ਰਿਹਾ। ਤਾਂ ਹੁਣ ਰਾਜਾ ਬੜਿੰਗ ਇਹ ਵੀ ਕਹਿੰਦਾ ਬਈ ਅੱਗੇ ਤਾਂ ਜਿਹੜੇ ਪਾਰਟੀ ਪ੍ਰਧਾਨ ਨੂੰ ਮਿਲਣ ਲਈ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਕਾਂਗਰਸ ਭਵਨ ਚ ਗੇੜੇ ਮਾਰਨੇ ਪੈਂਦੇ ਸੀ ਕਹਿੰਦਾ ਹੁਣ ਮੈਂ ਇਹ ਕਲਚਰ ਵੀ ਖਤਮ ਕਰ ਦੇਣਾ ਵਾ ਹੁਣ ਪ੍ਰਧਾਨ ਤੁਹਾਨੂੰ ਆਪ ਮਿਲਿਆ ਕਰੂ ਤੇ ਹੁਣ ਮੈਂ ਆਇਆ ਕਰੂੰਗਾ ਤੁਹਾਡੇ ਕੋਲੇ। ਉਹ ਕੱਲ ਲੁਧਿਆਣੇ ਜਿਹੜੇ ਸੀ ਉਹਦਾ ਅੱਜ ਤੀਜਾ ਚੌਥਾ ਦਿਨ ਹੈ ਰਾਏਪੁਰ ਦੇ ਵਿੱਚ ਵੀ ਉਹਨੇ ਮੁਲਾਕਾਤਾਂ ਕੀਤੀਆਂ ਨੇ ਜਗਰਾਓ ਦੇ ਵਿੱਚ ਵੀ ਕੀਤੀਆਂ ਨੇ ਮੁਲਾ ਪਰਦਾਖੇ ਚ ਵੀ ਕੀਤੀਆਂ ਨੇ ਮਾਛੀ ਵਾੜੇ ਚ ਵੀ ਕੀਤੀਆਂ ਨੇ ਤੇ ਹੋਰ ਥਾਵਾਂ ਦੇ ਉੱਤੇ ਵੀ ਉਹ ਲਗਾਤਾਰ ਜਾ ਰਹੇ ਨੇ ਜਿੱਦੇ ਦੇ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਤੇ ਨਾਲ ਉਹ ਇਹ ਵੀ ਕਹਿ ਰਹੇ ਨੇ ਵੀ ਜਿਹੜੀਆਂ ਹੁਣ ਤੱਕ ਗਲਤੀਆਂ ਕੀਤੀਆਂ ਨੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਹਾਲਾਂਕਿ ਉਹ ਖੁਦ ਵੀ ਉਹਦੇ ਚ ਮੰਤਰੀ ਸੀਗੇ ਉਹਨਾਂ ਨੇ ਮਤਲਬ ਇਸ ਮਾਮਲੇ ਚ ਕਾਫੀ ਸਵਾਲ ਉਠਾਏ ਨੇ ਵੀ ਉਹਨਾਂ ਨੇ ਜਿਹੜੀ ਸਰਕਾਰ ਸੀ ਉਹ ਲੋਕਾਂ ਤੋਂ ਦੂਰ ਕਰਤੀ ਸੀ ਉਹ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਸੀ ਰਹੀ ਉਹ ਕੁਛ ਖਾਸ ਅਰਥਾਂ ਚ ਚਲੀ ਗਈ ਸੀ। ਕਹਿੰਦਾ ਵੀ ਜਿਹੜੀਆਂ ਉਹ ਗਲਤੀਆਂ ਨੇ ਇੱਕ ਤਾਂ ਅਸੀਂ ਉਹ ਨੀ ਦੁਹਰਾਵਾਂਗੇ ਬਲਕਿ ਉਹਨਾਂ ਨੂੰ ਠੀਕ ਕਰਨ ਲਈ ਅਸੀਂ ਲੋਕਾਂ ਕੋਲੇ ਇਹਨੂੰ ਜਿਹੜੀ ਪਾਰਟੀ ਆ ਇਹ ਆਮ ਲੋਕਾਂ ਦੀ ਕਾਂਗਰਸ ਪਾਰਟੀ ਪੁਰਾਣੀ ਕਾਂਗਰਸ ਪਾਰਟੀ ਦਾ ਦਿੱਖ ਜਿਹੜਾ ਉਹਨੂੰ ਕਾਇਮ ਕਰਨ ਲਈ ਯਤਨ ਕਰਾਂਗੇ। ਦੇਖਦੇ ਆ ਰਾਜਾ ਬੜਿੰਗ ਕਿੰਨੇ ਕੁ ਕਾਮਯਾਬ ਹੁੰਦੇ ਨੇ ਕਿੰਨੇ ਕੁ ਨਹੀਂ ਹੁੰਦੇ ਲੇਕਿਨ ਉਂਝ ਉਹ ਕੈਪਟਨ ਦੇ ਖਿਲਾਫ ਹੁਣ ਖੁੱਲ ਕੇ ਬੋਲ ਰਹੇ ਨੇ ਤੇ ਪਰ ਜਿਹੜਾ ਨਵਜੋਤ ਸਿੱਧੂ ਆ ਉਹਨੇ ਵੀ ਦੁਬਾਰਾ ਫੇਰ ਸਰਗਰਮੀ ਜਿਹੜੀ ਆ ਹਾਲਾਂਕਿ ਜੇ ਕਿਤੇ ਜਦੋਂ ਉਹ ਪ੍ਰਧਾਨ ਬਣਿਆ ਸੀ ਜੇ ਕਿਤੇ ਉਦੋਂ ਇੰਨੀ ਕੁ ਸਰਗਰਮੀ ਉਹ ਦਿਖਾਉਂਦਾ ਉਦੋਂ ਵਰਕਰਾਂ ਕੋਲੇ ਜਾਂਦਾ ਉਦੋਂ ਤਾਂ ਉਹ ਹਾਈਕਮਾਂਡ ਦੀ ਪੂਛ ਪੜ ਕੇ ਅੱਜ ਦਿੱਲੀ ਸਵੇਰੇ ਚੰਡੀਗੜ੍ਹ ਉਦੋਂ ਤਾਂ ਇਹਨਾਂ ਡੀਆਈ ਸੀ ਲੱਗਿਆ ਰਿਹਾ ਜੇ ਕਿਤੇ ਉਦੋਂ ਉਹ ਆਰਗੇਨਾਈਜ਼ ਕਰਨ ਦੇ ਵੱਲ ਨੂੰ ਧਿਆਨ ਦੇ ਲੈਂਦਾ ਤਾਂ ਸ਼ਾਇਦ ਨਾ ਅੱਜ ਕਾਂਗਰਸ ਪਾਰਟੀ ਦੀ ਹਾਲਤ ਹੁੰਦੀ ਤੇ ਨਾ ਹੀ ਇੰਨੀ ਬੁਰੀ ਤਰ੍ਹਾਂ ਨਾਲ ਦੋ ਪਾੜ ਹੁੰਦੀ। ਜਿਹੜੀ ਅਗਲੀ ਖਬਰ ਹੈ ਗੱਲ ਸਾਹਿਬ ਹੁਣ ਸਮਾਂ ਨੀ ਆਪਣੇ ਕੋਲ ਮੈਂ ਜਰੂਰ ਕਰਨੀ ਚਾਹੁੰਦਾ ਸੀ ਅੱਜ ਤੁਹਾਨੂੰ ਚੇਤਾ ਹੋਣਾ ਪੱਤਰਕਾਰ ਜਰਨੈਲ ਸਿੰਘ ਹੁੰਦਾ ਸੀ ਜਿਹੜੇ ਨੇ ਕਿਸੇ ਟਾਈਮ ਦੇ ਵਿਚ ਜੁੱਤੀ ਭਗਾ ਕੇ ਮਾਰੀ ਸੀ ਕਾਂਗਰਸ ਦੇ ਇੱਕ ਮੰਤਰੀ ਹਾਂਜੀ ਤੇ ਫਿਰ ਉਹ ਆਮ ਆਦਮੀ ਪਾਰਟੀ ਚਲਾ ਗਿਆ। ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਵੀ ਲੜਿਆ ਲੜਾਈ ਗਈ ਉਹਨੂੰ ਚੋਣ ਉਹ ਲੜਨਾ ਨੀ ਸੀ ਚਾਹੁੰਦਾ ਲੜਾਈ ਗਈ ਹਾਰ ਗਿਆ ਸੀ ਤੇ ਉਹਨੂੰ ਦਿੱਲੀ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪੈ ਗਿਆ ਸੀ ਫਿਰ ਉਹ ਵਿਚਾਰੇ ਦੀ ਅਚਾਨਕ ਦੁਨੀਆਂ ਤੋਂ ਨੂੰ ਅਲਵਿਦਾ ਕਹਿ ਗਿਆ ਅੱਜ ਤੱਕ ਕਿਸੇ ਵੀ ਬੰਦੇ ਨੇ ਕਿਸੇ ਪਾਰਟੀ ਨੇ ਕੋਰੋਨਾ ਵਾਇਰਸ ਕਰਕੇ ਜੀ ਉਸ ਕਿਸੇ ਵੀ ਆਮ ਆਦਮੀ ਪਾਰਟੀ ਨੇ ਉਹਦੀ ਸਾਰ ਨਹੀਂ ਲਈ ਉਹਦੇ ਪਰਿਵਾਰ ਦੀ ਹੁਣ ਤੱਕ ਵੀ ਮੈਨੂੰ ਨੀ ਲੱਗਦਾ ਲਈ ਹੋਣੀ ਜਾਂ ਕੋਈ ਬਿਆਨ ਆਇਆ ਇਹ ਵੀ ਗੱਲ ਹੋਣੀ ਚਾਹੀਦੀ ਹੈ ਕਦੇ ਨਾ ਕਦੇ ਅੱਜ ਨੀ ਕਰਾਂਗੇ ਕਿ ਹੁਣ ਸਮਾਂ ਨਹੀਂ ਹੁਣ ਤਾਂ ਸਮਾਂ ਤੁਹਾਡੇ ਕੋਲ ਜਿਹਨੂੰ ਕਹਿੰਦੇ ਆ ਹੁਣ ਵਿਦਾ ਲੈਣ ਦਾ ਟਾਈਮ ਆ ਗਿਆ ਇਹ ਜ਼ਰੂਰ ਵੀ ਆਪਾਂ ਕਿਤੇ ਨਾ ਕਿਤੇ ਗੱਲ ਕਰਾਂਗੇ ਕਿਉਂ ਇਹ ਪਾਰਟੀਆਂ ਅਣਗੌਲੀਆ ਕਰ ਦਿੰਦੀਆਂ ਨੇ ਇੱਦਾਂ ਦੇ ਬੰਦਿਆਂ ਨੂੰ ਜਿਹੜੇ ਬੰਦਿਆਂ ਦੀ ਆਮ ਆਦਮੀ ਪਾਰਟੀ ਪਹਿਲਾਂ ਉਹਦੀ ਜਿਹੜੀ ਸੋਚ ਸੀ ਜਦੋਂ ਜੁੱਤੀ ਭਗਾ ਕੇ ਮਾਰੀ ਸੀ ਉਹ ਸੋਚ ਦੇ ਉੱਤੇ ਭਾਵੇਂ ਆਮ ਆਦਮੀ ਦੀ ਪਾਰਟੀ ਦੇਸ਼ ਦੇ ਵਿੱਚ ਅੱਗੇ ਨੂੰ ਹੋ ਕੇ ਆ ਰਹੀ ਹੈ ਪਰ ਇੱਕ ਗੱਲ ਜ਼ਰੂਰ ਹੈ ਬੰਦੇ ਦੇ ਨਾਲ ਹੀ ਜਦੋਂ ਬੰਦਾ ਨਹੀਂ ਰਹਿੰਦਾ ਉਹਨੂੰ ਭੁਲਾਇਆ ਜਾਂਦਾ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਇਹ ਚੰਗੀ ਗੱਲ ਨਹੀਂ ਹੁੰਦੀ ਇਹਦੇ ਉੱਤੇ ਕਿਤੇ ਨਾ ਕਿਤੇ ਆਪਾਂ ਗੱਲ ਜ਼ਰੂਰ ਕਰਾਂਗੇ। ਸੋ ਗੱਲ ਸਾਹਿਬ ਦਿਓ ਇਜਾਜ਼ਤ ਫਿਰ ਮਿਲ ਜੀ 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 ਬਹੁਤ ਮਿਹਰਬਾਨੀ ਚੋੜਾ ਜੀ ਬਿਲਕੁਲ ਇਹ ਗੱਲ ਕਰਨੀ ਬਣਦੀ ਸੀ ਕਿਉਂਕਿ ਇਹ ਇਕੱਲੇ ਜਰਨੈਲ ਸਿੰਘ ਦਾ ਮੁੱਦਾ ਨਹੀਂ ਹੈ
ਇਹ ਬਾਕੀ ਪਾਰਟੀਆਂ ਦੇ ਵਿੱਚ ਵੀ ਇਹੀ ਹਾਲ ਆ ਤੇ ਉਹ ਜਿੰਨਾ ਚਿਰ ਜਿਉਂਦਾ ਜਿਵੇਂ ਕਹਿੰਦੇ ਨੇ ਤੇ ਹੁੰਦਾ ਚਾਹੀਦਾ ਉਹਨਾਂ ਦੀ ਕੋਈ ਬਾਤ ਬਲਕਿ ਉਦੋਂ ਵੀ ਕੋਈ ਬਾਤ ਨੀ ਪੁੱਛਦਾ ਹੈ ਜਿਹੜੇ ਸੱਚੇ ਸੁੱਚੇ ਤੇ ਇਮਾਨਦਾਰ ਲੋਕ ਨੇ ਉਹਨਾਂ ਦੀ ਪਾਰਟੀਆਂ ਦੇ ਵਿੱਚ ਕਦਰ ਜਿਹੜੀ ਆ ਉਹ ਹੁਣ ਹੈ ਨੀ ਗੀ ਵਰਕਰ ਦੀ ਕਦਰ ਜਿਹੜੀ ਆ ਉਹ ਬੜਾ ਪਹਿਲਾਂ ਬੜਾ ਪੁਰਾਣਾ ਸਮਾਂ ਸੀ ਜਦੋਂ ਪਾਰਟੀਆਂ ਦੇ ਅੰਦਰ ਵਰਕਰਾਂ ਦੀ ਕੋਈ ਦਿੱਕਤ ਹੁੰਦੀ ਸੀ ਪਰ ਹੁਣ ਜਿਹੜੀ ਆ ਉਹਦੀ ਦਿੱਕਤ ਬਿਲਕੁਲ ਖਤਮ ਹੋ ਗਈ ਆ ਤੇ ਮਰ ਜਾਣ ਤੋਂ ਬਾਅਦ ਤਾਂ ਉਹਦੇ ਪਰਿਵਾਰ ਦੀ ਬਾਤ ਕੁਛ ਨੀ ਹੋਈ ਨੇ ਜੀ ਕਿ ਬਿਲਕੁਲ ਤੁਹਾਡਾ ਵੀ ਤੇ ਚੰਦ ਪ੍ਰਦੇਸ਼ੀ ਦੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸ਼ੁਕਰੀਆ ਸ਼ੁਕਰੀਆ ਗਿੱਲ ਸਾਹਿਬ ਥੈਂਕ ਯੂ ਸੋ ਦੋਸਤੋ ਇਹ ਸੀ ਸੰਤੋਖ ਸਿੰਘ ਗਿੱਲ ਚੱਲ ਮਿਲੇਗਾ ਜੀ ਕੱਲ੍ਹ ਨੂੰ ਇੱਕ ਵਾਰੀ ਫੇਰ ਤੇ ਉਦੋਂ ਤੱਕ ਹੁਣ ਮੈਨੂੰ ਦਿਓ ਇਜਾਜ਼ਤ ਫਿਰ ਮਿਲਣ ਦੇ ਵਾਅਦੇ ਰਹੋ ਸਤਿ ਸ੍ਰੀ ਅਕਾਲ ਦੋਸਤੋ